ਹਰ ਇੱਕ ਸਟੂਡੈਂਟ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਮੈਂ ਦਵਿੰਦਰ ਸਿੱਧੂ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਸਕਸੈਸ ਟ੍ਰੀ ਪੰਜਾਬ ਤੇ ਸੋ ਬੱਚਿਓ ਜਿਹੜਾ ਜਿੱਦਾਂ ਮੈਂ ਤੁਹਾਨੂੰ ਆਲਰੇਡੀ ਦੱਸਿਆ ਹੋਇਆ ਸੀਗਾ ਵੀ ਜਿਹੜਾ ਅੱਜ ਦਾ ਸੈਸ਼ਨ ਹੋਗਾ ਮੰਡੇ ਵਾਲਾ ਬੱਚੇ স্পੈਸ਼ਲ ਸਪੋਰਟਸ ਵਾਲਾ ਸੈਸ਼ਨ ਰਹਿਣਾ ਸੋ ਪਿਛਲੇ 9 ਮਹੀਨਿਆਂ ਦੇ ਸੋ 9 ਮਹੀਨਿਆਂ ਦੇ ਬੱਚਿਓ ਤੁਸੀਂ ਲਾ ਲਓ ਵੀ 7 ਮਹੀਨੇ ਸੌਰੀ ਮਈ ਤੋਂ ਮਈ 2023 ਤੋਂ ਮਈ ਜੂਨ ਜੁਲਾਈ ਅਗਸਤ ਸਤੰਬਰ ਅਕਤੂਬਰ ਤੇ ਨਵੰਬਰ ਸੋ ਬੱਚੇ ਇਹ ਕਟਕਟ 7 ਮਹੀਨੇ ਹੋ ਗਏ ਆ ਤੇ ਇਥੋਂ ਪਹਿਲੇ ਮਈ ਤੋਂ ਲੈ ਕੇ ਅਗਸਤ ਤੱਕ ਪਾਠ 1 ਨੰਬਰ ਵੀਡੀਓ ਰਹਿਣੀਆਂ ਬੱਚੇ ਇਹ ਪਾਰਟ 1 ਵੀਡੀਓ ਦੇ ਵਿੱਚ ਉਹ ਚਾਪੇ ਸਾਰੇ 4 ਮਹੀਨੇ ਦੇ ਸਪੋਰਟਸ ਕੈਟਾਗਰੀ ਵਾਲੇ ਸਾਰੇ ਕਰੰਟ ਅਫੇਅਰ ਕਵਰ ਕਰਨੇ ਨੇ ਤੇ ਸਤੰਬਰ ਅਕਤੂਬਰ ਨਵੰਬਰ ਪਾਰਟ ਨੰਬਰ 2 ਦੇ ਵਿੱਚ ਬਚਿਓ ਇਹ ਤੁਹਾਡੀ ਕੱਲ ਵੀਡੀਓ ਜਿਹੜੀ ਹੈ ਸਟਾਰਟ ਹੋ ਜਾਣੀ ਹੈ ਠੀਕ ਹੈ ਜੀ ਕੱਲ ਵੀਡੀਓ ਮੈਂ ਪਾ ਦੇਣੀ ਹੈ ਤੇ ਕਰ ਦੂੰ ਬੱਚਿਓ ਸਾਰਿਆਂ ਨੂੰ ਦੱਸਣਾ ਜਾਊਂਗਾ ਮੈਂ ਥੋੜੀ ਛੁੱਟੀ ਤੇ ਮੈਂ ਵਿਆਹ ਤੇ ਜਾਣਾ ਸੀ ਇਸ ਕਰਕੇ ਮੈਂ ਲਾਈਵ ਨਹੀਂ ਲੈ ਰਿਆ ਇਹ ਖਾਸ ਕਰਕੇ ਬੱਚੇ ਵੀਡੀਓ ਬਣਾਈ ਗਈ ਹੈ ਤੁਹਾਡੇ ਵਾਸਤੇ ਕਿਉਂਕਿ ਮੈਂ ਥੋੜੀ ਬੱਸ ਛੁੱਟੀ ਨਹੀਂ ਕਰਨਾ ਚਾਹੁੰਦਾ ਸੀਗਾ ਵੀ ਤੁਹਾਡੀ ਛੁੱਟੀ ਨਹੀਂ ਹੋਣੀ ਚਾਹੀਦੀ ਇਸ ਕਰਕੇ ਮੈਂ ਵੀਡੀਓ ਨੂੰ ਬਣਾ ਰਿਹਾ ਸੋ ਧਿਆ ਕੈਟੇਗਰੀ ਇੱਥੇ ਕੰਪਲੀਟ ਕੀ ਕੰਪਲੀਟ ਕੀਤੀ ਜਾਊਗੀ ਖਾਸ ਕਰਕੇ ਸੀਨੀਅਰ ਅਸਿਸਟੈਂਟ ਕਮ ਇੰਸਪੈਕਟਰ ਕਿਉਂਕਿ ਉਹਦੇ ਵਿੱਚ ਕਰੰਟ ਅਫੇਅਰ ਦਾ ਸਪੈਸ਼ਲ ਮੈਂਸ਼ਨਰ 스포츠 ਵਾਲਾ 스포츠 ਐਂਡ ਸਿਨੇਮਾ ਸਿਨੇਮਾ ਵੀ ਇਹਦੇ ਵਿੱਚ ਹੀ ਕਵਰ ਕਰਨੀ ਆ ਲੋ ਮੇਰੇ ਵੀਰੋ ਸੋ ਪਹਿਲੀ ਨਿਊਜ਼ ਤੇ ਚੱਲਦੇ ਆ ਜੀ ਲੋ ਜੀ ਬੱਚੇ ਮਈ ਮਹੀਨੇ ਦੀ ਪਹਿਲੀ ਨਿਊਜ਼ ਆ ਰਹੀ ਹੈ ਜੀ ਬਿੰਦਿਆ ਰਾਣੀ ਦੇਵੀ ਜੀ ਜਿਨ੍ਹਾਂ ਬੱਚੇ weight lifting ਦੇ ਵਿੱਚ ਸਿਲਵਰ ਮੈਡਲ ਜਿੱਤਿਆ ਸੀਗਾ ਔਮਨਸ 55 ਕੋ ਕੇਜੀ ਕੈਟਾਗਰੀ ਦੇ ਵਿੱਚ ਬੱਚਿਓ ਤੇ ਸਾਊਥ ਕੋਰੀਆ ਦੇ ਵਿੱਚ ਇਹ ਏਸ਼ੀਅਨ ਚੈਂਪੀਅਨਸ਼ਿਪ ਹੋਈ ਸੀਗੀ ਇਹ ਤੇ ਉਹਦੇ ਵਿੱਚ ਬੰਦਿਆ ਰਾਨੀ ਜੀ ਨੇ ਸਿਲਵਰ ਮੈਡਲ ਜਿੱਤੇ ਅਸੀਂ ਗੱਲ ਯਾਦ ਰੱਖਣੀ ਹੈ 55 ਕਿਲੋ ਕੈਟਾਗਰੀ ਦੇ ਵਿੱਚ ਉਸ ਤੋਂ ਬਾਅਦ ਚੱਲਦੇ ਆਂ ਦੂਜੀ ਨਿਊਜ਼ ਦੇ ਵਿੱਚ ਬੱਚੇ ਇਥੇ ਮੈਪ ਵਰਕ ਵੀ ਮੈਂ ਨਾਲ ਨਾਲ ਹੀ ਸ਼ੇਅਰ ਕੀਤਾ ਹੋਇਆ ਹੈ ਇਹ ਮੈਪ ਵਰਕ ਤੁਸੀਂ ਦੇਖਣਾ ਜੀ ਇਹ ਸਾਊਥ ਕੋਰੀਆ ਦੇ ਸਿਓਲ ਦੇ ਵਿੱਚ ਬੱਚੇ ਇਹ ਜਿਹੜੀ ਹੈ ਚੈਂਪੀਅਨਸ਼ਿਪ ਹੋਈ ਸੀ ਉਸ ਤੋਂ ਬਾਅਦ ਚੱਲਦੇ ਆਂ ਬੱਚੇ ਆਪਾਂ ਦੂਜੀ ਆਉਂਦੀਆਂ ਨਿਊਜ਼ ਜਿਹੜੀ ਤੁਹਾਡੀ ਆਪਣੇ ਨੀਰ ਚੋਪੜਾ ਜੀ ਦੀ ਹੈ ਜਿਨ੍ਹਾਂ ਨੇ ਦੋਹਾ ਡਾਇਮੰਡ ਲੀਗ ਦੇ ਵਿੱਚ ਬੱਚਿਓ ਫਰਸਟ ਪੋਜੀਸ਼ਨ ਹਾਸਲ ਕੀਤੀ ਸੀ ਦੋਹਾ ਡਾਇਮੰਡ ਲੀਗ ਦੇ ਵਿੱਚ ਫਰਸਟ ਪੋਜੀਸ਼ਨ ਹਾਸਲ ਕੀਤੀ 88.67 ਮੀਟਰ ਦਾ ਜਿਹੜਾ ਹੈ ਦੂਰ ਨੇਜਾ ਸੱਟ ਕੇ ਉਸ ਤੋਂ ਬਾਅਦ ਬੱਚਿਓ ਅਬੂਤਾਬੀ ਦੀ ਲੋਕੇਸ਼ਨ ਤੁਸੀਂ ਇੱਥੋਂ ਚੈ ਦੋਹਾਤਾ ਵੀ ਕਿੱਥੇ ਦੋਹਾ 100 ਰੀ ਦੋਹਾ ਕਤਰ ਕਿੱਥੇ ਹੈ ਜੀ ਦੋਹਾ ਕਤਰ ਦੇ ਵਿੱਚ ਪੈਂਦਾ ਜੀ ਦੇਖੋ ਜੀ ਕਤਰ ਦੀ ਜਿਹੜੀ ਕੈਪੀਟਲ ਹੈ दैट इज ਦੋਹਾ ਅੱਜ ਦੀ ਲੋਕੇਸ਼ਨ ਪਈ ਹੈ ਚਲੋ ਭਾਈ ਉਸ ਤੋਂ ਬਾਅਦ ਉਸ ਤੋਂ ਬਾਅਦ ਇਹਨੂੰ ਕਲਿਮਿਨੇਟ ਕੀਤਾ ਹੋਇਆ ਮੈਂ ਸਾਰੀਆਂ ਨੂੰ ਚੀਜ਼ਾਂ ਨੂੰ ਉਸ ਤੋਂ ਬਾਅਦ ਬੱਚਿਓ ਆ ਦੋਹਾ ਡਾਇਮੰਡ ਲੀਗ ਜਿੱਤਣ ਤੋਂ ਬਾਅਦ ਇਹਨਾਂ ਨੇ ਵਰਲਡ ਨੰਬਰ 1 ਦਾ ਟਾਈਟਲ ਨੀਰੋ ਚੋਪੜਾ ਕੋਲੇ ਅੱਜ ਦੇ ਡੇਡ ਵਿੱਚ ਹੈਗਾ ਜੀ ਮੈਨਸ ਜੈਵਲਿਨ ਥਰੋ ਦੇ ਵਿੱਚ ਬੱਚੇ ਕੈਰੀਅਰ ਹਾਈ ਰੈਂਕ ਹਾਸਿਲ ਕੀਤਾ ਇਹਨਾਂ ਨੇ ਵਰਲਡ ਨੰਬਰ 1 ਦਾ ਉਸ ਤੋਂ ਬਾਅਦ ਬੱਚੋ ਇਹਨਾਂ ਨੇ ਦੋਹਾ ਜਿੱਤਣ ਤੋਂ ਬਾਅਦ ਫਿਰ ਲੌਜ਼ਿਆ ਨੇ ਡਾਇਮੰਡ ਲੀਗ ਦੇ ਵਿੱਚ ਵੀ ਫਰਸਟ ਪੋਜੀਸ਼ਨ ਹਾਸਲ ਕੀਤੀ ਸੀਗੀ ਤੇ 87 ਮੀਟਰ ਦੂਰ ਇਹਨਾਂ ਨੇ ਨੇਜ਼ਾ ਸਿੱਟਿਆ ਸੀਗਾ ਲੌਜ਼ਿਆ ਨੇ ਡਾਇਮੰਡ ਲੀਗ ਉਸ ਤੋਂ ਬਾਅਦ ਕਰਦੇ ਹੋਏ ਜਦੋਂ ਆਪਾਂ ਮਈਤਵ ਦਾਗਸਟ ਦੇ ਵਿੱਚ ਪਹੁੰਚੇ ਸੀ ਤਾਂ ਸਾਰਿਆਂ ਨੂੰ ਪਤਾ ਹੈ 7 ਅਗਸਤ ਨੂੰ ਅਸੀਂ ਤੀਜਾ ਜੈਵਲਿਨ ਥਰੋ ਡੇ ਮਨਾਇਆ ਸੀ ਤਿੱਜਾ ਜੈਵਲਿਨ ਥਰੋਅ ਦੇ ਮਨਾਇਆ ਸੀ ਬੱਚਿਓ ਇਸ ਗੱਲ ਨੂੰ ਯਾਦ ਰੱਖੋਗੇ ਕਿਉਂ ਕਿ ਬੱਚੇ ਅਗਸਤ 7 ਹੀ ਸੀ ਉਹ ਦਿਨ ਜਦੋਂ ਪਹਿਲੀ ਵਾਰ ਇਹਨਾਂ ਨੇ ਬੱਚੇ 골ਡ ਮੈਡਲ ਲਿਆ ਕੇ ਸਾਨੂੰ ਦਿੱਤਾ ਸੀਗਾ ਟੋਕੀਓ 올림픽ਸ ਦੇ ਵਿੱਚ ਸਾਲ 2000 ਤੇ 20 ਦੇ ਵਿੱਚ ਉਸ ਤੋਂ ਬਾਅਦ ਬੱਚਿਓ ਦੋਹਾ ਜਿੱਤ ਲਿਆ ਲੂਜ਼ਿਆਨੇ ਜਿੱਤ ਲਿਆ ਫਿਰ ਇਹਨਾਂ ਨੇ ਵਰਲਡ ਐਥਲੈਟਿਕ ਚੈਂਪੀਅਨਸ਼ਿਪ ਦੇ ਵਿੱਚ ਵੀ 골ਡ ਮੈਡਲ ਜਿੱਤਿਆ ਸੀ ਬੱਚਿਓ ਇੱਥੇ ਵੀ 88 ਮੀਟਰ ਦੂਰ ਥਰੋ ਕਰਤਾ ਸੀ ਜੈਵਲਿਨ ਇਹਨਾਂ ਨੇ ਤਾਂ ਇਹਦੇ ਵਿੱਚ ਵੀ ਇਹਨਾਂ ਨੇ 골ਡ ਮੈਡਲ ਹਾਸਲ ਕੀਤਾ ਸੀ ਤੇ ਇਹ ਪਹਿਲੇ ਇੰਡੀਅਨ ਪਲੇਅਰ ਬਣ ਗਏ ਸੀ ਜਿਹੜੇ ਕਿ ਵਰਲਡ ਐਥਲੈਟਿਕ ਚੈਂਪੀਅਨਸ਼ਿਪ ਦੇ ਵਿੱਚ ਬੱਚਿਓ ਜਿਨ੍ਹਾਂ ਨੇ 골ਡ ਮੈਡਲ ਜਿੱਤਿਆ ਸੀ ਸੋ ਇਹ ਬੱਚੇ ਫਾਈਨਲ ਇਵੈਂਟ ਕਿੱਥੇ ਹੋਇਆ ਸੀ ਬੁਡਾਪੈਸਟ ਦੇ ਵਿੱਚ ਹੋਇਆ ਸੀਗਾ ਬਿਊਡਾਪੈਸਟ ਕਿੱਥੇ ਹੈ ਜੀ ਇਹ ਬਿਊਡਾਪੈਸਟ ਤੁਸੀਂ ਆਪੇ ਮਾਰ ਲਿਓ ਸਰਚ ਪਤਾ ਲੱਗ ਜਾਊਗਾ ਹੁਣ ਬੱਚਿਓ ਮੈਕਸ ਵਰਸੈਪਟਨ ਇਹ ਮੈਂ ਜਾਣ ਕੇ ਕਹਿਣਾ ਹੁਣ ਕਈ ਵਾਰੀ ਖੁਦ ਤੁਹਾਨੂੰ ਸਰਚ ਕਰਨ ਵਾਸਤੇ ਕਿਉਂਕਿ ਬੱਚਿਓ ਫਿਰ ਤੁਸੀਂ ਆਪ ਕਰਦੇ ਨਹੀਂ ਹੈਗੇ ਠੀਕ ਹੈ ਜੀ ਜਿੰਨਾ ਚਿਰ ਤੁਸੀਂ ਮੈਪ ਉੱਪਰ ਖੁਦ ਨਹੀਂ ਸਰਚ ਕਰੋਗੇ ਆਪਣਾ ਐਟਲਸ ਖੁਦ ਨਹੀਂ ਰੱਖੋਗੇ ਆਪਦੇ ਕੋਲੇ ਉਹਨਾਂ ਚੱਕਰ ਤੁਹਾਨੂੰ ਮੈਪ ਦੇ ਵਿੱਚ ਜਿਹੜੀ ਮ ਆਜੋ ਜੀ ਇਹ ਤਾਂ ਬੱਚੇ ਵਾਲਾ ਸੌਖਾ ਕੰਮ ਹੈ ਇਹ ਆਪਣਾ ਮੈਕਸ ਵਰਸ ਹੈਪਣੀ ਜਿੱਤਰੇ ਯਾਤਰ ਰੇਸਾਂ ਫਾਰਮੂਲਾ 1 ਦੀ ਆ ਇਸਾ ਰੈਡ ਬੁੱਲ ਕੰਪਨੀ ਵੱਲੋਂ ਭਜਾਉਂਦਾ ਗੱਡੀ ਹੈ ਨੀਦਰਲੈਂਡੀ ਹੈ ਇਹ ਮੁੰਡਾ ਹੈ ਨੀਦਰਲੈਂਡ ਤੋਂ ਬਿਲੋਂਗ ਕਰਦਾ ਹੈ ਮਾਇਆਮੀ ਗ੍ਰੈਂਡ ਪ੍ਰਿਕਸ ਫਲੋਰੀਡਾ ਦੇ ਵਿੱਚ ਬੱਚੇ ਮਾਇਆਮੀ ਗ੍ਰੈਂਡ ਪ੍ਰਿਕਸ ਬੱਚੇ ਇਹਨੇ ਜਿੱਤੀ ਹੈ ਜੀ ਉਸ ਤੋਂ ਬਾਅਦ ਉਸ ਤੋਂ ਬਾਅਦ ਆਉਂਦਾ ਬੱਚੇ ਲੋਰਸ ਸਪੋਰਟਸਮੈਨ ਆਫ ਦਾ ਈਅਰ ਅਵਾਰਡ ਸਾਲ 2023 ਦਾ ਲੋਰਸ ਸਪੋਰਟਸਮੈਨ ਈਅਰ ਆਫ ਸਪੋਰਟਸਮੈਨ ਆਫ ਦਾ ਈਅਰ ਅਵਾਰਡ ਕਿਨੂੰ ਮਿਲਿਆ ਜੀ ਲਿਓਨਲ ਮੈਸੀ ਨੂੰ ਮਿਲਿਆ ਜੀ ਲਿਓਨਲ ਮੈਸੀ ਨੂੰ ਮਿਲਿਆ ਜੀ ਅਰਜنٹੀਨਾ ਦੇ ਇਹ ਮੁੰਡਾ ਹੈ ਜੀ ਉਸ ਤੋਂ ਇਲਾਵਾ ਬੱਚੇ ਜੰਮੀ ਰੀਸੈਂਟ ਸਪੋਰਟਸਮੈਨ ਆਫ ਦਾ ਇਅਰ ਵੀ ਇਨਾਉ ਹੀ ਦਿੱਤਾ ਗਿਆ لیونਲ ਮੈਸੀ ਨੂੰ ਆ ਪਈਆ ਬੱਚੇ ਸਾਰੀ ਲਿਸਟ ਪੜ ਲਿਓ ਊਮਨ ਸਪੋਰਟਸ ਊਮਨ ਕਿਨੂੰ ਮਿਲਿਆ ਸ਼ੈਲੀਨ ਫਰੇਜ਼ਰ ਨੂੰ ਵਰਲਡ ਟੀਮ ਆਫ ਦਾ ਇਅਰ ਵਰਡ ਕਿਨੂੰ ਕਿਤੇ ਅਰਜنٹინა ਨੂੰ ਕਿਉਂਕਿ ਬੱਚੇ ਜਿਹੜਾ ਕੱਤਰ ਦੇ ਵਿੱਚ ਹੋਇਆ ਸੀ ਕੱਤਰ ਦੇ ਵਿੱਚ ਹੋਇਆ ਸੀ 2022 ਦਾ फीफा वर्ल्ड कप ਉਹਦੇ ਵਿੱਚ ਅਰਜنٹੀਨਾ ਜਿੱਤੀ ਸੀ ਬੈਸਟ ਫੁੱਟਬਾਲ ਟੀਮ ਦਾ ਫਿਰ ਇਹਨੂੰ ਨਹੀਂ ਮਿਲੂਗਾ वर्ल्ड ब्रेक थ्रू ਆਫ द ईयर ਵਰਡ 카ਰਲੋਸ ਹਲਕਾਰਾਸ वर्ल्ड ਕਮਬੈਕ ਆਫ द ईयर क्रिश्चियन एरिक्सन सो वर्ल्ड स्पोर्ट्स पर्सन ਆਫ द ईयर ਕਿਨੋ ਮਿਲਸੀ ਕੈਥਰਿਨ ਡੇਬਰਨੀ ਸੋ ਇਸ ਤਰੀਕੇ ਨਾਲ ਹੀ ਬੱਚੇ ਤੁਹਾਨੂੰ ਮੈਂ ਸਾਰੀ ਲਿਸਟ ਪਾਤੀ ਆ ਪਰ ਮੇਨ ਤਾਂ ਆਹੀ ਹੈ ਲੋਰਸ ਸਪੋਰਟਸਮੈਨ ਸਪੋਰਟਸਮੈਨ ਆਫ द ईयर ਕਿਨੂੰ ਮਿਲਿਆ ਜੀ லியੋਨਲ ਮੈਸੀ ਨੂੰ ਚੱਲ ਮੇਰੇ ਵੀਰੇ ਅੱਗੇ ਵਧਦੇ ਆ ਬੱਚੇ ਇੱਕ ਆ ਸਕੀਮ ਹੈ ਤੁਹਾਡੀ 올림픽ਸ ਦੇ ਨਾਲ ਸਕੀਮ ਜਿਹੜੀ ਚੱਲਦੀ ਹੈ ਬੱਚੇ ਸਾਲ 2000 ਪਤਾ ਨਹੀਂ 14 ਦੇ ਵਿੱਚ ਇਹਨੂੰ ਲਾਂਚ ਕੀਤਾ ਸੀਗਾ ਨਹੀਂ ਸਾਲ 2014 ਦੇ ਵਿੱਚ ਇਹਨੂੰ ਲਾਂਚ ਕੀਤਾ ਸੀਗਾ ਨਾਮ ਹੈ ਟੌਪ ਸਕੀਮ ਟਾਰਗੇਟ 올림픽 ਪੋਡੀਅਮ ਸਕੀਮ ਕਿਹੜੀ ਹੈ ਇਹ ਟਾਰਗੇਟ 올림픽 ਪੋਡੀਅਮ ਸਕੀਮ ਜਿਹੜੀ ਬੱਚੇ ਮਿਨਿਸਟਰੀ ਆਫ ਯੂਥ ਅਫੇਅਰਸ ਨੇ ਲਾਂਚ ਕੀਤੀ ਸੀਗੀ ਮੇਨ ਮਕਸਦ ਸੀਗਾ ਜਿਹੜੇ ਸਾਡੇ ਐਥਲੀਟ ਖਿਡਾਰੀ ਨੇ ਨਾ ਖਿਡਾਰੀ ਉਹਨਾਂ ਨੂੰ ਬੱਚੇ ਪਲੇਟਫਾਰਮ ਦੇਣਾ ਉਹਨਾਂ ਨੂੰ ਰਾਸ਼ਨ ਪਾਣੀ ਦੇਣਾ ਉਹਨਾਂ ਨੂੰ ਜਿਹੜਾ ਹੈ ਡਾਈਟ ਵਧੀਆ ਪ੍ਰੋਪਰ ਦੇਣੀ ਵਧੀਆ ਕੋਚਿੰਗ ਦੇਣੀ ਤਾਂ ਕਿ ਉਹ ਜਿਹੜੇ ਵੱਡੇ ਇਵੈਂਟ ਹੁੰਦੇ ਨੇ ਇੰਟਰਨੈਸ਼ਨਲ ਇਵੈਂਟ ਨੇ ਉਹਨਾਂ ਵਿੱਚ ਜਿਹੜੇ ਹੈ ਸਾਨੂੰ ਮੈਡਲ ਲਿਆ ਕੇ ਦੇਣ ਤੇ ਇਹਦਾ ਜਿਹੜਾ ਤੁਸੀਂ ਕਹਿ ਦੋ ਵੀ ਅਸਰ ਸਾਨੂੰ ਦਿਖਿਆ ਵੀ ਹੈ ਚਾਹੇ ਉਹ ਤੁਹਾਡੀਆਂ ਏਸ਼ੀਅਨ ਗੇਮਸ ਹੋਣ ਜਿਹੜੇ ਚੈਨਾਂ ਦੇ ਵਿੱਚ ਹੋਈਆਂ ਸੀਗੀਆਂ ਚਾਹੇ ਤੁਹਾਡੇ 올림픽ਸ ਹੋਣ ਚਾਹੇ ਪੈਰਾਸ਼ੀਨ ਗੇਮਸ ਸਾਰਿਆਂ ਵਿੱਚ ਹੀ ਵਧੀਆ ਪਰਫਾਰਮੈਂਸ ਦਿੱਤੀ ਆ ਆਫਟਰ ਦਿਸ ਸਕੀਮ ਜਿਹਦਾ ਨਾਮ ਹੈ ਟੌਪ ਸਕੀਮ ਇਹਨੂੰ ਤੁਸੀਂ ਯਾਦ ਰੱਖੋਗੇ ਮਿਨਿਸਟਰੀ ਆਫ ਯੂਥ ਅਫੇਅਰਸ ਤੇ ਸਪੋਰਟਸ ਦੇ ਅੰਡਰ ਇਹ ਸਕੀਮ ਜਿਹੜੀ ਹੈ ਆਰਗੇਨਾਈਜ਼ ਕੀਤੀ ਜਾਂਦੀ ਹੈ ਬੱਚਿਓ ਠੀਕ ਹੈ ਜੀ ਸੋ ਇਹਨੂੰ ਇੱਕ ਵਾਰੀ ਕਰ ਲਿਓ ਬੱਚਿਓ ਠੀਕ ਹੈ ਜੀ ਚੱਲ ਮੇਰੇ ਵੀਰੇ ਸੋ ਬੱਚੇ ਇੱਥੇ ਦੇਖ ਲਿਓ ਜੀ ਪੈਰਿਸ 올림픽 ਹੋਣੀਆਂ ਨੇ 2024 ਦੇ ਵਿੱਚ ਤੇ 2028 ਦੇ ਵਿੱਚ ਲਾਸ ਐਂਜਲਸ ਦੀ 올림픽ਸ ਹੋਣਗੀਆਂ ਇਹਨਾਂ ਦੋਨਾਂ ਨੂੰ ਵੀ ਟਾਰਗੇਟ ਬਣਾਇਆ ਹੋਇਆ ਜਿਹੜੀ ਇਹਦੇ ਵਿੱਚ ਪਰਫਾਰਮੈਂਸ ਕਰ ਸਕਣ ਉਸ ਤੋਂ ਬਾਅਦ ਬੱਚਿਓ ਮਈ ਦੇ ਮਹੀਨੇ ਦੀ ਇੱਕ ਹੋਰ ਨਿਊਜ਼ ਸੀਗੀ ਮੈਂਸ ਦਾ ਵਰਲਡ ਬੌਕਸਿੰਗ ਚੈਂਪੀਅਨਸ਼ਿਪ ਜਿਹੜਾ ਤਾਸ਼ਕਨ ਦੇ ਵਿੱਚ ਹੋਇਆ ਸੀ ਇਹ ਵਾਲੇ ਵਰਲਡ ਕੱਪ ਦੇ ਵਿੱਚ ਬੱਚੇ ਚੈਂਪੀਅਨਸ਼ਿਪ ਦੇ ਵਿੱਚ ਪਹਿਲੀ ਵਾਰੀ ਤਿੰਨ ਬੌਕਸਰਾਂ ਨੇ ਆਪਣਾ ਜਿਹੜਾ 골ਡ ਮੈਡਲ ਹਾਸਿਲ ਕੀਤਾ ਸੀਗੇ ਮੈਡਲ ਲੈ ਕੇ ਆਏ ਸੀ ਤੇ ਉਹਨਾਂ ਦੇ ਨਾਮ ਤੁਸੀਂ ਯਾਦ ਰੱਖਿਓ ਜੀ ਕੀ ਹੈ ਦੀਪਕ ਭੋਰੀਆ 51 ਕਿਲੋ ਕੈਟਾਗਰੀ ਮੁਹੰਮਦ ਹੁਸੈਨ ਮੁਹੰਮਦ ਹੁਸੈਨ ਦੀਨ ਔਰ ਸੌਰੀ ਮੁਹੰਮਦ ਹੁਸਾਮੁਦੀਨ ਹੁਸਾਮੁਦੀਨ ਇਹ ਬੱਚੇ ਆਪਣਾ ਰਹਿ ਗਿਆ 57 ਕਿਲੋ ਕੈਟੇਗਰੀ ਤੇ 71 ਕਿਲੋ ਦੇ ਵਿੱਚ ਬੱਚੇ ਨਿਸ਼ਾਂਤ ਦੇ ਤਿੰਨਾਂ ਨੇ ਇਹੀ ਬੱਚੇ ব্রੋਂਜ਼ ਮੈਡਲ ਐਟ ਲੀਸਟ ਜਿਹੜਾ ਹੈ ਜਿੱਤਿਆ ਸੀਗਾ ਤੇ ਪਹਿਲੀ ਵਾਰੀ ਹੋਇਆ ਸੀਗਾ ਕਿ ਵਰਲਡ ਮੈਨਸ ਵਰਲਡ ਬੌਕਸਿੰਗ ਚੈਂਪੀਅਨਸ਼ਿਪ ਦੇ ਵਿੱਚ ਇੰਡੀਅਨ ਐਥਲੀਟ ਕਿਤੇ ਇੰਡੀਅਨ ਬੌਕਸਰ ਕਿਤੇ ਜਿਹੜੇ ਹੈ 골ਡ ਮੈਡਲ ਜਾਂ ਫਿਰ ਕੋਈ ਵੀ ਮੈਡਲ ਹਾਸਿਲ ਕਰਨ ਉਸ ਤੋਂ ਬਾਅਦ ਆਪਾਂ ਦੇਖਿਆ ਸੀਗਾ ਜੀ ਪਿਉਮਾ ਦਾ ਜਿਹੜਾ ਇਹ ਨਵਾਂ ਐਮਡੀ ਐਮਡੀ ਫਾਰ ਇੰਡੀਆ ਪਿਉਮਾ ਇੰਡੀਆ ਦਾ ਨਵਾਂ ਐਮ ਡੀ ਲਾਇਆ ਸੀ ਨਾਮ ਯਾਦ ਰੱਖ ਲਿਓ ਕਾਰਤਿਕ ਬਾਲਾ ਗੋਪਾਲਨ ਕਾਰਤਿਕ ਬਾਲਾ ਗੋਪਾਲਨ ਜਿਹੜੇ ਹੈ ਇੰਡੀਆ ਦੇ ਜਿਹੜੇ ਨਵੇਂ ਐਮ ਡੀ ਇਹਨੂੰ ਮੈਂ ਇਸ ਕਰਕੇ ਪਾਇਆ ਕਿਉਂਕਿ ਪਿਉਮਾ ਜ਼ਿਆਦਾਤਰ ਤੁਹਾਨੂੰ ਪਤਾ ਬੱਚੇ ਸਪੋਰਟਸ ਨਾਲ ਰਿਲੇਟਡ ਚੀਜ਼ਾਂ ਹੀ ਜਿਹੜੀ ਹੈ ਇਹ ਜਿਹੜੀ ਹੈ ਜ਼ਿਆਦਾਤਰ ਇਹਦੇ ਸਪੋਰਟਸ ਨਾਲ ਰਿਲੇਟਡ ਹੀ ਜਿਹੜੇ ਐਪਰਲਸ ਹੁੰਦੇ ਨੇ ਠੀਕ ਹੈ ਕਲੋਥਸ ਹੁੰਦੇ ਨੇ ਸੋ ਨਵਾਂ ਐਮ ਡੀ ਇੰਡੀਆ ਦਾ ਪਿਉਮਾ ਦਾ ਕਿਹੜਾ ਕਾਰਤਿਕ ਬਾਲਾ ਗੋਪਾਲਨ ਉਸ ਤੋਂ ਬਾਅਦ ਬੱਚੇ ਆਹ ਮੁੰਡੇ ਦਾ ਨਾਮ ਤੁਸੀਂ ਯਾਦ ਰੱਖਣਾ ਹੈ ਇਹ ਬੰਦੇ ਦਾ ਨਾਮ ਸੀਗਾ ਜੀ ਪਸਾਂਗ ਦਾ ਇਹਨੇ ਉਹ ਜ 26ਵੀਂ ਵਾਰ ਮਾਉਂਟ ਐਵਰੇਸਟ ਜਿਹੜਾ ਹੈ ਚੜਿਆ ਸੀਗਾ ਤੇ ਬੱਚੇ ਇਹਨੇ ਆਪਣਾ ਜਿਹੜਾ ਤੁਸੀਂ ਕਹ ਦੋ ਵੀ ਇੱਥੇ ਜਿਹੜਾ ਸਭ ਤੋਂ ਬਾਅਦ ਸਭ ਤੋਂ ਜ਼ਿਆਦਾ ਵਾਰ ਚੜਿਆ ਹੋਇਆ ਕਾਮੀ ਰੀਟਾ ਹੈ ਕਾਮੀ ਰੀਟਾ ਪਸਾਂਗ ਦਾਵਾ ਸ਼ੇਰਪਾ ਤੇ ਕਾਮੀ ਰੀਟਾ ਇਹ ਦੋਨਾਂ ਨੇ ਹੀ ਬੱਚੇ 26ਵੀਂ 26 26 ਵਾਰ ਚੜ ਗਏ ਸੀਗੇ ਪਰ ਕਾਮਾ ਰੀਟਾ ਹਜੇ ਸੋਚ ਹੀ ਰਿਹਾ ਸੀਗਾ ਵੀ ਮੈਂ 27ਵੇਂ 27ਵੀਂ ਵਾਰ ਚੜਵਾ ਚੜ ਜਮਾ ਤੇ 27ਵੀਂ ਵਾਰ ਚੜ ਵੀ ਗਿਆ ਸੀ ਬੱਚੇ ਤੇ ਉਸ ਤੋਂ ਬਾਅਦ ਇਹ ਕਾਮਾਰੀਟਾ ਫੇਰ ਦੁਬਾਰੇ ਪਹਿਲੇ ਨੰਬਰ ਤੇ ਆ ਗਿਆ ਕਾਮਾਰੀਟਾ ਜਿਹੜਾ ਸਭ ਤੋਂ ਜ਼ਿਆਦਾ ਵਾਰ ਮਾਉਂਟ ਐਵਰੇਜ ਦੀ ਚੜ੍ਹਾਈ ਜਿਹੜਾ ਸ਼ੇਰਪਾਨੇ ਹੈ ਠੀਕ ਹੈ ਜੀ ਸ਼ੇਰਪਾਨੇ ਤੇ ਆ ਕੁਝ ਸਟ੍ਰੈਟੇਜੀ ਕੇ ਪਾਈ ਹੋਈ ਹੈ ਮਾਉਂਟ ਐਵਰੇਜ ਦੇ ਬਾਰੇ ਇਹਨੂੰ ਜ਼ਰੂਰ ਪੜ ਲਿਓ ਇਸ ਪੀਡੀਐਫ ਨੂੰ ਟੈਲੀਗ੍ਰਾਮ ਦੇ ਵਿੱਚ ਮੈਂ ਪਾਈ ਦੇਣੀ ਹੈ ਤੁਹਾਨੂੰ ਟੈਨਸ਼ਨ ਲੈਣ ਦੀ ਕੋਈ ਲੋੜ ਹੈ ਨਹੀਂ ਟੈਲੀਗ੍ਰਾਮ ਜੋਇਨ ਜ਼ਰੂਰ ਕਰ ਲਿਓ ਸਾਰੀ ਜਿਹੜੀ ਸਪੋਰਟ 7 ਮਹੀਨੇ ਦੀ ਕੰਪਾਈਲ ਕਰਕੇ ਉੱਥੇ ਹੀ ਪਹੁੰਚੂਗੀ ਲਓ ਜੀ ਉਸ ਤੋਂ ਬਾਅਦ ਬੱਚਿਓ ਸੋ 4 ਸਾਲ ਅਡੀਸ਼ਨ ਲਾ ਲੀਗਾ ਟਾਈਟਲ ਇਹ ਫੁੱਟਬਾਲ ਦਾ ਬਹੁਤ ਵੱਡਾ ਟੂਰਨਾਮੈਂਟ ਹੁੰਦਾ ਹੈ ਇਹਨੂੰ ਐਫਸੀ ਬਾਰਸੀਲੋਨਾ ਨੇ ਜਿੱਤੇ ਆ ਚਾਰ ਸਾਲਾਂ ਬਾਅਦ ਜਿੱਤੇ ਬੱਚੇ ਐਫਸੀ ਬਾਰਸੀਲੋਨਾ ਨੇ ਠੀਕ ਹੈ ਜੀ ਇਹ ਬੱਚੇ 123 ਸਾਲ ਹਿਸਟਰੀ ਹੈ ਇਸ ਕਲੱਬ ਦੀ ਠੀਕ ਹੈ ਜੀ ਆਪਣੀ ਬਾਰਸੀਲੋਨਾ ਦੀ ਸੋ ਬੱਚੇ ਚੈਂਪੀਅਨ ਬਣ ਚੁੱਕੀ ਹੈ ਜੀ ਇਹ ਠੀਕ ਹੈ ਜੀ ਚੈਂਪੀਅਨ ਆਫ ਸਪੇਨ ਸਪੇਨ ਦਾ ਬੱਚੇ ਇਹ ਟੂਰਨਾਮੈਂਟ ਹੈ ਲਾ ਲੀਗਾ ਟਾਈਟਲ ਤੇ ਕਿਹਨੇ ਜਿੱਤੇ ਐਫਸੀ ਬਾਰਸੀਲੋਨਾ ਕਲੱਬ ਨੇ ਠੀਕ ਹੈ ਜੀ ਇਹ ਤੁਸੀ ਯਾਦ ਰੱਖਣਾ ਹੈ ਜਰੂਰ ਉਸ ਤੋਂ ਬਾਅਦ ਬੱਚੇ ਅਪ ਅੱਗੇ ਚੱਲਦੇ ਆ ਅੱਗੇ ਚੱਲਦੇ ਆ ਬ ਸਾਊਥ ਏਸ਼ੀਅਨ ਫਿਨੋ ਫੈਸਟੀਵਲ ਜਿਹੜੀ ਕਿ ਮੋਂਟਰੀਅਲ ਕੈਨੇਡਾ ਦੇ ਵਿੱਚ ਹੋ ਰਹੀ ਹੈ ਉੱਥੇ ਬੱਚੇ ਆਨਰ ਕੀਤਾ ਗਿਆ ਗੋਰੀ ਜੀ ਨੂੰ ਗੋਰੀ ਜੀ ਨੂੰ ਆਨਰ ਕੀਤਾ ਗਿਆ ਵਿਦ ਅ ਬੈਸਟ ਲੌਂਗ ਡਾਕੂਮੈਂਟਰੀ ਅਵਾਰਡ ਬੈਸਟ ਲੌਂਗ ਡਾਕੂਮੈਂਟਰੀ ਅਵਾਰਡ ਬੱਚੇ ਗੋਰੀ ਜੀ ਜਿਹੜੇ ਆਪਣੇ ਗੋਰੀ ਲੰਕੇਸ਼ ਜੀ ਬੇਸਿਕਲੀ ਜਿਹੜੇ ਕਿ ਆਪਣੇ ਜਰਨਲਿਸਟ ਤੇ ਐਕਟਿਵਿਸਟ ਸੀਗੇ ਬੱਚੇ ਇਹਨਾਂ ਦੀ ਅਸੈਸੀਨੇਸ਼ਨ ਕੀਤੀ ਗਈ ਸੀ ਤੇ ਓਬਵੀਅਸਲੀ ਇਹਨਾਂ ਨੇ ਕੁਝ ਰਾਜਨੀਤਿਕ ਮੁੱਦਿਆਂ ਤੇ ਕਾਫੀ ਜ਼ਿਆਦਾ ਬੋਲਡ ਸੀਗੇ ਇਸ ਕਰਕੇ ਇਹਨਾਂ ਦੀ ਅਸੈਸੀਨੇਸ਼ਨ ਕਰਵਾਈ ਗਈ ਸੀ ਪੋਲਿਟੀਕਲ ਅਸੈਸੀਨੇਸ਼ਨ ਤੁਸੀਂ ਇਹਨਾਂ ਨੂੰ ਕਹਿ ਸਕਦੇ ਹੋ ਗੋਰੀ ਇੱਕ ਬੱਚੇ ਲੌਂਗ ਡਾਕੂਮੈਂਟਰੀ ਜਿਹੜੀ ਰਿਲੀਜ਼ ਕੀਤੀ ਗਈ ਸੀ ਤਾਂ ਉਹਨੂੰ ਬੈਸਟ ਅਵਾਰਡ ਦਿੱਤਾ ਗਿਆ ਜੀ ਬੈਸਟ ਲੌਂਗ ਡਾਕੂਮੈਂਟਰੀ ਅਵਾਰਡ ਦਿੱਤਾ ਗਿਆ ਸਾਊਥ ਏਸ਼ੀਅਨ ਫਿਲਮ ਫੈਸਟੀਵਲ ਦੇ ਵਿੱਚ ਠੀਕ ਹੈ ਜੀ ਆਪਣੀ ਡਾਕੂਮੈਂਟਰੀ ਨੂੰ ਜਿਹੜੀ ਕਿ ਬਣੀ ਕਿਨਾ ਤੇ ਹੋਇਆ ਗੋਰੀ ਲੰਕੇਸ਼ ਉੱਤੇ ਬਣੀ ਹੋਈ ਹੈ ਠੀਕ ਹੈ ਜੀ ਉਸ ਤੋਂ ਬਾਅਦ ਬੱਚੇ ਇੱਕ ਹੋਰ ਫੈਸਟੀਵਲ ਆ ਫਿਲਮ ਫੈਸਟੀਵਲ ਦੇਖੋ ਸਪੋਰਟਸ ਐਂਡ ਸਿਨੇਮਾ ਕਵਰ ਕਰ ਰਹੇ ਹਨ ਨਾ ਤਾਂ ਉਹਦੇ ਨਾਲ ਸੰਬੰਧਿਤ ਚਾਦਰ ਰੱਖਣਾ ਹੈ ਡਾਕਟਰ ਐਲ ਮੁਰੁਗਨ ਜੀ ਨੇ ਇਨੋਗਰੇਟ ਕੀਤਾ ਇੰਡੀਆ ਪਾਵਿਲਿਅਨ ਪਹਿਲੀ ਵਾਰ ਮਾਰਚ ਦੇੂ ਫਿਲਮ ਕਿੱਥੇ 76th ਕੈਨਸ ਇੰਟਰਨੈਸ਼ਨਲ ਫਿਲਮ ਫੈਸਟੀਵਲ ਦੇ ਵਿੱਚ ਜਿਹੜਾ ਕਿ ਫਰਾਂਸ ਦੇ ਵਿੱਚ ਹੁੰਦਾ ਹੈ 76ਵਾਂ ਐਡੀਸ਼ਨ ਕੈਨਸ ਇੰਟਰਨੈਸ਼ਨਲ ਫਿਲਮ ਫੈਸਟੀਵਲ ਦਾ ਤੇ ਉੱਥੇ ਪਹਿਲੀ ਵਾਰੀ ਇੰਡੀਆ ਦਾ ਪਾਵਿਲੀਅਨ ਲੱਗਿਆ ਤੇ ਉਹਨੂੰ ਇਨੌਗੂਰੇਟ ਕਰਨ ਆਏ ਨੇ ਡਾਕਟਰ ਐਲ ਮੋਰੂਗਨ ਜੀ ਤੇ ਨਾਲ ਸਾਰਾ ਲੀਵੀ ਇੱਥੇ ਖੜੀ ਹੈ ਜੀ ਠੀਕ ਹੈ ਜੀ ਸੋ ਪਹਿਲੀ ਵਾਰੀ ਇਸ ਫੈਸਟੀਵਲ ਦੇ ਵਿੱਚ ਜਿਹੜਾ ਹੈ ਤੁਹਾਡਾ ਇੰਡੀਆ ਦਾ ਪਾਵਿਲੀਅਨ ਲਾਇਆ ਗਿਆ ਬੱਚਿਓ ਲੋ ਜੀ ਤੇ ਉਸ ਤੋਂ ਬਾਅਦ ਗੱਲ ਆਉਂਦੀ ਹੈ ਬੱਚੇ ਆਰਚਰੀ ਦੇ ਵਰਲਡ ਕੱਪ ਦੀ ਆਰਚਰੀ ਦੇ ਵਰਲਡ ਕੱਪ ਦੀ ਜੇ ਮੈਂ ਤੁਹਾਨੂੰ ਗੱਲ ਦੱਸਾਂ ਬੱਚੇ ਲੇਟੈਸਟ ਅਡੀ ਸ਼ੰਗਾਈ ਦੇ ਵਿੱਚ ਹੋਇਆ ਸੀ ਤੇ ਇਹਦੇ ਵਿੱਚ ਪ੍ਰਥਮੇਸ਼ ਜੈਕਰ ਨੇ ਬੱਚੇ ਵਰਲਡ ਨੰਬਰ 1 ਪਲੇਅਰ ਨੂੰ ਹਰਾਤਾ ਸੀ ਤੇ 골ਡ ਮੈਡਲ ਆਪਣੇ ਨਾਮ ਕੀਤਾ ਸੀ ਪ੍ਰਥਮੇਸ਼ ਜੈਕਰ ਬੱਚੇ ਆਰਚਰੀ ਦੇ ਵਰਲਡ ਕੱਪ ਦੇ ਵਿੱਚ ਬੱਚਿਓ ਟੌਪ ਚੈਂਪੀਅਨ ਬਣਿਆ ਸੀਗਾ ਤੇ ਇਸ ਨੂੰ ਤੁਸੀਂ ਰੱਖੋਗੇ ਯਾਦ ਠੀਕ ਹੈ ਜੀ ਉਸ ਤੋਂ ਇਲਾਵਾ ਅੱਗੇ ਵਧਦੇ ਹਾਂ ਜੀ ਆਪਾਂ ਤੇ ਗੱਲ ਆਉਂਦੀ ਹੈ ਇਟਾਲੀਅਨ ਓਪਨ ਦੀ ਇਟਾਲੀਅਨ ਓਪਨ ਦੀ ਜੇ ਮੈਂ ਗੱਲ ਕਰਾਂ ਤਾਂ ਇਹਦੇ ਵਿੱਚ ਵਿੱਚ ਡੈਨੀਅਲ ਮੈਡਵੇਦੇਵ ਜਿੱਤਿਆ ਸੀ ਡੈਨੀਅਲ ਮੈਡਵੇਦੇਮ ਨੇ ਇਟਾਲੀਅਨ ਓਪਨ ਆਪਣੇ ਨਾਮ ਕੀਤਾ ਸੀਗਾ ਜੀ ਠੀਕ ਹੈ ਜੀ ਲੋ ਮੇਰੇ ਵੀਰੋ ਇਟਾਲੀਅਨ ਓਪਨ ਕੌਣ ਜਿੱਤਿਆ ਸੀ ਡੈਨੀਅਲ ਮੈਡਵੇਦੇਵ ਜੇ वूमेन ਕੈਟਾਗਰੀ ਦੀ ਗੱਲ ਕੀਤਾ ਤਾਂ ਫਿਰ ਅਲੀਆਨਾ ਰਾਇਬਾ ਰਾਇਬਾਕਿਨਾ ਇਹ ਜਿੱਤੀ ਸੀ ਤੇ ਮੈਨਸ ਡਬਲ ਤੇ वूਮਨਸ ਡਬਲ ਦੇ ਵਿੱਚ ਵੀ ਇੱਕ ਵਾਰੀ ਰੀਡਿੰਗ ਜ਼ਰੂਰ ਦੇ ਦਿਓ ਠੀਕ ਹੈ ਜੀ ਲੋ ਜੀ ਅੱਗੇ ਵਧਦੇ ਹਾਂ ਸੋ ਇੰਡੀਆ ਦਾ ਵਰਲਡ ਕੱਪ ਦੇ ਵਿੱਚ ਇੰਡੀਆ ਦੇ ਵਿੱਚ ਵਰਲਡ ਕੱਪ ਹੋਇਆ ਸੀਗਾ ਜੇ ਤੁਹਾਨੂੰ ਪਤਾ ਹੀ ਹੈ ক্রিকেট ਦਾ ਵਰਲਡ ਕੱਪ ਜਿਦੇ ਵਿੱਚ ਆਸਟ੍ਰੇਲੀਆ ਜਿੱਤ ਗਿਆ ਸੀ ਸਾਨੂੰ ਪਤਾ ਹੈ ਫਾਈਨਲ ਦੇ ਵਿੱਚ ਤੇ ਸਾਡੀਆਂ ਜਿਹੜੀਆਂ ਕਿੱਟਾਂ ਸੀ ਸਪான்ਸਰ ਕਿੰਨੀ ਕੀਤੀਆਂ ਸੀਗੀਆਂ ਐਡੀਡਾਸ ਨੇ ਐਡੀਡਾਸ ਨੇ ਬੱਚੇ ਸਾਡੀਆਂ ਕਿੱਟਾਂ ਸਪான்ਸਰ ਕੀਤੀਆਂ ਸੀਗੀਆਂ ਇਸ ਗੱਲ ਨੂੰ ਤੁਸੀਂ ਯਾਦ ਰੱਖੋਗੇ ਉਸ ਤੋਂ ਬਾਅਦ ਅਸੀਂ ਦੇਖਿਆ ਸੀਗਾ ਖੇਲੋ ਇੰਡੀਆ ਗੇਮਸ ਖੇਲੋ ਇੰਡੀਆ ਗੇਮਸ ਬੱਚੇ 2023 ਦੀ ਮਈ ਦੇ ਮਹੀਨੇ ਦੀ ਮਈ ਦੇ ਮਹੀਨੇ ਚ ਇਹ ਸਟਾਰਟ ਹੋਈਆਂ ਸੀਗੀਆਂ ਤੇ ਯੂਪੀ ਨੇ ਇਹਨੂੰ ਐਥਕੀ ਹੋਸਟ ਕੀਤਾ ਸੀਗਾ ਠੀਕ ਹੈ ਜੀ ਸੋ ਤੀਜਾ ਐਡੀਸ਼ਨ ਸੀਗਾ ਇਹ ਖੇਲੋ ਇੰਡੀਆ ਗੇਮਸ ਦਾ ਤੀਜਾ ਐਡੀਸ਼ਨ ਖੇਲੋ ਇੰਡੀਆ ਗੇਮਸ ਦਾ ਬੱਚਿਓ ਕਿੱਕ ਆਫ ਹੋਈਆਂ ਨੇ ਯੂਪੀ ਦੇ ਵਿੱਚ ਉਸ ਤੋਂ ਇਲਾਵਾ ਜੇ ਪੈਰਾ ਖੇਲੋ ਇੰਡੀਆ ਪੈਰੋ ਗੇਮਸ ਇਹ ਵੀ ਤੁਹਾਨੂੰ ਮੈ ਲੇਟੈਸਟ ਦੱਸ ਰਿਹਾ ਹੈ ਖੇਲੋ ਇੰਡੀਆ ਪੈਰਾ ਗੇਮਸ ਜਿਹੜੀਆਂ ਖੇਲੋ ਇੰਡੀਆ ਪੈਰਾ ਗੇਮਸ ਨੇ ਨਾ ਇਹ ਬੱਚੇ ਕਿੱਥੇ ਹੋਈਆਂ ਸੀ ਇਹ ਪਹਿਲਾ ਐਡੀਸ਼ਨ ਹੀ ਹੋਇਆ ਇਹ ਨਿਊ ਦਿੱਲੀ ਦੇ ਵਿੱਚ ਹੋਣਗੀਆਂ ਇਹ ਵੀ ਨਾਲ ਯਾਦ ਰੱਖ ਲਿਓ ਠੀਕ ਹੈ ਜੀ ਇਹ ਤਾਂ ਹੁਣੇ ਰੀਸੈਂਟ ਵਾਲੀ ਗੇਮ ਪਾ ਰਹੇ ਮੈਂ ਨਵੰਬਰ ਦੇ ਮਹੀਨੇ ਦੀ ਲਓ ਜੀ ਸੋ ਖੇਲੋ ਇੰਡੀਆ ਯੂਨੀਵਰਸਿਟੀਆਂ ਗੇਮਸ ਕਿੱਥੇ ਹੋਈਆਂ ਸੀ ਜੀ ਇਹ ਤੀਜਾ ਐਡੀਸ਼ਨ ਹੋਇਆ ਸੀ ਯੂਪੀ ਦੇ ਵਿੱਚ ਠੀਕ ਹੈ ਜੀ ਸੋ ਇਸ ਗੱਲ ਨੂੰ ਤੁਸੀਂ ਯਾਦ ਰੱਖੋਗੇ ਲਓ ਜੀ ਤੇ ਇਹਦੇ ਵਿੱਚ ਬੱਚੇ ਵਾਟਰ ਸਪੋਰਟਸ ਵੀ ਹੋਣੀਆਂ ਸੀਗੀਆਂ ਜਿਹਦੇ ਵਾਸਤੇ ਗੋਰਖਪੁਰ ਦਾ ਤਾਲ ਲੈਕ ਯੂਜ਼ ਕੀਤਾ ਜਾਣਾ ਸੀ ਲਓ ਜੀ ਅੱਗੇ ਵਾਜੋ ਜੀ ਅੱਗੇ ਵਾਜੇ ਇੰਡੀਆ ਤਾਈਕਵੋਂਡੋ ਦਾ ਬੱਚੇ ਪ੍ਰੈਜ਼ੀਡੈਂਟ ਨਿਯੁਕਤ ਕੀਤਾ ਗਿਆ ਸੀਗਾ ਨਾਮ ਸੀਗਾ ਨਾਮਦੇਵ ਸ਼੍ਰੀ ਗੌਂਕਰ ਹੁਣ ਇਹਨੂੰ ਅਪੁਆਇੰਟਮੈਂਟ ਵਿੱਚ ਹੀ ਪਾ ਸਕਦੇ ਸਪੋਰਟਸ ਕੈਟਾਗਰੀ ਦੇ ਵਿੱਚ ਪਾ ਸਕਦੇ ਆ ਓਵਰਲੈਪਿੰਗ ਹੈ ਪਰ ਤੁਸੀਂ ਇਹਨੂੰ ਯਾਦ ਰੱਖੋਗੇ ਜੀ ਠੀਕ ਹੈ ਜੀ ਲਓ ਜੀ ਉਸ ਤੋਂ ਇਲਾਵਾ ਬੱਚੇ ਪਹਿਲੀ ਵਾਰੀ ਹੋਇਆ ਕਿ ਅਰਬਨ ਕਲਾਈਮੇਟ ਫਿਲਮ ਫੈਸਟੀਵਲ ਆਪਣਾ ਕਰਵਾਇਆ ਗਿਆ ਫਰਸਟ ਇਨੋਗੂਰੇਟਿਵ ਅਰਬਨ ਕਲਾਈਮੇਟ ਫਿਲਮ ਫੈਸਟੀਵਲ ਇੰਡੀਆ ਦੇ ਵਿੱਚ ਕੀਤਾ ਗਿਆ ਤੇ ਇਹਦਾ ਤੁਸੀਂ ਵੈਨਿਊ ਯਾਦ ਰੱਖਣਾ ਕਿੱਥੇ ਵਿੱਚ ਨਿਊ ਟਾਊਨ ਕੋਲਕਾਤਾ ਦੇ ਵਿੱਚ ਕੋਲਕਾਤਾ ਦੇ ਵਿੱਚ ਬੱਚੇ ਪਹਿਲੀ ਵਾਰੀ ਕਰਵਾਇਆ ਗਿਆ ਜੀ ਓਵਰਆਲ ਇੰਡੀਆ ਦੇ ਵਿੱਚ ਹੀ ਅਰਬਨ ਕਲਾਈਮੇਟ ਫਿਲਮ ਫੈਸਟੀਵਲ ਆਫ ਇੰਡੀਆ ਤੇ ਇਹਨੂੰ ਜਿਹੜਾ ਸਟਾਰਟ ਕੀਤਾ ਜਾਣਾ 5 ਜੂਨ ਵਾਲੇ ਦਿਨ ਹੀ ਸਟਾਰਟ ਕੀਤਾ ਜਾਊਗਾ ਜੀ 5 ਜੂਨ ਜਦੋਂ ਆਪਾਂ ਵਰਲਡ এনवायरमेंट ਡੇ ਮਨਾਉਂਦੇ ਹਾਂ ਜੀ ਠੀਕ ਹੈ ਜੀ ਲਓ ਜੀ ਬੱਚਿਓ ਫਿਰ ਉਸ ਤੋਂ ਬਾਅਦ ਆਪਾਂ ਅੱਗੇ ਵਧਦੇ ਹਾਂ ਬੱਚਿਓ ਤੇ ਇੱਥੇ ਮੈਗਨਸ ਕਾਲਸਨ ਜਿਹੜਾ ਕਿ ਦੁਨੀਆ ਨੰਬਰ 1 ਪਲੇਅਰ ਹੈ ਚੈਸ ਦਾ ਬੱਚਿਓ ਤੇ ਇਹਨੇ ਸੁਪਰਬੈਟ ਰੈਪਿਡਸ ਐਂਡ ਬਲਿਟਸ ਪੋਲੈਂਡ ਦੇ ਵਿੱਚ ਜਿਹੜਾ ਹੋਇਆ ਸੀ ਉਹਦੇ ਵਿੱਚ ਬੱਚੇ ਹਿਸਟਰੀ ਵਿੱਚ ਆਪਣਾ ਨਾਮ ਲਿਖਾ ਲਿਆ ਸੀ ਤੇ ਮੈਗਨਸ ਕਾਲਸਨ ਜਿੱਤ ਗਿਆ ਸੀ ਸ਼ਾਬਾਸ਼ ਉਸ ਤੋਂ ਬਾਅਦ ਆਪਾਂ ਅੱਗੇ ਵਧਦੇ ਹਾਂ ਬੱਚੇ ਆ ਪੋਲੈਂਡ ਹੈ ਪੋਲੈਂਡ ਦੇ ਵਿੱਚ ਬੱਚਿਓ ਤੁਸੀਂ ਆ ਦੇਖ ਪਾ ਰਹੇ ਹੋ ਵਾਰਸਾ ਦੀ ਕੈਪੀਟਲ ਹੈ ਤੇ ਇਧਰਲੇ ਪਾਸੇ ਦਾ ਬਾਲਟਿਕ ਸੀ ਨਾਲ ਲੱਗਦਾ ਹੈ ਬਾਰਡਰ ਇਧਰ ਰਸ਼ੀਆ ਨਾਲ ਲੱਗਦਾ ਹੈ ਬੈਲਾਰੂਸ ਯੂਕਰੇਨ ਤੇ ਇਹ ਤੁਹਾਡਾ ਹੋ ਗਿਆ ਮੈਪ ਵਰਕ ਲੋ ਜੀ ਬੱਚਿਓ ਯੂਕਰੇਨ ਦਾ ਪਾ ਲਾ ਰੱਖਿਆ ਵਿੱਚ ਯੂਕਰੇਨ ਦਾ ਮੈਪ ਪਾ ਰੱਖਿਆ ਇਹ ਵੀ ਤੁਹਾਡੇ ਲਈ ਹੀ ਮੈਂ ਪਾਇਆ ਆਜੋ ਜੀ ਹੁਣ ਇੱਥੇ ਬੱਚੇ ਤੁਹਾਡੇ ਦੇਖੋ ਕਿੰਨੀਆਂ ਸਲਾਈਡਾਂ ਸੀਗੀਆਂ 30 35 ਸਲਾਈਡਾਂ ਸੀਗੀਆਂ ਇਹ ਮਈ ਦੇ ਮਹੀਨੇ ਦੇ ਤੁਹਾਡੇ ਜਿਹੜੇ ਹੈ ਸਪੋਰਟਸ ਵਾਲੇ ਰਿਲੇਟਡ ਕਰੰਟ ਅਫੇਅਰ ਉਹ ਇੱਥੇ ਖਤਮ ਹੋ ਗਏ ਨੇ ਸਪੋਰਟਸ ਨਾਲ ਰਿਲੇਟਡ ਕਰੰਟ ਅਫੇਅਰ ਲੈ ਮੇਰੇ ਵੀਰੇ ਤੇ ਟਾਈਮ ਲੱਗਿਆ ਸਿਰਫ 16 ਮਿੰਟ ਲੋ ਜੀ ਅੱਗੇ ਵਧਦੇ ਹੁਣ ਆਪਾਂ ਲੋ ਜੀ ਜੂਨ ਦੇ ਮਹੀਨੇ ਦੇ ਕਰੰਟ ਅਫੇਅਰ ਸਟਾਰਟ ਕਰਦੇ ਹਾਂ ਫੋਰ ਦਾ ਸਪੋਰਟਸ ਕੈਟਾਗਰੀ ਯਾਦ ਰੱਖਣਾ ਸ ਜੂਨ ਦਾ ਮਹੀਨਾ ਹੋ ਰਿਹਾ ਹੈ ਸਟਾਰਟ ਸਟਾਰਟ ਲੋ ਜੀ ਬੱਚਿਓ ਇਹਦੇ ਵਿੱਚ ਬੱਚੇ ਕੀ ਹੈ ਪਹਿਲੀ ਫੀਮੇਲ ਐਨਸੀਸੀ ਕੈਡਟ ਮੇਲ ਐਨਸੀਸੀ ਕੈਡਟਸ ਤਾਂ ਬਹੁਤ ਨੇ ਪਰ ਪਹਿਲੀ ਫੀਮੇਲ ਐਨਸੀਸੀ ਕੈਡਟ ਬੱਚੇ ਜਿਹਨੇ ਮਾਊਂਟੇਨਿੰਗ ਕੋਰਸ ਕੰਪਲੀਟ ਕੀਤਾ ਸੀ ਨਾਮ ਕੀ ਹੈ ਸ਼ਾਲਨੀ ਸਿੰਘ ਨਾਮ ਕੀ ਹੈ ਬੱਚੇ ਸ਼ਾਲਨੀ ਸਿੰਘ ਸ਼ੀ ਵਾਸ ਦਾ ਓਨਲੀ ਫੀਮੇਲ ਕ੍ਰੈਡਿਟ ਇਨ ਦੀ ਟੀਮ ਆਫ 45 ਐਨਸੀਸੀ ਕ੍ਰੈਡਿਟਸ ਤੇ ਕੱਲੀ ਹੀ ਆ ਬੰਦੀ ਬੱਚੀ ਜਿਹਨੇ ਇਹ ਮਾਊਂਟੇਨਿੰਗ ਕੋਰਸ ਪੂਰੀ ਐਨਸੀਸੀ ਦੀ ਬੱਚੇ ਪੂਰੇ ਹਿਸਟਰੀ ਦੇ ਵਿੱਚ ਜਿਹਨੇ ਕੰਪਲੀਟ ਕੀਤਾ ਲੋ ਜੀ ਉਸ ਤੋਂ ਬਾਅਦ ਆਪਾਂ ਗੱਲ ਕਰਦੇ ਤਾਮਿਲਨਾਡੂ ਦੀ ਪਹਿਲੀ ਊਮਨ ਜਿਹਨੇ ਮਾਊਂਟ ਐਵਰੇਸ ਦੀ ਚੜ੍ਹਾਈ ਬੱਚੇ ਚੜ੍ਹ ਲਈ ਹੈ ਨਾਮ ਕੀ ਹੈ ਮੁਥਮੀਜ਼ ਸੈਲਵੀ ਮੁਥਮੀਜ਼ ਸੈਲਫੀ ਤਾਮਿਲਨਾਡੂ ਦੀ ਪਹਿਲੀ ਊਮਨ ਜਿਹਨੇ ਮਾਊਂਟ ਐਵਰੇਸ ਜਿਹੜਾ ਹੈ ਚੜ੍ਹਿਆ ਦੇਖੋ ਮਾਉਂਟ ਮਾਉਂਟੇਨਰਿੰਗ ਵੀ ਬੱਚੇ ਜਿਹੜੀ ਹੁੰਦੀ ਹੈ ਨਾ ਉਹ ਵੀ ਸਪੋਰਟ ਹੀ ਹੁੰਦੀ ਹੈ ਤਾਂ ਤਾਂ ਕਰਕੇ ਨੂੰ ਮੈਂ ਸਪੋਰਟਸ ਕੈਟਾਗਰੀ ਦੇ ਵਿੱਚ ਕਵਰ ਕਰ ਰਹੇ ਹਾਂ 올 ਰਾਈਟ ਜੀ ਉਸ ਤੋਂ ਬਾਅਦ ਸੁਨੀਲ ਕੁਮਾਰ ਜੀ ਸੁਨੀਲ ਕੁਮਾਰ ਜੀ ਨੇ ਬੱਚੇਓ ਡਿਕੈਥਲਨ 골ਡ ਜਿੱਤਿਆ ਜੀ ਐਟ ਦਾ ਏਸ਼ੀਅਨਸ ਅੰਡਰ 20 ਚੈਂਪੀਅਨਸ਼ਿਪ ਠੀਕ ਹੈ ਜੀ ਐਥਲੈਟਿਕ ਚੈਂਪੀਅਨਸ਼ਿਪ ਦੇ ਵਿੱਚ ਕੌਣ ਜਿੱਤਿਆ ਜੀ ਸੁਨੀਲ ਕੁਮਾਰ ਅੱਗੇ ਵਜੋ ਜੀ ਅੱਗੇ ਆਪਾਂ ਦੇਖਦੇ ਹਾਂ ਅਗਲੀ ਨਿਊਜ਼ ਵਿੱਚ ਚੱਲਦੇ ਆ ਬੱਚੇ ਅਗਲੀ ਨਿਊਜ਼ ਦੇ ਵਿੱਚ ਤੁਹਾਨੂੰ ਦੱਸਣਾ ਚਾਹੂੰਗਾ ਬੱਚਿਓ ਵੀ ਇਹਦੇ ਵਿੱਚ ਆਸਟ੍ਰੇਲੀਆ ਤੁਹਾਨੂੰ ਪਤਾ ਹੈ ICC ਵਰਲਡ ਟੈਸਟ ਚੈਂਪੀਅਨਸ਼ਿਪ ਦੇ ਵਿੱਚ ਬੱਚਿਓ ਨੰਬਰ 1 ਪੋਜੀਸ਼ਨ ਹਾਸਲ ਕੀਤੀ ਸੀ ਇਹਨੇ ਵਰਲਡ ਚੈਂਪੀਅਨ ਬਣ ਗਿਆ ਸੀਗਾ ICC ਆ ਇੰਟਰਨੈਸ਼ਨਲ ਕ੍ਰਿਕਟ ਕੌਂਸਲ ਬਲ ਕਰਵਾਇਆ ਗਿਆ ਟੈਸਟ ਚੈਂਪੀਅਨਸ਼ਿਪ ਦਾ ਟੈਸਟ ਚੈਂਪੀਅਨਸ਼ਿਪ ਦੇ ਵਿੱਚ ਵਿੱਚ ਆਸਟ੍ਰੇਲੀਆ ਪਹਿਲੇ ਨੰਬਰ ਤੇ ਆਇਆ ਸੀਗਾ ਇਸ ਨੂੰ ਤੁਸੀਂ ਯਾਦ ਰੱਖੋਗੇ ਤੇ ਹਰਾਇਆ ਕਿਨੂੰ ਸੀ ਇੰਡੀਆ ਨੂੰ ਹਰਾਇਆ ਸੀ ਤੇ ਬੱਚੇ ਫਾਈਨਲ ਦੇ ਵਿੱਚ ਵੀ ਫਿਰ ਆਪਣੇ ਓਡੀਆਈ ਵਰਲਡ ਕੱਪ ਦੇ ਵਿੱਚ ਵੀ ਪਾ ਨੂੰ ਇਹ ਹਰਾ ਗਏ ਸੀਗੇ ਤੇ ਇਹਦੇ ਵਿੱਚ ਵੀ ਟ੍ਰੈਵਿਸ ਹੈੱਡ ਇਹ ਸੀ ਬੱਚੇ ਜਿਹਨੇ ਸੈਂਚਰੀ ਮਾਰੀ ਸੀ ਟ੍ਰੈਵਿਸ ਹੈੱਡ ਆਪਣੇ ਲਈ ਬੰਦਾ ਵਧੀਆ ਨਹੀਂ ਹੈਗਾ ਠੀਕ ਹੈ ਜੀ ਚੱਲ ਮੇਰੇ ਵੀਰੇ 209 ਰਨ ਨਾਲ ਹਰਾਇਆ ਸੀ ਬੱਚੇ ਜ਼ਬਰਦਸਤ ਇਹਨਾਂ ਦੀ ਜਿੱਤ ਸੀ ਵੈਸੇ ਹੈ ਨਾ ਲਓ ਜੀ ਤੇ ਆਹ ਕਹਿਜ ਬਹੁਤ ਜ਼ਬਰਦਸਤ ਹੈਂ ਤੇ ਆਹ ਕੰਟਰੋਵਰਸੀ ਸੀ ਆਊਟ ਆ ਕਿ ਨਹੀਂ ਆ ਨਾਟ ਆਊਟ ਇੱਕ ਕੰਟਰੋਵਰਸੀ ਮੈਚ ਦੇ ਹਾਈਲਾਈਟ ਸੀਗੇ ਤੇ ਬੱਚੇ ਹੁਣ ਆਸਟ੍ਰੇਲੀਆ ਦੀ ਮੈਂ ਟੀਮ ਦੀ ਗੱਲ ਦੱਸਾਂ ਆਸਟ੍ਰੇਲੀਆ ਬੱਚੇ ਪਹਿਲੀ ਐਹੀ ਜੀ ਟੀਮ ਬਣ ਚੁੱਕੀ ਹੈ ਜਿਨੇ T20 ਵਰਲਡ ਕੱਪ ਵੀ ਜਿੱਤੇ ਆ ODI ਵੀ ਜਿੱਤੇ ਤੇ ਟੈਸਟ ਚੈਂਪੀਅਨਸ਼ਿਪ ਵੀ ਜਿੱਤੀ ਠੀਕ ਹੈ ਜੀ ਸੇ ਪੰਜਾਬ ਓਵਰਾਂ ਦਾ ਵਰਲਡ ਕੱਪ ਜਿੱਤੇ 87 99 2003 2007 2015 2023 ਦੇ ਵਿੱਚ ਚੈਂਪੀਅਨਸ਼ਿਪ ਟਰੋਫੀ 2006 2009 ਦੇ ਵਿੱਚ T20 World Cup 2021 ਦੇ ਵਿੱਚ ਤੇ World Test Championship 2021 ਤੇ 2023 ਵਾਲੀ ਇਹਨਾਂ ਨੇ ਜਿੱਤੀ ਹੈ ਤੇ ਪਹਿਲੀ ਇਹ ਜੀ ਟੀਮ ਬਣ ਗਈ ਜਿਹੜੀ ਤਿੰਨੇ ਫਾਰਮੈਟ ਦੇ ਵਿੱਚ ਬੱਚੇ World Champion ਦਾ ਟਾਈਟਲ ਜਿਹੜਾ ਹੈ ਹਾਸਲ ਕੀਤਾ ਇਹਨਾਂ ਨੇ ਠੀਕ ਹੈ ਜੀ ਚੱਲ ਮੇਰੇ ਵੀਰੇ ਉਸ ਤੋਂ ਬਾਅਦ ਆਪਾਂ ਅੱਗੇ ਵਧਦੇ ਹਾਂ ਬੱਚਿਓ ਪਹਿਲੀ ਵਾਰੀ ਹੋਇਆ ਪੈरिस डायमंड ਲੀਗ ਦੇ ਵਿੱਚ ਕਿਸੇ ਵੀ ਆਪਣੀ ਹਿਸਟਰੀ ਦੇ ਵਿੱਚ ਵੀ ਕਿਸੇ ਲੌਂਗ ਜੰਪਰ ਨੇ 골ਡ ਮੈਡਲ ਜਿੱਤਿਆ ਜਾਂ ਮੈਡਲ ਜਿੱਤਿਆ ਨਾਮ ਕਿਸੇ ਦਾ ਸ਼੍ਰੀ ਸ਼ੰਕਰ ਮੁਰਲੀ ਪ੍ਰਧਾਨ ਮੰਤਰੀ ਜੀ ਨੇ ਇਹਨੂੰ ਖਾਸ ਕਰਕੇ ਖਾਸ ਕਰਕੇ ਇਹਨਾਂ ਨੂੰ ਜਿਹੜਾ ਹੈ ਕੰਗ੍ਰੈਚੁਲੇਸ਼ਨ ਕੀਤਾ ਸੀਗਾ ਸ਼੍ਰੀ ਸ਼ੰਕਰ ਮੁਰਲੇ ਜੀ ਨੂੰ ਪੈरिस डायमंड ਲੀਗ ਦੇ ਵਿੱਚ ਬੱਚਿਓ ਇਹਨਾਂ ਨੇ ব্রੌਂਜ਼ ਮੈਡਲ ਜਿੱਤੇ ਅਸੀਂ ਤਾਂ ਪਹਿਲੀ ਵਾਰੀ ਸੀ ਕੋਈ ਲੌਂਗ ਜੰਪਰ ਬੱਚਿਓ ਲੌਂਗ ਜੰਪਰ ਕੋਈ ਮੈਡਲ ਲੈ ਕੇ ਆਇਆ ਸੀ ਪੈरिस डायमंड ਲੀਗ ਦੇ ਵਿੱਚ ਠੀਕ ਹੈ ਜੀ ਸੋ ਇਹ ਤਾਂ ਹੁੰਦਾ ਟ੍ਰਿਪਲ ਜੰਪ ਇਹ ਟ੍ਰਿਪਲ ਜੰਪ ਹੁੰਦਾ ਬੱਚਿਓ ਤੁਸੀਂ ਇੱਥੇ ਦੇਖ ਪਾਉਂਗੇ ਤਿੰਨ ਵਾਰੀ ਮਾਰ ਇੱਕ ਦੋ ਤਿੰਨ ਇਹ ਟ੍ਰਿਪਲ ਜੰਪ ਹੁੰਦਾ ਐਂਡ ਅੱਛਾ ਕੱਲਾ ਜੰਪ ਯਾਰ ਬਸ ਇੱਕ ਵਾਰ ਚ ਜੰਪ ਹੁੰਦਾ ਤਿੰਨ ਵਾਰੀ ਮਾਰਦਾਂ ਨਾ ਗਲਤ ਜਿਫ ਲੱਗ ਗਈ ਆ ਇਹਦੇ ਵਿੱਚ ਚੱਲ ਕੋਈ ਗੱਲ ਨਹੀਂ ਟ੍ਰਿਪਲ ਜੰਪ ਹੋ ਗਿਆ ਠੀਕ ਹੈ ਜੀ ਸੋ ਨਾਮ ਯਾਦ ਰੱਖਣੇ ਜੀ ਸ਼੍ਰੀ ਸ਼ੰਕਰ ਮੁਰਲੀ ਉਸ ਤੋਂ ਬਾਅਦ ਦਾ ਬੱਗੇਵਾਦਦੇ ਆ ਜੀ ਅੱਗੇ ਵਾਦਦੇ ਆ ਜੀ ਆਪਾਂ ਨੇ ਦੇਖਿਆ ਸੀਗਾ ਇਟਾਲੀਨ ਉਪਜ ਦਾ ਡੈਨੀਅਲ ਮੈਡਵੇ ਡੇਵ ਜਿੱਤਿਆ ਸੀ ਪਰ ਫ੍ਰੈਂਚ ਓਪਨ ਨਹੀਂ ਜਿੱਤਣ ਦੇਂਦਾ ਮੁੰਡਾ ਇਹ ਤੇ ਨਾਮ ਕੀ ਆ ਨੋਵਾਕ ਚੁਕੋਵਿਕ ਨੋਵਾਕ ਝੁਕੋਵਿਕ ਬੱਚੇ ਫ੍ਰੈਂਚ ਓਪਨ ਨਾਮ ਫ੍ਰੈਂਚ ਓਪਨ ਬੱਚੇ ਇਹਨੇ ਜਿੱਤ ਲਿਆ ਸੀਗਾ ਫ੍ਰੈਂਚ ਓਪਨ ਤੇ ਉਸ ਤੋਂ ਇਲਾਵਾ ਊਮਨ ਕੈਟੇਗਰੀ ਦੇ ਵਿੱਚ ਈਗਾ ਸਵਾਤੀ ਆਕਸੀ ਠੀਕ ਹੈ ਜੀ ਆਹ ਡਬਲਸ ਵਾਲੀ ਕੈਟੇਗਰੀ ਤੁਸੀਂ ਇੱਕ ਵਾਰੀ ਖੁਦ ਆਪਣੀਆਂ ਨਜ਼ਰਾਂ ਨਾਲ ਕੱਢ ਲਓ ਨਜ਼ਰਾਂ ਥਾਣੀ ਕੱਢ ਲਓ ਮੈਂ ਨਹੀਂ ਕਹਿੰਦਾ ਵੀ ਅਨ ਇੰਪੋਰਟੈਂਟ ਨੇ ਪਰ ਇੱਕ ਵਾਰੀ ਪ੍ਰਾਇਓਰਟੀ ਦੇ ਵਿੱਚ ਥੋੜੀ ਘੱਟ ਨੇ ਪਰ ਇੰਪੋਰਟੈਂਟ ਤਾਂ ਹੈਗੇ ਨੇ ਇੱਕ ਵਾਰੀ ਇਹਨਾਂ ਨੂੰ ਨਿਗਾਹ 'ਚੋਂ ਕੱਢ ਲਿਓ ਲਓ ਜੀ ਉਸ ਤੋਂ ਬਾਅਦ ਆਪਾਂ ਅੱਗੇ ਚੱਲਦੇ ਹਾਂ ਜੀ ਤੇ ਪਹਿਲੀ ਵਾਰੀ ਹੋਇਆ ਸੀਗਾ ਕਿ ਊਮਨਸ ਜੂਨੀਅਰ ਟਾਈਟਲ ਏਸ਼ੀਆ ਕੱਪ ਹੋਇਆ ਸੀਗਾ ਹਾਕੀ ਦੇ ਵਿੱਚ ਜੂਨੀਅਰ ਲੈਵਲ ਦਾ ਜਿਦੇ ਵਿੱਚ ਇੰਡੀਆ ਨੇ ਸਾਊਥ ਕੋਰੀਆ ਨੂੰ ਹਰਾ ਕੇ ਪਹਿਲੀ ਵਾਰੀ ਹੋਇਆ ਕਿ ਊਮੈਨਸ ਦਾ ਜੂਨੀਅਰ ਟਾਈਟਲ ਆਪਣੇ ਨਾਮ ਕੀਤਾ ਊਮੈਨਸ ਦਾ ਜੂਨੀਅਰ ਟਾਈਟਲ ਆਪਣੇ ਨਾਮ ਕੀਤਾ ਸਾਊਥ ਕੋਰੀਆ ਨੂੰ ਹਰਾ ਕੇ ਆਪਣੇ ਊਮੈਨਸ ਜੂਨੀਅਰ ਹਾਕੀ ਟੀਮ ਨੇ ਏਸ਼ੀਆ ਕੱਪ 2023 ਦੇ ਵਿੱਚ ਉਸ ਤੋਂ ਇਲਾਵਾ ਬੱਚੇ ਜੇ ਗੱਲ ਕੀਤੀ ਜਾਵੇ FIFA ਅੰਡਰ 20 ਵਰਲਡ ਕੱਪ ਦੀ FIFA ਅੰਡਰ 20 ਵਰਲਡ ਕੱਪ ਦੀ ਜਿਹੜਾ 2023 ਦੇ ਵਿੱਚ ਹੋਇਆ ਹੋਇਆ ਅਰਜਨਟੀਨਾ ਦੇ ਵਿੱਚ ਸੀ ਤੇ ਇਹਦੇ ਵਿੱਚ ਪਹਿਲੀ ਵਾਰੀ ਹੋਇਆ ਕਿ ਉਰੂਗੁਏ ਨੇ ਜਿਹੜਾ ਹੈ ਏ ਵਰਲਡ ਕੱਪ ਜਿੱਤਿਆ ਅੰਡਰ 20 ਵਰਲਡ ਕੱਪ ਕਿਨੇ ਜਿੱਤਿਆ ਜੀ ਉਰੂਗਵੇ ਨੇ ਤੇ FIFA ਇਹ ਕਰਵਾਉਂਦਾ ਹੁੰਦਾ ਤੇ FIFA ਦਾ ਪ੍ਰੈਜ਼ੀਡੈਂਟ ਕੌਣ ਹੈ ਗਿਆਨੀ ਇਨਫੈਂਟੀਨੋ ਗਿਆਨੀ ਅਨਫੈਂਟੀਨੋ ਬੱਚੇ ਦਾ ਨਾਮ ਤੁਸੀਂ ਰੱਖੋਗੇ ਯਾਦ ਸੋ ਫਸਟ ਅ ਫਰਸਟ ਵਰਲਡ ਕੱਪ ਸੀ ਹੈ ਉਰੂਗੁਏ ਦਾ ਅੰਡਰ 20 ਦਾ ਜਿਹੜਾ ਫੀਫਾ ਦਾ ਮੈਂਸ ਵਰਲਡ ਕੱਪ ਸੀ ਉਹ ਹੋਇਆ ਸੀ 71 ਦੇ ਵਿੱਚ ਤੇ ਉਹਨੂੰ ਜਿੱਤਿਆ ਕਿਨੇ ਸੀਗਾ ਉਹਨੂੰ ਜਿੱਤਿਆ ਕਿਨੇ ਸੀ ਅਰਜنٹੀਨਾ ਨੇ ਇਹ ਫੀਫਾ ਅੰਡਰ 20 ਹੋਇਆ ਅਰਜنٹੀਨਾ ਚ ਤੇ ਜਿੱਤਿਆ ਕਿਨੇ ਉਰੂਗੁਏ ਉਰੂਗੁਏ ਇੱਕ ਸਾਊਥ ਅਮਰੀਕਨ ਕੰਟਰੀ ਹੈ ਉਰੂਗੁਏ ਇੱਕ ਸਾਊਥ ਅਮਰੀਕਨ ਕੰਟਰੀ ਹੈ ਇਹ ਵੀ ਤੁਸੀਂ ਯਾਦ ਰੱਖਣਾ ਆ ਦੇਖੋ ਆ ਸਾਊਥ ਅਮਰੀਕਾ ਦਾ ਮੈਪ ਹੈ ਆ ਆਪਣਾ ਉਰੂਗੁਏ ਮੈਕਸਮਾਈਜ਼ ਕਰਤਾ ਆਪ ਇਹਦਾ ਜਿਹੜੀ ਹੈ ਲੋਕੇਸ਼ਨ ਮੋਂਟੇ ਵਿਡੀਓ ਦੀ ਕੀ ਹੈ ਬੱਚੇ ਕੈਪੀਟਲ ਹੈ ਤੇ ਇਧਰਲੇ ਪਾਸੇ ਕਿਹੜੇ ਕਿਹੜੇ ਆਪਸ਼ਨ ਆ ਲੱਗਦਾ ਇਹ ਆਪਣੇ ਅਟਲੈਂਟਿਕ ਓਸ਼ੀਅਨ ਨਾਲ ਠੀਕ ਹੈ ਜੀ ਅਟਲੈਂਟਿਕ ਤੇ ਓਸ਼ੀਅਨ ਤੇ ਕਮੈਂਟ ਸੈਕਸ਼ਨ ਵਿੱਚ ਦੱਸਿਓ ਜਿਹੜਾ ABC ਹੈ ਇਹਦੀ ਕੀ ਖਾਸੀਅਤ ਹੈ ABC ਇੱਥੇ ਇੱਕ ਟ੍ਰਾਇੰਗਲ ਹੈ ABC ਇਹਦੀ ਖਾਸੀਅਤ ਕੀ ਹੈ ਕਮੈਂਟ ਸੈਕਸ਼ਨਾਂ ਵਿੱਚ ਮੈਨੂੰ ਜ਼ਰੂਰ ਦੱਸ ਦਿਓ ਅੱਗੇ ਵਧੋ ਅੱਗੇ ਵਧਦੇ ਬੱਚੇ ਤੇ ਦੇਖਦੇ ਆ ਜੀ ICC ਪਲੇਅਰ ਆਫ ਦਾ ਮੰਥ ਮਈ ਮਹੀਨੇ ਦੇ ਡਿਕਲੇਅਰ ਕੀਤੇ ਗਈ ਸੀ ਮਈ ਮਹੀਨੇ ਦੇ ICC ਪਲੇਅਰ ਆਫ ਦਾ ਮੰਥ ਕਿਹੜੇ ਸੀਗੇ ਇੰਗਲੈਂਡ ਦਾ ਪਲੇਅਰ ਹੈਰੀ ਟੈਕਟਰ ਹੈਰੀ ਟੈਕਟਰ ਤੇ ਊਮਨਸ ਦੇ ਵਿੱਚ ਜਿਹੜੀ ਹੈ ਆਪਣੀ ਸੀਗੇ ਥਿਪਾਚਾ ਪੁੱਥਵੋਂਗ ਥਾਈਲੈਂਡ ਦਾ ਪਲੇਅਰ ਹਨਾ ਥਾਈਲੈਂਡ ਦੇ ਪਲੇਅਰ ਨੇ ਇਹ ਸੋ ਆਹ ਦੋ ਪਲੇਅਰ ਜਿਹੜੇ ਮਈ ਮਹੀਨੇ ਦੇ ਬੱਚੇ ਬਣੇ ਸੀ ਪਲੇਅਰ ਆਫ ਦਾ ਮੰਥ ਅੱਗੇ ਵਧੋ ਜੀ ਤੇ ਬੱਚੇ ਆਪਾਂ ਦੇਖਿਆ ਸੀਗਾ ਜੀ ਤੇ ਇੰਡੋਨੇਸ਼ੀਆ ਓਪਨ ਇੰਡੋਨੇਸ਼ੀਆ ਓਪਨ ਜਿਹੜਾ ਓਬਵੀਅਸਲੀ ਇੰਡੋਨੇਸ਼ੀਆ ਦੇ ਵਿੱਚ ਹੀ ਹੁੰਦਾ ਤੇ ਇਹਦੇ ਵਿੱਚ ਸਾਤਵਿਕ ਤੇ ਚਿਰਾਗ ਦੀ ਜੋੜੀ ਨੇ ਮੈਂਸ ਡਬਲ ਵਰਲਡ ਕੱਪ ਜਿੱਤਿਆ ਸੀ ਮੈਂਸ ਡਬਲਸ ਦੇ ਵਿੱਚ ਕੈਟਾਗਰੀ ਦੇ ਵਿੱਚ ਵਰਲਡ ਟਾਈਟਲ ਆਪਣੇ ਨਾਮ ਕੀਤਾ ਸੀ ਇੰਡੋਨੇਸ਼ੀਆ ਓਪਨ ਦੇ ਵਿੱਚ ਇੰਡੋਨੇਸ਼ੀਆ ਓਪਨ ਦੇ ਵਿੱਚ ਠੀਕ ਹੈ ਜੀ ਲਓ ਜੀ ਤੇ ਉਸ ਤੋਂ ਬਾਅਦ ਇਹਨੂੰ ਜਿੱਤਿਆ ਕਿਹਨੇ ਸੀਗਾ ਇਹਨੂੰ ਜਿੱਤਿਆ ਸੀ ਸਿੰਗਲ ਕੈਟਾਗਰੀ ਦੇ ਵਿੱਚ ਵਿਕਟਰ ਐਕਸਲਸਨ ਨੇ ਓਕੇ ਜੀ ਇੰਡੋਨੇਸ਼ੀਆ ਓਪਨ ਅਗੇ ਵਧਦੇ ਹਾਂ ਜੀ ਅਗਲੀ ਨਿਊਜ਼ ਵਿੱਚ ਆਉਂਦਾ ਜੀ ਏਜੀਪਟ ਦਾ ਨਾਮ ਏਜੀਪਟ ਕੰਟਰੀ ਨੇ ਬੱਚੇ ਵਰਲਡ ਸਕੁਐਸ਼ ਚੈਂਪੀਅਨਸ਼ਿਪ ਆਪਣੇ ਨਾਮ ਕੀਤੀ ਹੈ ਜੀ ਵਰਲਡ ਸਕੁਐਸ਼ ਚੈਂਪੀਅਨਸ਼ਿਪ ਦੇ ਵਿੱਚ ਕੌਣ ਜਿੱਤਿਆ ਜੀ ਏਜੀਪਟ ਜਿੱਤਿਆ ਇਸ ਗੱਲ ਨੂੰ ਤੁਸੀਂ ਆਪਣੇ ਯਾਦ ਰੱਖੋਗੇ ਠੀਕ ਹੈ ਜੀ ਯਾਦ ਰੱਖੋਗੇ ਉਸ ਤੋਂ ਬਾਅਦ ਹੁਣ ਗੱਲ ਆਉਂਦੀ ਹੈ ਇੰਟਰਕੰਟੀਨੈਂਟਲ ਕੱਪ ਦੀ ਇੰਟਰਕੰਟੀਨੈਂਟਲ ਕੱਪ ਪਹਿਲਾਂ ਤਾਂ ਇਹ ਗੱਲ ਤੁਸੀਂ ਯਾਦ ਰੱਖੇ ਫੁੱਟਬਾਲ ਦੇ ਵਿੱਚ ਇਹ ਹੀ ਖੇਡਿਆ ਜਾਂਦਾ ਹੈ ਫੁੱਟਬਾਲ ਦਾ ਇਹ ਕੱਪ ਹੈ ਚਾਰ ਦੇਸ਼ਾਂ ਦੇ ਵਿੱਚ ਖੇਡਿਆ ਜਾਂਦਾ ਹੈ ਤੇ ਜਿਹਦੇ ਵਿੱਚ ਇੰਡੀਆ ਨੇ ਬੱਚੇ ਇਹਦੇ ਵਿੱਚ ਪਹਿਲੀ ਵਾਰੀ ਹੋਇਆ ਕਾਫੀ ਸਾਲਾਂ ਬਾਅਦ ਕਿ ਇੰਡੀਆ ਨੇ ਇਹ ਟਾਈਟਲ ਜਿੱਤਿਆ ਇੰਟਰਕੰਟੀਨੈਂਟਲ ਕੱਪ ਇੰਟਰਕੰਟੀਨੈਂਟਲ ਕੱਪ ਬੱਚੇ ਜਿੱਤੇ ਸੀ ਚਾਰ ਦੇਸ਼ ਕਿਹੜੇ ਨੇ ਜਿਹਦੇ ਵਿੱਚ ਹੁੰਦਾ ਹੈ ਇੰਡੀਆ ਲੈਬਨਨ ਸੀਰੀਆ ਤਜਿਕਿਸਤਾਨ ਠੀਕ ਹੈ ਜੀ ਤੇ ਇਹਦੇ ਵਿੱਚ ਇੰਡੀਆ ਬੱਚੇ ਜਿੱਤ ਗਿਆ ਜੀ ਜਿੱਤ ਗਿਆ ਤੇ ਜਿੱਤ ਗਿਆ ਤੇ ਜਿੱਤ ਗਿਆ ਤੇ ਹੋਇਆ ਕਿਤੇ ਸੀ ਫਾਈਨਲ ਕਲਿੰਗਾ ਸਟੇਡੀਅਮ ਯਾਨੀ ਕਿ 오ਡੀਸਾ ਦੇ ਵਿੱਚ ਇੰਟਰਕੰਟੀਨੈਂਟਲ ਕੱਪ ਕੌਣ ਜਿੱਤਿਆ ਫੁੱਟਬਾਲ ਦਾ ਇੰਡੀਆ ਲਓ ਜੀ ਆ ਲੈਬਨਨ ਨੂੰ ਹਰਾਇ ਸੀ ਇਸ ਕਰਕੇ ਲੈਬਨਨ ਦਾ ਮੈਂ ਇਥੇ ਮੈਪ ਪਾਤਾ ਲੈਬਨਨ ਆ ਪਈ ਹੈ ਮਿਡਲ ਈਸਟਰਨ ਕੰਟਰੀ ਹੈ ਬੱਚੇ ਦੇਖੋ ਮੈਡੀਟੇਰੀਨੀਅਨ ਓਸ਼ਨ ਹੈ ਦਾ ਬਾਰਡਰ ਲਾ ਛੋਟਾ ਜਿਹਾ ਸੀਰੀਆ ਤੇ ਇਜ਼ਰਾਈਲ ਨਾਲ ਇਹਦਾ ਬਾਰਡਰ ਟੱਕਿਆ ਹੋਇਆ ਜੀ ਲੋ ਜੀ ਅੱਗੇ ਵਧਦੇ ਹਾਂ ਜੀ ਆਪਾਂ ਅੱਗੇ ਆਪਾਂ ਦੇਖਿਆ ਜੀ 37th ਨੈਸ਼ਨਲ ਗੇਮਸ ਜਿਹੜੀਆਂ ਕੀ ਆਪਣੀਆਂ ਕਿੱਥੇ ਹੋਈਆਂ ਸੀਗੀਆਂ 37th ਨੈਸ਼ਨਲ ਗੇਮਸ ਗੋਆ ਦੇ ਵਿੱਚ ਹੋਈਆਂ ਸੀ ਜਿਹਦਾ ਮਾਸਕਟ ਕੀ ਸੀਗਾ ਆਪਣਾ ਮੋਗਾ ਸੀਗਾ ਜਿਹੜਾ ਕਿ ਇੰਡੀਅਨ ਵਾਈਸਨ ਹੈ ਸਟੇਟ ਐਨੀਮਲ ਹੈ ਇਹ ਕਿੰਨਾ ਦਾ ਗੋ ਵਾਲਿਆਂ ਦਾ ਇਹਨੂੰ ਵੀ ਯਾਦ ਰੱਖ ਲਿਓ ਜੀ ਤੇ ਬੱਚਿਓ ਇਹਦੇ ਵਿੱਚ ਪੀਟੀ ਹੁਸ਼ਾ ਨੇ ਇੰਡੀਅਨ ਲੋਪਿੰਗ ਐਸੋਸੀਏਸ਼ਨ ਦੇ ਪ੍ਰੈਜ਼ੀਡੈਂਟ ਸੀਗੇ ਤੇ ਇੱਥੇ ਬੱਚੇ ਥੋੜਾ ਜਿਹੜਾ ਹੈ ਜੂਨ ਦੇ ਇੱਥੇ ਬੱਚੇ ਥੋੜੇ ਜਿਹੜੇ ਆ ਜੂਨ ਦੇ ਕਰੰਟ ਅਫੇਅਰ ਜਿਹੜੇ ਕਵਰ ਖਾਓ ਕਵਰ ਹੋ ਗਏ ਸਪੋਰਟਸ ਦੇ ਜੂਨ ਦੇ ਜੂਨ ਦੇ ਸਾਰੇ ਆਪਣੇ ਸਪੋਰਟਸ ਰਿਲੇਟਡ ਕਰੰਟ ਅਫੇਅਰ ਖਤਮ ਹੋ ਗਏ ਨੇ ਤੇ 37th ਨੈਸ਼ਨਲ ਗੇਮ ਦੇ ਵਿੱਚ ਟੋਟਲ 63 ਡਿਸਪਲਿਨਸ ਦੇ ਵਿੱਚ ਬੱਚੇ ਕੀਤਾ ਗਿਆ ਸੀਗਾ ਗੇਮਾਂ ਖੇਡੀਆਂ ਸੀ ਗਤਕਾ ਇਹਦੇ ਵਿੱਚ ਪਹਿਲੀ ਵਾਰ ਇੰਟਰੋਡਿਊਸ ਕੀਤਾ ਗਿਆ ਸੀਗਾ ਤੇ ਇਹਨੂੰ ਇਹਨੂੰ ਜਿੱਤਿਆ ਕਿਨੇ ਆ ਬੱਚੇ ਇਹਨੂੰ ਮਹਾਰਾਸ਼ਟਰ ਨੇ ਜਿੱਤਿਆ ਵਿਦਾਲ 200 ਮੈਡਲ 200 ਮੈਡਲ ਦੇ ਨਾਲ ਬੱਚੇ ਇਹਨੂੰ ਜਿਹੜਾ ਜਿੱਤ ਲਿਆ ਗਿਆ ਬਾਏ ਆਪਣਾ ਮਹਾਰਾਸ਼ਟਰ uh, 37th ਨੈਸ਼ਨਲ ਗੇਮਸ ਲੋ ਜੀ ਫਿਰ ਆਪਾਂ ਚੱਲਦੇ ਹੁਣ ਜੁਲਾਈ ਦੇ ਕਰੰਟ ਅਫੇਅਰਸ ਤੇ ਜੁਲਾਈ ਦੇ ਵਿੱਚ ਦੇਖਦੇ ਆਂ ਜੁਲਾਈ ਦੇ ਵਿੱਚ ਕੀ ਆ ਖਾਸ ਜੁਲਾਈ ਦੇ ਕਰੰਟ ਅਫੇਅਰਸ ਦੇਖਨੇ ਆ ਕੀ ਆ ਬੱਚਿਓ ਪਹਿਲੀ ਗੱਲ ਆਉਂਦੀ ਐ ਏਸ਼ੀਅਨ ਕਬੱਡੀ ਚੈਂਪੀਅਨਸ਼ਿਪ ਦੀ ਏਸ਼ੀਅਨ ਕਬੱਡੀ ਚੈਂਪੀਅਨਸ਼ਿਪ ਠੀਕ ਹੈ ਜੀ ਤੇ ਇਹਨੂੰ ਜਿੱਤਿਆ ਕਿਨੇ ਆਬਵੀਅਸਲੀ ਇੰਡੀਆ ਨੇ ਹੀ ਜਿੱਤਿਆ ਇਹਦੇ ਬੱਚੇ ਅੱਜ ਤੱਕ 9 ਐਡੀਸ਼ਨ ਹੋਏ ਨੇ ਤੈਨੂੰ 8 ਵਾਰ ਆਪਣੇ ਇੰਡੀਆ ਨੇ ਜਿੱਤਿਆ ਬੱਚਿਓ ਇਸ ਗੱਲ ਨੂੰ ਤੁਸੀਂ ਯਾਦ ਰੱਖਣਾ ਜੀ ਕੋਰੀਆ ਦੇ ਵਿੱਚ ਇਹਦਾ ਬੁਸਾਨ ਦੇ ਵਿੱਚ ਬੱਚਿਓ ਕੋਰੀਆ ਦੇ ਵਿੱਚ ਇਹਦਾ ਫਾਈਨਲ ਹੋਇਆ ਸੀ ਜਿਹਦੇ ਵਿੱਚ ਇੰਡੀਆ ਨੇ ਬੱਚੇ ਈਰਾਨ ਨੂੰ ਹਰਾਤਾ ਸੀਗਾ ਈਰਾਨ ਨੂੰ ਹਰਾਇਆ ਸੀ ਈਰਾਨ ਦੀ ਵੀ ਟੀਮ ਤਕੜੀ ਹੈ ਬੱਚੇ ਐਨੇ ਕੋਈ ਮਾੜੀ ਟੀਮ ਨਹੀਂ ਹੈਗੀ ਉਹਨਾਂ ਦੀ ਬਟ ਇੰਡੀਆ ਹੀ ਜਿੱਤਦੀ ਉਹਨਾਂ ਉੱਲਜਾਤਰ ਤਾਂ ਠੀਕ ਹੈ ਜੀ ਯਾਦ ਰੱਖਿਓ ਜੀ ਲੋ ਜੀ 6 ਟੀਮਾਂ ਨੇ ਪਾਰਟਿਸਪੇਟ ਕੀਤਾ ਸੀ ਏਸ਼ੀਆ ਇੰਡੀਆ ਈਰਾਨ ਜਾਪ ਉਹ ਹਰਾਤਾ ਇੰਡੀਆ ਬਣ ਗਿਆ ਜੀ ਕਬੱਡੀ ਦਾ ਏਸ਼ੀਅਨ ਚੈਂਪੀਅਨਸ਼ਿਪ ਜਿਹੜੀ ਕਿ ਹੋਈ ਸੀ ਬੁਸਾਨ ਸਾਊਥ ਕੋਰੀਆ ਦੇ ਵਿੱਚ ਅੱਗੇ ਵਧਦੇ ਹਾਂ ਜੀ ਅਗਲੀ ਨਿਊਜ਼ ਦੇ ਵਿੱਚ ਆਪਾਂ ਦੇਖਦੇ ਹਾਂ ਬੱਚਿਓ ਆਹ ਮੁੰਡੇ ਦਾ ਨਾਮ ਤੁਸੀਂ ਯਾਦ ਰੱਖਣਾ ਯੁਕੀ ਬਾਂਬਰੀ ਦਾ ਯੁਕੀ ਭਾਂਬਰੀ ਯੁਕੀ ਭਾਂਬਰੀ ਇਹ ਬੱਚੇ ਪਹਿਲਾ ਇੰਡੀਅਨ ਸੀਗਾ ਜਿਨੇ ਜੂਨੀਅਰ ਆਸਟ੍ਰੇਲੀਅਨ ਓਪਨ ਟਾਈਟਲ ਆਪਣੇ ਨਾਮ ਕੀਤਾ ਤੇ ਉਸ ਤੋਂ ਬਾਅਦ ਇਹ ਇਹਨੇ ਬੱਚੇ ਟਾਈ ਅਪ ਕੀਤਾ ਜੀ ਮਿਕਸਡ ਡਬਲ ਦੇ ਵਿੱਚ ਭਾਂਬਰੀ ਤੇ ਹੈਰਿਸ ਨੇ ਭਾਂਬਰੀ ਤੇ ਹੈਰਿਸ ਨੇ ਤੇ ਇਹਨਾਂ ਨੇ ਬੱਚਿਓ ਮੇਡ ਇਨ ਇੱਕ ਜੋੜੀ ਨੇ ਮੇਡ ਇਨ ਮਤਲਬ ਕਿ ਪਹਿਲੀ ਵਾਰੀ ਏਟੀਪੀ ਦਾ ਡਬਲਸ ਟਾਈਟਲ ਆਪਣੇ ਨਾਮ ਕੀਤਾ ਯੂਕੀ ਭਾਂਬਰੀ ਤੇ ਹੈਰਿਸ ਨੇ ਚੈਂਪੀਅਨਸ਼ਿਪ ਕਿਹੜੀ ਸੀ ਮਲੋਰਕਾ ਚੈਂਪੀਅਨਸ਼ਿਪ ਸੇ ਪਹਿਲੀ ਵਾਰੀ ਸੀ ਏਟੀਪੀ ਟਾਈਟਲ ਆਪਣੇ ਨਾਮ ਕੀਤਾ ਉਸ ਤੋਂ ਇਲਾਵਾ ਯੂਕਰੀ ਭਾਂਬਰੀ ਜਿਹੜਾ ਪਹਿਲਾਂ ਇੰਡੀਅਨ ਸੀਜ਼ਨ ਨੇ ਜੂਨੀਅਰ ਆਸਟ੍ਰੇਲੀਅਨ ਓਪਨ ਟਾਈਟਲ ਆਪਣੇ ਨਾਮ ਕੀਤਾ ਸੀ ਫਿਰ ਆ ਗਿਆ ਜੀ ਉਹੀ ਰੇਸਾਂ ਵਾਲਾ ਗੱਗਲਬਾਤ ਆ ਗਈ ਤੇ ਕੋਈ ਬੰਦਾ ਆਪਣਾ ਆਸਟ੍ਰੇਲੀਅਨ ਗ੍ਰੈਂਡ ਪ੍ਰਿਕਸ ਮੈਕਸ ਵਰਸੈਪਟਨ ਅੱਗੇ ਵਧਜੋ ਜੀ ਫਿਰ ਬੱਚਿਓ ਪਹਿਲੀ ਇਕਲੌਤੀ ਇੰਡੀਅਨ ਕ੍ਰਿਕਟਰ ਜਿਹੜੀ ਕਿ ਬੱਚਿਓ ਕੈਰੀਬੀਅਨ ਪ੍ਰੀਮੀਅਰ ਲੀਗ ਦੇ ਵਿੱਚ ਉਹਨੂੰ ਖਰੀਦਿਆ ਗਿਆ ਤੇ ਉਹ ਜਾ ਰਹੇ ਨੇ ਉੱਥੇ ਖੇਡਣ ਨਾਮ ਕੀ ਬੱਚੇ ਸ਼੍ਰੀਆਂਕਾ ਪਾਟੇਲ ਸ਼੍ਰੀਆਂਕਾ ਪਾਟੇਲ ਬਿਕਮਸ ਦਾ ਫਰਸਟ ਫਰਸਟ ਇੰਡੀਅਨ ਕਰੈਕਟਰ ਜਿਹੜੀ ਕਿ ਊਮਨ ਊਮਨਸ ਕੈਰੀਬੀਅਨ ਪ੍ਰੀਮੀਅਰ ਲੀਗ ਦੇ ਵਿੱਚ ਬੱਚਿਓ ਖੇਡਣ ਜਾ ਰਹੀ ਹੈ ਨਾਮ ਯਾਦ ਰੱਖ ਲੈਣਾ ਤੁਸੀਂ ਸਿੱਧਾ ਸਿੱਧਾ ਪੁੱਛ ਲਿਆ ਜਾਊਗਾ ਜੀ ਸ਼੍ਰੀਆਂਕਾ ਪਾਟੇਲ ਅੱਗੇ ਵਾਜੋ ਜੀ ਅੱਗੇ ਆਪਾਂ ਦੇਖਦੇ ਹਾਂ ਜੀ 132ਵਾਂ ਦੁਰਾਂਦ ਕੱਪ 132ਵਾਂ ਦੁਰਾਂਦ ਕੱਪ ਬੱਚਿਓ ਟੂਰਨਾਮੈਂਟ ਹੋਇਆ ਸੀ ਤੇ ਕਿੱਥੇ ਹੋਸਟ ਕੀਤਾ ਗਿਆ ਸੀਗਾ ਇਹ ਕਲਕੱਤੇ ਦੇ ਵਿੱਚ ਤੇ ਦੁਰਾਂਦ ਕੱਪ ਬੱਚੇ ਜਿਹੜਾ ਹੁੰਦਾ ਹੈ ਇਹ ਫੁੱਟਬਾਲ ਦਾ ਹੀ ਕੱਪ ਹੁੰਦਾ ਜਬਰਦਸਤ ਹੁੰਦਾ ਤੇ ਇਹਨੂੰ ਜਿੱਤਿਆ ਕਿ ਨਹੀਂ ਸੀ ਤੁਸੀਂ ਚੈਟ ਬਾਕਸ 'ਚ ਰਿਸਪੌਂਡ ਕਰੋਗੇ ਕਿਉਂਕਿ ਆਪਾਂ ਇਹ ਕੰਪਲੀਟ ਕੀਤਾ ਹੋਇਆ ਚੈਟ ਬਾਕਸ 'ਚ ਰਿਸਪੌਂਡ ਕਰਕੇ ਮੈਨੂੰ ਦੱਸਿਓ ਐਨ ਯਾਦ ਰੱਖਿਓ ਫਿਲਹਾਲ ਦੇ ਲਈ ਕਿ ਇਹ ਕਲਕੱਤਾ ਦੇ ਵਿੱਚ ਹੋਇਆ ਸੀਗਾ ਲਓ ਜੀ ਉਸ ਤੋਂ ਬਾਅਦ ਬੱਚੇ ਜਦੋਂ ਇੰਡੀਅਨ ਫੁੱਟਬਾਲ ਟੀਮ ਵਾਲੇ ਨੇ ਇੰਟਰ ਕੰਟੀਨੈਂਟਲ ਕੱਪ ਜਿੱਤੇ ਨਾ ਜਿਹੜਾ ਆਪਾਂ ਹੁਣੇ ਪਿੱਛੇ ਕੀਤਾ ਜੂਨ ਦੇ ਮਹੀਨੇ ਵਿੱਚ ਉਸ ਤੋਂ ਅਗਲੇ ਮਹੀਨੇ ਦੇ ਵਿੱਚ ਇੱਕ ਹੋਰ ਵਰਲਡ ਕੱਪ ਇੱਕ ਕੱਪ ਹੋਇਆ ਸੀ ਜਿਹਦਾ ਨਾਮ ਹੈ ਬੱਚੇ ਸੈਫ ਚੈਂਪੀਅਨਸ਼ਿਪ ਸੈਫ ਚੈਂਪੀਅਨਸ਼ਿਪ ਸਾਊਥ ਏਸ਼ੀਅਨ ਫੁੱਟਬਾਲ ਫੈਡਰੇਸ਼ਨ ਵੱਲੋਂ ਬੱਚੇ ਇਹ ਕਰਵਾਇਆ ਜਾਂਦਾ ਹੈ ਸੈਫ ਚੈਂਪੀਅਨਸ਼ਿਪ ਹੋਈ ਹੈ ਤੇ ਜਿਹਦੇ ਵਿੱਚ ਬੱਚੇ ਸਾਡੀ ਇੰਡੀਆ ਜੋ ਹੈ ਫੇਰ ਦੁਬਾਰਾ ਜਿੱਤ ਗਈ ਹੈ ਇੰਡੀਆ ਫੇਰ ਦੁਬਾਰਾ ਇਹਦੇ ਵਿੱਚ ਜਿੱਤ ਗਈ ਸੀ ਬੱਚਿਓ ਤੇ ਦੂਜੀ ਵਾਰੀ ਹੋਇਆ ਸੈਕੰਡ ਕੰਜੈਕਟਿਵ ਟਰੰਪ ਸੀ ਬੱਚੇ ਇੰਡੀਆ ਦੀ ਪ੍ਰੀਵੀਅਸ ਮੰਥ ਦੇ ਵਿੱਚ ਇਹਨਾਂ ਨੇ ਇੰਟਰਕੰਟੀਨੈਂਟਲ ਕੱਪ ਜਿੱਤਿਆ ਸੀ ਤੇ ਬੱਚੇ ਇਹ ਦੂਜਾ ਕੱਪ ਇਹਨਾਂ ਨੇ ਮਿੰਟ ਤੋਂ ਪਹਿਲਾਂ ਜਿੱਤ ਲਿਆ ਸੈਫ ਚੈਂਪੀਅਨਸ਼ਿਪ ਸੈਫ ਚੈਂਪੀਅਨਸ਼ਿਪ ਬੱਚਿਓ ਇਹ ਤੁਸੀਂ ਰੱਖਣੀ ਹੈ ਗੱਲ ਯਾਦ ਲੋ ਜੀ ਵੀਰੋ ਲੋ ਜੀ ਠੀਕ ਹੈ ਜੀ ਆ ਸੈਫ ਚੈਂਪੀਅਨਸ਼ਿਪ ਦੇ ਬਾਰੇ ਕੁਝ ਇਨੋਗ ਪੁਆਇੰਟਸ ਨੇ ਜਿਦਾ ਕਿ 2 ਸਾਲਾਂ ਦੇ ਵਿੱਚ ਇੱਕ ਵਾਰ ਹੁੰਦੀ ਹੈ ਇਹ ਠੀਕ ਹੈ ਜੀ ਸਾਊਥ ਏਸ਼ੀਅਨ ਕੰਟਰੀਸ ਇਹਦੇ ਵਿੱਚ ਪਾਰਟਿਸਿਪੇਟ ਕਰਦਿਆਂ ਨੇ 1993 ਵਿੱਚ ਪਹਿਲਾ ਇਹ ਚੈਂਪੀਅਨਸ਼ਿਪ ਕਰਵਾਈ ਗਈ ਸੀ ਅੱਗੇ ਵਜੋ ਜੀ ਲਓ ਜੀ ਉਸ ਤੋਂ ਬਾਅਦ ਬੱਚੇ ਗੱਲ ਆਉਂਦੀ ਹੈ 올 ਇੰਡੀਆ ਫੁੱਟਬਾਲ ਫੈਡਰੇਸ਼ਨ ਵੱਲੋਂ ਰਿਲੀਜ਼ ਕੀਤੇ ਗਏ ਮੈਨਸ ਐਂਡ ਊਮੈਨਸ ਫੁੱਟਬਾਲਰ ਆਫ ਦਾ ਇਅਰ 올 ਇੰਡੀਆ ਫੁੱਟਬਾਲ ਫੈਡਰੇਸ਼ਨ ਵੱਲੋਂ ਰਿਲੀਜ਼ ਕੀਤੇ ਗਏ ਮੈਨਸ ਐਂਡ ਊਮੈਨਸ ਫੁੱਟਬਾਲਰ ਆਫ ਦਾ ਇਅਰ ਮੈਨਸ ਕੈਟਾਗਰੀ ਦੇ ਵਿੱਚ ਨਾਮ ਆਉਂਦਾ ਜੀ ਲਾਲਿਆਨ ਜ਼ੁਵਾਲਾ ਛਾਂਕਟੇ ਲਾਲੀਆਨ ਜ਼ੁਵਾਲਾ ਛਾਂਗਟੇ ਤੇ ਮੈਨਸ ਵੂਮਨਸ ਕੈਟੇਗਰੀ ਦੇ ਵਿੱਚ ਆ ਗਿਆ ਜੀ ਮਨੀਸ਼ਾ ਕਲਿਆਣ ਇਹ ਹਾਰਦਿਕ ਪਾਂਡਿਆ ਵਰਗੀ ਨਹੀਂ ਲੱਗਦੀ ਇਹ ਹੈਗੀ ਕੁੜੀ ਹਾਰਦਿਕ ਪਾਂਡਿਆ ਵਰਗੀ ਲੱਗਦੀ ਹੈ ਇਹਨੂੰ ਪਤਾ ਨਹੀਂ ਕਿਉਂ ਠੀਕ ਹੈ ਜੀ ਸੋ ਮਨੀਸ਼ਾ ਕਲਿਆਣ ਜੀ ਤੇ ਮੈਨਸ ਕੈਟੇਗਰੀ ਦੇ ਵਿੱਚ ਲਾਲੀਆਨ ਜ਼ੁਵਾਲਾ ਛਾਂਗਟੇ ਚੱਲ ਮੇਰਾ ਭਰਾ ਫੁੱਟਬਾਲਰ ਆਫ ਦਾ ਇਅਰ ਅਵਾਰਡ ਫਿਰ ਆਪਾਂ ਦੇਖਿਆ ਸੀ ਬੱਚਿਓ ਮੈਕਸ ਵਰਸ ਐਪਟਨ ਨੇ ਫਿਰ ਆਪਣਾ ਜਿਹੜਾ ਹੈ ਬ੍ਰਿਟਿਸ਼ ਗ੍ਰੈਂਡ ਪ੍ਰੀਖਸ਼ਿਤ ਲਈ ਇਹ ਬੱਚਿਓ ਜਿੱਤਦਾ ਹੀ ਰਹਿੰਦਾ ਹੈ ਇਹਦਾ ਹੀ ਨਾਮ ਆਉਂਦਾ ਹੈ ਕੰਮ ਤੁਹਾਡੇ ਲਈ ਸੌਖਾ ਹੀ ਹੈ ਫਿਰ ਗੱਲ ਆਉਂਦੀ ਹੈ 58th ਕੈਨੇਡਾ ਓਪਨ ਦੀ ਜਿਹੜੀ ਕਿ ਬੈਡਮਿੰਟਨ ਦਾ ਇਹ ਟੂਰਨਾਮੈਂਟ ਹੈ ਵਰਲਡ ਬੈਡਮਿੰਟਨ ਵਰਲਡ ਫੈਡਰੇਸ਼ਨ ਇਹਨੂੰ ਕਰਵਾਉਂਦਾ ਹੈ ਤੇ ਇਹਨੂੰ ਕਿਹਨੇ ਜਿੱਤਿਆ ਜੀ men single ਟਾਈਟਲ ਜਿੱਤਿਆ ਲਖਸ਼ ਸੇਨ ਨੇ ਲਖਸ਼ ਸੇਨ ਨੇ ਬੱਚੇ ਇਹ ਮੈਂਸ ਜਿਹੜਾ ਟਾਈਟਲ ਜਿੱਤਿਆ ਸੀਗਾ ਬੱਚਿਓ ਤੇ ਬੜਾ ਜ਼ਬਰਦਸਤ ਟਾਈਟਲ ਨੇ ਦਿੱਤੇ ਆ ਤੇ ਉਸ ਤੋਂ ਇਲਾਵਾ ਬੱਚੇ ਇਹਨਾਂ ਨੇ 2022 ਦੇ ਵਿੱਚ ਇੰਡੀਅਨ ਓਪਨ ਜਿੱਤਿਆ ਸੀ ਇੰਡੀਅਨ ਓਪਨ ਜਿੱਤਿਆ ਸੀ ਤੇ ਰੈਂਕ ਇਹਨਾਂ ਦਾ 19ਵਾਂ ਵਰਲਡ ਦੇ ਵਿੱਚ ਲਖਸ਼ ਸੇਨ ਅੱਗੇ ਵਧੋ ਜੀ ਫਿਰ ਆਇਆ ਜੀ ਅੰਡਰ 21 ਯੂਰੋ ਕੱਪ ਅੰਡਰ 21 ਯੂਰੋ ਕੱਪ ਯੂਰੇਸ਼ੀਆ ਦਾ ਬੱਚੇ ਕੱਪ ਹੁੰਦਾ ਹੈ ਯੂਰਪ ਦੇ ਜਾਂਤਰ ਕੰਟਰੀਜ਼ ਫੁੱਟਬਾਲ ਖੇਡਦੀਆਂ ਨੇ ਤੇ ਇਹਦੇ ਵਿੱਚ ਬੱਚੇ ਇੰਗਲੈਂਡ ਵਿਜੇਤਾ ਰਿਹਾ ਤੇ ਹਾਰਾਤਾ ਸਪੇਨ ਨੂੰ ਇੰਗਲੈਂਡ ਨੇ ਸਪੇਨ ਨੂੰ ਹਰਾ ਕੇ ਬੱਚੇ ਅੰਡਰ 21 ਅੰਡਰ 21 ਬੱਚੇ ਯੂਰੋ ਕੱਪ ਆਪਣੇ ਨਾਮ ਕੀਤਾ ਜਿਹਨੂੰ ਬਈ ਯੂਫਾ ਚੈਂਪੀਅਨਸ਼ਿਪ ਵੀ ਕਹਿੰਦੇ ਆ ਯੂਫਾ ਚੈਂਪੀਅਨਸ਼ਿਪ ਵੀ ਕਹਿੰਦੇ ਆ ਜੀ ਤੇ ਇਹਦੇ ਵਿੱਚੋਂ ਬੱਚਿਓ ਇਹਦੇ ਵਿੱਚੋਂ ਜਿਹੜਾ ਬੈਸਟ ਪਲੇਅਰ ਰਿਹਾ ਬੱਚੇ ਐਂਥਨੀ ਗਾਰਡਨ ਰਿਹਾ ਤੇ ਇਸ ਗੱਲ ਨੂੰ ਵੀ ਤੁਸੀਂ ਯਾਦ ਰੱਖੋਗੇ 24 ਮਾ ਐਡੀਸ਼ਨ ਸੀ ਲਓ ਜੀ ਉਸ ਤੋਂ ਬਾਅਦ ਆਪਾਂ ਅੱਗੇ ਵਧਦੇ ਹਾਂ ਜੀ ਫਿਰ ਆਪਾਂ ਮਈ ਕਰ ਲਿਆ ਜੁਲਾਈ ਕਰ ਲਿਆ ਅੱਛਾ ਜੁਲਾਈ ਦਾ ਤਾਂ ਇਹੀ ਆ ਹਨਾ ਜੁਲਾਈ ਦੇ ਮਹੀਨੇ ਦੇ ਬੈਸਟ ਪਲੇਅਰ ਸੌਰੀ ਮਈ ਤੇ ਸੌਰੀ ਜੂਨ 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 ਮਹੀਨੇ ਦੇ ਬੱਚੇ ਬੈਸਟ ਪਰਫਾਰਮੈਂਸ ক্রিকেট ਦੀ ਦੁਨੀਆ ਵਿੱਚ ਪਲੇਅਰ ਆਫ ਦਾ ਮੰਥ ਬਾਈ ਆਈਸੀਸੀ ਦੁਆਰਾ ਇਹਨੂੰ ਦਿੱਤੇ ਗਏ ਹੈ ਮੁੰਡਿਆਂ ਵਿੱਚੋਂ ਆ ਗਿਆ ਨਾ ਵਾਨੀ ਆਂਦੂ ਹਸਰੰਗਾ ਦਾ ਕਿਹਦਾ ਆ ਗਿਆ ਜੀ ਵਾਨੀ ਆਂਦੂ ਹਸਰੰਗਾ ਦਾ ਤੇ ਕੁੜੀਆਂ ਦੇ ਵਿੱਚ ਐਸ਼ਲੀ ਗਾਰਡਨਰ ਜੂਨ ਮਹੀਨੇ ਦੇ ਬੈਸਟ ਪਲੇਅਰ ਆਫ ਦਾ ਮੰਥ ਬੱਚਿਓ ਚੱਕ ਮੇਰੇ ਵੀਰ ਉਸ ਤੋਂ ਬਾਅਦ ਆਉਂਦਾ ਜੀ ਵਰਲਡ ਆਰਚਰੀ ਯੂਥ ਚੈਂਪੀਅਨਸ਼ ਵਰਲਡ ਆਰਚਰੀ ਯੂਥ ਚੈਂਪੀਅਨਸ਼ਿਪ ਜਿਹੜੀ ਕਿ ਸਾਲ 2023 ਦਾ ਐਡੀਸ਼ਨ ਸੀ ਜਿਹੜੀ ਕਿ ਬੱਚੇ ਕਿੱਥੇ ਕਰਵਾਈ ਗਈ ਸੀ ਆਇਰਲੈਂਡ ਦੇ ਵਿੱਚ ਕਰਵਾਈ ਗਈ ਸੀ ਇਹਦੇ ਵਿੱਚ ਇੰਡੀਆ ਨੇ ਮੈਡਲ ਕਿੰਨੇ ਜਿੱਤੇ 11 ਮੈਡਲ ਜਿੱਤੇ ਤੇ ਓਵਰਾਲ ਪੋਜੀਸ਼ਨ ਕਿੰਨੀ ਆਈ ਸੀ ਸੈਕੰਡ ਪੋਜੀਸ਼ਨ ਆਈ ਸੀ ਤੇ ਪਹਿਲੀ ਪੋਜੀਸ਼ਨ ਕਿਹਦੀ ਆਈ ਸੀ ਪਹਿਲੀ ਪੋਜੀਸ਼ਨ ਆਈ ਸੀ ਬੱਚੇ ਸਾਊਥ ਕੋਰੀਆ ਦੀ ਠੀਕ ਹੈ ਜੀ ਸੋ ਇਸ ਗੱਲ ਨੂੰ ਤੁਸੀਂ ਯਾਦ ਰੱਖੋਗੇ ਲੋ ਜੀ ਵਰਲਡ ਆਰਚਰੀ ਯੂਥ ਚੈਂਪੀਅਨਸ਼ਿਪ 11 ਮੈਡਲ ਜਿੱਤ ਕੇ ਇੰਡੀਆ ਦੇ ਵਿੱਚ ਦੂਜਾ ਨੰਬਰ ਹਾਸਲ ਕੀਤਾ ਸੀ ਪਹਿਲਾ ਕਿਹਦਾ ਸੀਗਾ ਜੀ ਪਹਿਲਾ ਸੀਗਾ ਤੁਹਾਡਾ ਸਾਊਥ ਕੋਰੀਆ ਦਾ ਤੇ ਬੱਚ ਪਰਫਾਰਮੈਂਸ ਰਹੀ ਸੀ ਉਹ ਇਸ ਬੰਦੇ ਦੀ ਰਹੀ ਸੀ 파ਰਥ ਸਲੋਂਕੇ 파ਰਥ ਸਲੋਂਕੇ ਨੇ ਬੱਚੇ ਯਾਦ ਰੱਖਿਓ ਇਹ 파ਰਸਲੋਂਕੇ ਜਿਹੜੀ ਮੈਂ ਗੱਲ ਬੋਲਣ ਲੱਗਿਆ 파ਰਸਲੋਂਕੇ ਨੇ 골ਡ ਮੈਡਲ ਜਿੱਤਿਆ ਸੀ ਰੀ ਕਰਵ ਕੈਟਾਗਰੀ ਦੇ ਵਿੱਚ ਆਹ ਜਿਹੜਾ ਤੀਰ ਕਮਾਨ ਹੁੰਦਾ ਨਾ ਬੱਚੇ ਇਹ ਰੀ ਕਰਵ ਕੈਟਾਗਰੀ ਵਾਲਾ ਹੁੰਦਾ ਰੀ ਕਰਵ ਵਾਲ ਕੈਟਾਗਰੀ ਸੋ ਪਹਿਲੀ ਵਾਰੀ ਕਿਸੇ ਇੰਡੀਆ ਨੇ ਰੀ ਕਰਵ ਦੇ ਵਿੱਚ 골ਡ ਮੈਡਲ ਜਿੱਤਿਆ ਸੀ ਨਾਮ ਕੀ ਹੈ 파ਰਥ ਸਲੋਂਕੇ ਯਾਦ ਰੱਖੋਗੇ ਇਹਨੂੰ ਲੋ ਜੀ ਬੱਚੋ ਸੋ ਉਸ ਤੋਂ ਬਾਅਦ ਬੱਚੇ ਫਰੈਂਚ ਓਪਨ ਤੋਂ ਬਾਅਦ ਜਿਹਨੂੰ ਨਵਾਕ ਝੁਕੋਵਿਕ ਨੇ ਜਿੱਤਿਆ ਸੀ ਅੱਗੇ ਆ ਗਿਆ ਸੀ ਵਿੰਬਲ ਵਿੰਬਰਲਡਨ 2023 ਦਾ ਟਾਈਟਲ ਬੱਚੇ ਐਲ ਕਾਰਾਜ਼ ਨੇ ਜਿੱਤ ਲਿਆ ਜੀ ਐਲ ਕਾਰਾਜ਼ ਨੇ ਜਕੋਵਿਕ ਨੂੰ ਹਰਾਤਾ ਸੀਗਾ ਤੇ ਵਿੰਬਰਲਡਨ ਟਾਈਟਲ ਆਪਣੇ ਨਾਮ ਕਰ ਲਿਆ ਸੀਗਾ ਜੀ ਵਿੰਬਰਲਡਨ ਟਾਈਟਲ ਤੇ ਊਮਨਸ ਕੈਟੇਗਰੀ ਦੇ ਵਿੱਚ ਬੱਚੇ ਵਿੰਬਰਲਡਨ ਟਾਈਟਲ ਜਿੱਤਿਆ ਸੀਗਾ ਮਾਰਕੇਟਾ ਵੌਂਡਰੇ ਸੋਵਾਨੇ ਮਾਰਕਿਟਾ ਵੰਡਰੇ ਸੋਬਾ ਨੇ ਬੱਚੇ ਜਿਹੜਾ ਤੁਹਾਡਾ ਵਿੰਬਲਡਨ ਚੈਂਪੀਅਨ ਫੀਮੇਲ ਕੈਟਾਗਰੀ ਦੇ ਵਿੱਚ ਜਿੱਤ ਲਿਆ ਸੀਗਾ ਲੋ ਜੀ ਬੱਚਿਓ ਗ੍ਰੈਂਡ ਸਲੈਮ ਟੂਰਨਾਮੈਂਟਸ ਦੇ ਬਾਰੇ ਦੱਸ ਰਿਹਾ ਤੁਹਾਨੂੰ ਮੈਂ ਗ੍ਰੈਂਡ ਸਲੈਮ ਟੂਰਨਾਮੈਂਟ ਬੱਚੇ ਟੈਨਿਸ ਦੇ ਵਿੱਚ ਚਾਰ ਨੇ ਜਿਹਨੂੰ ਮੇਜਰ ਟੂਰਨਾਮੈਂਟਸ ਵੀ ਕਿਹਾ ਜਾਂਦਾ ਹੈ ਇਹਦੇ ਵਿੱਚ ਆਸਟ੍ਰੇਲੀਆ ਤੇ ਯੂ ਐਸ ਓਪਨ ਇਹ ਬੱਚੇ ਹਾਰਡ ਕੋਰਟ ਤੇ ਖੇਡੇ ਜਾਂਦੇ ਨੇ ਫ੍ਰੈਂਚ ਓਪਨ ਕਲੇ ਦੇ ਵਿੱਚ ਤੇ ਵਿੰਬਲਡਨ ਕੀਤਾ ਜਾਂਦਾ ਬੱਚੇ ਗਰਾਸ ਦੇ ਵਿੱਚ ਇਹਦੇ ਨਾਲ ਵੀ ਤੁਸੀਂ ਥੋੜੀ ਥੋੜੀ ਜੀ ਮੈਂਮਰੀ ਇਹਨੂੰ ਇਹਨਾਂ ਚੀਜ਼ਾਂ ਦੇ ਵਾਸਤੇ ਵੀ ਯਾਦ ਰੱਖਿਓ ਇਹਨੂੰ ਲੋ ਜ ਪੈਰਾ ਐਥਲੈਟਿਕ ਚੈਂਪੀਅਨਸ਼ਿਪ ਜਿਹੜੀ ਕਿ ਪੈरिस ਦੇ ਵਿੱਚ ਹੋਈਆਂ ਸੀ ਜਿਦੇ ਵਿੱਚ ਅਜੀਤ ਸਿੰਘ ਨੇ 골ਡ ਮੈਡਲ ਜਿੱਤਿਆ ਸੀ ਜੈਵਲਿਨ ਥਰੋ ਦੇ ਵਿੱਚ ਅਜੀਤ ਸਿੰਘ ਨੇ ਬੱਚੇ 골ਡ ਮੈਡਲ ਜਿੱਤਿਆ ਸੀਗਾ ਤੇ ਕਿਹੜੇ ਕੈਟੇਗਰੀ ਦੇ ਵਿੱਚ F46 ਕੈਟੇਗਰੀ ਦੇ ਵਿੱਚ ਜਿਦੇ ਵਿੱਚ ਬੱਚਿਓ ਥੋੜੀ ਜੀ ਬਾਹਾਂ ਦੇ ਵਿੱਚ ਪ੍ਰੋਬਲਮ ਹੁੰਦੀ ਹੈ F46 ਕੈਟੇਗਰੀ ਦੇ ਵਿੱਚ ਬੱਚਿਓ ਜਿੱਤਿਆ ਅਜੀਤ ਸਿੰਘ ਨੇ 골ਡ ਮੈਡਲ ਲੋ ਬੱਚਿਓ ਏਸੇ ਟੂਰਨਾਮੈਂਟ ਦੇ ਵਿੱਚ ਐਫ 46 ਕੈਟੇਗਰੀ ਦੇ ਵਿੱਚ ਸੁਮਿਤ ਅੰਟਿਲ ਸੁਮਿਤ ਅੰਟਿਲ ਉਹੀ ਹੈ ਜਿਹਨੇ ਪੈਰਾ ਏਸ਼ੀਅਨ ਗੇਮਸ ਦੇ ਵਿੱਚ ਉਹチェ ਵਰਲਡ ਟਾਈਟਲ ਜਿੱਤਿਆ ਸੀ ਤੇ ਵਰਲਡ ਰਿਕਾਰਡ ਤੋੜਿਆ ਸੀ ਉਸ ਤੋਂ ਇਲਾਵਾ ਬੱਚੇ ਸਚੀਨ 사ਜਰੀ ਉਹ ਖਿਡਾਰੀ ਨੇ ਐਫ 46 ਕੈਟੇਗਰੀ ਦੇ ਵਿੱਚ ਬੱਚੇ ਮੈਂਸ ਦੇ ਸ਼ਾਰਟ ਪੁੱਟ ਦੇ ਵਿੱਚ ਆਪਣਾ 골ਡ ਮੈਡਲ ਸਿਕਯੂਰ ਕੀਤਾ ਸੀ ਤੇ 2024 ਪੈਰਿਸ ਪੈਰਾ ਲੰਪਿਕਸ ਦੇ ਵਿੱਚ ਬੱਚਿਓ ਹੋ ਗਏ ਸੀਗੇ ਨੋਮੀਨੇਟ ਲੋ ਜੀ ਉਸ ਤੋਂ ਬਾਅਦ ਆਪਾਂ ਦੇਖਿਆ ਜੀ ਸ਼ਾਰਟ ਗੰਨ ਦਾ ਵਰਲਡ ਕੱਪ ਹੋਇਆ ਸੀ ਸ਼ਾਰਟ ਗੰਨ ਦਾ ਦਿਨਾਲੀ ਦਾ ਵਰਲਡ ਕੱਪ ਹੋਇਆ ਸੀ ਬੱਚੇ ਤੇ ਹੋਇਆ ਕਿੱਥੇ ਸੀਗਾ ਇਟਲੀ ਦੇ ਵਿੱਚ ਜਿਹਦੇ ਵਿੱਚ ਪ੍ਰਿਥਵੀ ਰਾਜ ਟੁੰਡਾਇਮਨ ਨੇ ব্রੌਂਜ਼ ਮੈਡਲ ਜਿੱਤਿਆ ਸੀ ਪ੍ਰਿਥਵੀ ਰਾਜ ਟੁੰਡਾਇਮਨ ਨੇ ব্রੌਂਜ਼ ਮੈਡਲ ਜਿੱਤਿਆ ਸੀ ਬੱਚਿਓ ਇਹਨੂੰ ਕਰਵਾਉਂਦਾ ਹੁੰਦਾ ਇੰਟਰਨੈਸ਼ਨਲ ਸ਼ੂਟਿੰਗ ਸਪੋਰਟਸ ਫੈਡਰੇਸ਼ਨ ਲੋ ਜੀ ਫੇਰ ਗੱਲ ਆਉਂਦੀ ਹੈ ਬੱਚੇ ਸਾਧਵਿਕ ਦੀ ਸਾਧਵਿਕ ਤੇ ਚਿਰਾਗ ਦੀ ਜੋੜੀ ਜਿਨ੍ਹਾਂ ਨੇ ਬੱਚੇ ਕੋਰੀਆ ਓਪਨ ਜਿੱਤਿਆ ਸੀਗਾ ਸੌਰੀ ਇੰਡੋਨੇਸ਼ੀਆ ਓਪਨ ਜਿੱਤਿਆ ਸੀ ਮੈਂਸ ਡਬਲ ਟਾਈਟਲ ਦੇ ਵਿੱਚ ਤੇ ਉਸ ਤੋਂ ਬਾਅਦ ਬੱਚੇ ਇਹਨੇ ਵੀ ਮੁੰਡੇ ਨੇ ਸਾਧਵਿਕ ਨੇ ਬੱਚਿਓ ਸਾਧਵਿਕ ਸਾਈ ਰਾਜ ਜਾਨਕੀ ਰਣਕੀ ਰੱਡੀ ਨੇ ਇਹਨੇ ਬੱਚੇ ਇੱਕ ਵਰਲਡ ਰਿਕਾਰਡ ਬਣਾਇਆ ਫਾਸਟੈਸਟ ਸਮੈਸ਼ ਦਾ ਸਭ ਤੋਂ ਤੇਜ਼ ਸਭ ਤੋਂ ਤੇਜ਼ ਇਹਨੇ ਜਿਹੜਾ ਹੈ ਚਿੜੀ ਉੱਤੇ ਸ਼ਿੱਕਾ ਮਾਰਿਆ ਬਹੁਤ ਸਪੀਡ ਉੱਤੇ 545 ਦੀ ਸਪੀਡ ਸੀ ਦੀ ਕਿੰਨੇ ਕਿਸੀਆਂ 565 ਦੀ 565 ਕਿਲੋਮੀਟਰ ਪਰ ਆਰ ਦੀ ਸਪੀਡ ਨਾ ਬਣਾਇਆ ਸੀਗਾ ਇਹਨੇ ਕੋਰੀਆ ਓਪਨ ਦੇ ਵਿੱਚ ਹੀ ਇਹ ਜਿਹੜਾ ਇਹਨੇ ਵਰਲਡ ਰਿਕਾਰਡ ਤੋੜਿਆ ਜੀ ਨਾਮ ਯਾਦ ਰੱਖ ਲਿਓ ਸਾਤਵਿਕ ਸਾਈ ਰਾਜ ਲੋ ਜੀ ਲੋ ਜੀ ਉਸ ਤੋਂ ਬਾਅਦ ਆਪਾਂ ਗੱਲ ਕਰਦੇ ਆਂ ਬੱਚੇ 25ਵਾਂ ਐਡੀਸ਼ਨ ਏਸ਼ੀਅਨ ਐਥਲੈਟਿਕ ਚੈਂਪੀਅਨਸ਼ਿਪ ਦਾ 2023 ਦਾ ਏਸ਼ੀਅਨ ਐਥਲੈਟਿਕ ਚੈਂਪੀਅਨਸ਼ਿਪ ਦਾ ਬੱਚੇ 25ਵਾਂ ਐਡੀਸ਼ਨ ਜਿਹਦੇ ਵਿੱਚ ਬੱਚੋ ਇੰਡੀਅਨ ਕੰਟੀਨੈਂਟ ਨੇ 27 ਮੈ ਜਬਰਦਸਤ ਤਰੀਕੇ ਨਾਲ ਹੋਇਆ ਕਿਤੇ ਸੀ ਇਹ థਾਈਲੈਂਡ ਦੇ ਵਿੱਚ ਬੱਚੇ ਇਹਦੇ ਵਿੱਚੋਂ 6 골ਡ 12 ਸਿਲਵਰ ਸੀ ਤੇ ਓਵਰਆਲ ਸਾਡੀ ਪੋਜੀਸ਼ਨ ਇੰਡੀਆ ਦੀ ਕਿੰਨੀ ਸੀ ਤਿੰਨ ਤੀਜੀ ਪੋਜੀਸ਼ਨ ਸੀ ਪਹਿਲੀ ਸੀ ਚਾਈਨਾ ਦੂਜੀ ਸੀ ਜਾਪਾਨ ਤੀਜੀ ਸੀ ਇੰਡੀਆ ਲੋ ਜੀ ਸੋ 25ਵਾਂ ਐਡੀਸ਼ਨ ਏਸ਼ੀਅਨ ਐਥਲੈਟਿਕ ਚੈਂਪੀਅਨਸ਼ਿਪ ਦਾ ਜਿਹੜਾ ਬੈਂਕਾਕ థਾਈਲੈਂਡ ਸੀ ਉਹ ਵੀ ਆਪਾਂ ਨੇ ਕਰ ਲਿਆ ਰਿਵਾਈਜ਼ ਆ 6 ਮੈਡਲ ਆਈ ਸੀ ਬੱਚੇ ਤੋਂ ਇਹ 6 ਮੈਡਲਸ ਨੂੰ ਇੱਕ ਵਾਰੀ ਰੀਡ ਤੁਸੀਂ ਜ਼ਰੂਰ ਕਰ ਲਿਓ ਲੋ ਜੀ ਉਸ ਤੋਂ ਬਾਅਦ ਆਪਾਂ ਗੱਲ ਕਰਦੇ ਆਂ ਬੱਚੇ FIFA ਦੀ FIFA ਦਾ Women's World Cup ਜਿਹੜਾ ਕਿ ਆਸਟ੍ਰੇਲੀਆ ਤੇ ਨਿਊਜ਼ੀਲੈਂਡ ਦੇ ਵਿੱਚ ਹੋਣਾ ਹੈ ਹੋ ਗਿਆ ਵੈਸੇ ਤਾਂ ਤੇ ਇਹਨੂੰ DD Sports ਵਾਲਿਆਂ ਨੇ ਇਹਦਾ ਜਿਹੜੇ ਹੈ ਰਾਈਟਸ ਲੈਲੇ ਸੀਗੇ DD Sports ਵਾਲੇ ਕਹਿੰਦੇ ਸੀ ਐਸਸੀ ਇਹਨੂੰ ਜਿਹੜਾ ਹੈ ਦਿਖਾਵਾਂਗੇ ਟੀਵੀ ਉੱਤੇ ਠੀਕ ਹੈ ਜੀ ਸੋ ਟੈਲੀਵਿਜ਼ਨ ਰਾਈਟਸ ਕਿੰਨਾਂ ਕੋਲੇ ਸੀਗੇ DD Sports ਕੋਲੇ ਤੇ ਉਸ ਤੋਂ ਇਲਾਵਾ ਬੱਚੇ ਇਹਨੂੰ ਜਿੱਤਿਆ ਕਿਨੇ ਸੀਗਾ ਇਸ ਵਰਲਡ ਕੱਪ ਨੂੰ FIFA ਵਿਮਨਸ ਵਰਲਡ ਕੱਪ ਜਿਹੜਾ ਆਸਟ੍ਰੇਲੀਆ ਨਿਊਜ਼ੀਲੈਂਡ ਸੀ ਵਿੱਚ ਹੋਇਆ ਸੀ ਇਹਨੂੰ ਸਪੇਨ ਨੇ ਆਪਣੇ ਨਾਮ ਕਰ ਲਿਆ ਸੀ ਸਪੇਨ ਨੇ ਬੱਚੇ ਇਹ ਵਰਲਡ ਕੱਪ ਜਿੱਤ ਲਿਆ ਸੀ ਤੇ ਬੱਚਿਓ ਤੇ ਆ ਆ ਗਿਆ ਆਪਣਾ ਜਬਰਦਸਤ ਪਲੇਅਰ ਵਿਰਾਟ ਕੋਹਲੀ ਤੇ ਬੱਚੇ ਇਹ 10ਵਾਂ ਇਹ ਜਿਹੜਾ ਕਰੈਕਟਰ ਬਣ ਗਿਆ ਸੀਗਾ ਜਿਨੇ 500 ਇੰਟਰਨੈਸ਼ਨਲ ਅਪੀਅਰੈਂਸਸ ਦਿੱਤੀਆਂ ਨੇ 500 ਇੰਟਰਨੈਸ਼ਨਲ ਚਾਹੇ T20 ਹੋਵੇ ਆਪਣਾ ਚਾਹੇ ਹੋਵੇ ODI ਹੋਵੇ ਤੇ ਚਾਹੇ ਹੋਵੇ ਟੈਸਟ ਤੇ ਸਾਰੀਆਂ ਕੈਟੇਗਰੀਜ਼ ਦੇ ਵਿੱਚ ਮਿਲਾ ਕੇ ਇਹਨੇ ਬੱਚੇ 500ਵਾਂ ਇੰਟਰਨੈਸ਼ਨਲ ਅਪੀਅਰੈਂਸ ਬੱਚੇ ਇਹਨੇ ਦਿੱਤੀ ਸੀਗੀ ਤੇ 10ਵੇਂ ਇਹ ਜਿਹੜਾ ਦੁਨੀਆ ਦੇ ਵਿੱਚ ਪਲੇਅਰ ਬਣ ਗਿਆ ਸੀਗਾ ਤੇ ਉਸ ਤੋਂ ਇਲਾਵਾ ਬੱਚੇ ਵਰਲਡ ਕੱਪ ਦੇ ਵਿੱਚ ਤੁਹਾਨੂੰ ਪਤਾ ਹੈ ਵਰਲਡ ਕੱਪ ਦੇ ਵਿੱਚ ਵੀ ਕਿਸੇ ਸਿੰਗਲ ਐਡੀਸ਼ਨ ਸਭ ਤੋਂ ਜ਼ਿਆਦਾ ਰਨ ਮਾਰਨੇ ਵਾਲਾ ਵਿਰਾਟ ਕੋਹਲੀ 700 ਸਾਸੋ ਸਾਸੋ 11 ਸੀ ਵਾਲਾ 765 ਰਨ ਮਾਰਤੇ ਸੀ ਇਹਨੇ ਤੇ ਪਲੇਅਰ ਆਫ ਦਾ ਟੂਰਨਾਮੈਂਟ ਵੀ ਇਹਨੂੰ ਹੀ ਮਿਲਿਆ ਵਰਲਡ ਕੱਪ ਦੇ ਵਿੱਚ ਹਣਾ ਚਲੋ ਜੀ ਤੇ 50 ਸੈਂਚਰੀਆਂ ਮਾਰਨੇ ਦਾ ਰਿਕਾਰਡ ਵੀ ਕਰਤਾ ਸੀ ਤੇ ਬੱਚੇ ਆ ਆ ਗਿਆ ਜੀ ਆਪਣਾ ਸਟੂਅਰਟ ਬਰਾਡ ਸਟੂਅਰਟ ਬਰਾਡ ਨੇ ਬੱਚੇ ਸੈਕੰਡ ਅਹਜਾ ਬੋਲਰ ਬਣ ਗਿਆ ਜੀ ਨੇ 600 ਵਿਕਟਾਂ ਅਚੀਵ ਕੀਤੀ ਸੀ ਤੇ ਨਾਲ ਦੀ ਨਾਲ ਬੱਚੇ ਇਹਨੇ ਜਿਹੜਾ ਆਪਣੀ ਉਹ ਵੀ ਕਰਤੀ ਸੀਗੀ ਰਿਟਾਇਰਮੈਂਟ ਦੇ ਵੀ ਦੱਸਦੇ ਵੀ ਮੈਂ ਤਾਂ ਰਿਟਾਇਰ ਹੋ ਰਿਹਾ ਜੋ 600 ਵਿਕਟਾਂ ਅਚੀਵ ਕਰਨੇ ਵਾਲਾ ਸੈਕੰਡ ਅਹਜਾ ਫਾਸਟੈਸਟ ਬੋਲਰ ਕੌਣ ਬਣਿਆ ਸੀ ਸਟੂਅਰਟ ਬਰਾਡ ਪਹਿਲਾ ਫਾਸਟ ਬੋਲਰ ਕਿਹੜਾ ਸੀ ਜੇਮਸ ਐਂਡਰਸਨ ਇਹ ਵੀ ਇੰਗਲੈਂਡ ਦਾ ਹੀ ਆ ਓਵਰਆਲ ਸਪਿਨਰਾਂ ਨੂੰ ਮਿਲਾ ਕੇ ਮੁਥਈਆ ਮੁਰਲੀ ਨੇ ਸਭ ਤੋਂ ਜ਼ਿਆਦਾ ਵਿਕਟਾਂ ਸ਼ੇਨ ਵਾਨ ਉਦੋਂ ਘਟ ਜੇਮਸ ਐਂਡਰਸਨ ਉਦੋਂ ਘਟ ਅਨਿਲ ਕੁੰਮਲੇ ਉਦੋਂ ਘਟ ਤੇ ਫੇਰ ਆਉਂਦਾ ਸਟੂਅਰਟ ਬਰਾਡ ਦਾ ਨਾਮ ਲੋ ਜੀ ਫੇਰ ਆਪਾਂ ਦੇਖਿਆ ਜੀ ਆਈਸੀਸੀ ਵਰਲਡ ਕੱਪ ਦਾ ਬ੍ਰਾਂਡ ਐਂਬੈਸਡਰ ਬਣਾਇਆ ਗਿਆ ਕਿਹਨੂੰ ਸ਼ਾਹਰੂਖ ਖਾਨ ਸ਼ਾਹਰੂਖ ਖਾਨ ਨੂੰ ਬ੍ਰਾਂਡ ਐਂਬੈਸਡਰ ਬਣਾਇਆ ਗਿਆ ਸੀ ਇਟ ਟੇਕਸ ਵਨ ਡੇ ਉਹਦਾ ਟੈਗ ਲਾਈਨ ਸੀਗਾ ਯਾਦ ਰੱਖਿਓ ਫਿਰ ਬੱਚੋ ਗੱਲ ਆਉਂਦੀ ਹੈ ਜੀ ਅਗਲੀ ਹੰਗੇਰੀਅਨ ਗ੍ਰੈਂਡ ਪ੍ਰਿਕਸ ਦੀ ਜਿਹਦੇ ਵਿੱਚ ਕੌਣ ਦਿੱਤਿਆ ਸੀਗਾ ਸਾਡਾ ਜਿੱਤਿਆ ਸੀ ਵੀਰ ਮੈਕਸ ਵਰਸੈਪਟਨ ਲੋ ਜੀ ਫਿਰ ਆਪਾਂ ਦੇਖਿਆ ਸੀਗਾ ਜੀ ਬੱਚਿਓ ਸਾਤਵਿਕ ਜਾਣਕੀ ਰੈਡੀ ਤੇ ਚਿਰਾਗ ਛੱਟੀ ਇਹਨਾਂ ਨੇ ਕੋਰੀਆ ਓਪਨ ਵੀ ਜਿੱਤ ਲਿਆ ਸੀ ਡਬਲਸ ਦੇ ਵਿੱਚ ਡਬਲਸ ਟਾਈਟਲ ਦੇ ਵਿੱਚ ਇਹਨਾਂ ਨੇ ਪਹਿਲਾਂ ਇੰਡੋਨੇਸ਼ੀਆ ਓਪਨ ਜਿੱਤਿਆ ਫਿਰ ਕੋਰੀਆ ਓਪਨ ਜਿੱਤੇ। ਕੋਰੀਆ ਓਪਨ 'ਚ ਸਾਤਵਿਕ ਨੇ ਬੱਚੇ वर्ल्ड ਰਿਕਾਰਡ ਬਣਾਇਆ ਸੀ ਫਾਸਟੈਸਟ ਸਮੈਸ਼ ਦਾ। ਲੋ ਜੀ ਉਸ ਤੋਂ ਬਾਅਦ ਆਪ ਅੱਗੇ ਚੱਲਦੇ ਆ ਜੀ। ਫਿਰ ਆ ਇੱਕ ਬੱਚੇ ক্রিকেট ਦਾ वर्ल्ड कप ਹੋਇਆ ਸੀਗਾ, ਚੈਂਪੀਅਨਸ਼ਿਪ ਹੋਈ ਸੀ। ਏਸ਼ੀਅਨ ਕ੍ਰਿਕਟ ਕੌਂਸਲ ਨੇ ਇਹਨੂੰ ਕਰਵਾਇਆ ਸੀ। ਮੈਨਸ ਏਮਰਜਿੰਗ ਟੀਮ ਏਸ਼ੀਆ ਕੱਪ ਜਿਹਦੇ ਵਿੱਚ ਬੱਚੇ ਫਾਈਨਲ ਹੋਏ ਸੀ ਪਾਕਿਸਤਾਨ ਏ ਤੇ ਇੰਡੀਆ ਏ। ਪਾਕਿਸਤਾਨ ਏ ਨੇ ਬੱਚੇ ਇੱਥੇ ਇੰਡੀਆ ਨੂੰ ਹਰਾਇਆ ਸੀਗਾ ਜੁਲਾਈ ਦੇ ਮਹੀਨੇ ਦੇ ਵਿੱਚ। ਗੱਲ ਤੁਸੀਂ ਯਾਦ ਰੱਖ ਲਿਓ। ਫਿਰ ਬੱਚੇ ਇੱਕ ਆ ਸਾਈਕਲਾਂ ਦੀ ਰੇਸ ਹੁੰਦੀ ਹੈ, ਬੜੀ ਜ਼ਬਰਦਸਤ ਟੂਰ ਡੀ ਫ੍ਰਾਂਸ 100 A ਦਾ 110ਵਾਂ ਐਡੀਸ਼ਨ ਹੋਇਆ ਸੀ ਜਿਹਨੂੰ ਡੈਨਮਾਰਕ ਦੇ ਬੰਦੇ ਨੇ ਜਿੱਤਿਆ ਜਿਹਦਾ ਨਾਮ ਸੀ ਜੋਨਸ ਵਿੰਗੇਗਾਰਡ ਜੋਨਸ ਵਿੰਗੇਗਾਰਡ ਨੇ ਬੱਚੇ ਇਹਨੂੰ ਜਿੱਤ ਲਿਆ ਸੀਗਾ ਇਹਦੇ ਨਾਮ ਦੇ ਵਿੱਚ ਐ ਲੈ ਰਿੰਗ ਗਾਰਡ ਨਹੀਂ ਹੁੰਦਾ ਦਾਦੀ ਦਵਾਈ ਬਸ ਉਵੇਂ ਵਿੰਗੇਗਾਰਡ ਚਲੋ ਜੀ ਉਸ ਤੋਂ ਬਾਅਦ ਬੱਚੇ ਆਪਣਾ 83ਵਾਂ ਗ੍ਰੈਂਡਮਾਸਟਰ ਬਣ ਗਿਆ ਜੀ ਕੌਣ ਅਦਿੱਤਿਆ ਸਾਮੰਤ ਚੈਸ ਦੀ ਦੁਨੀਆ ਦੇ ਵਿੱਚ 83rd ਗ੍ਰੈਂਡਮਾਸਟਰ ਬਣਿਆ ਜੀ ਸਾਡਾ ਅਦਿੱਤਿਆ ਸਾਮੰਤ ਅਦਿੱਤਿਆ ਸਾਮੰਤ ਸਾਡਾ 83rd ਗ੍ਰੈਂਡਮਾਸਟਰ ਬਣਿਆ ਸੀ ਬੱਚਿਓ ਯਾਦ ਰੱਖਿਓ ਜੀ ਲੋ ਜੀ ਬੱਚੋ ਜੇ ਵਰਲਡ ਚੈਂਪੀਅਨਸ਼ਿਪ ਦਾ ਟਾਈਟਲ ਦੇਖਿਆ ਜਾਵੇ ਤਾਂ ਯਾਦ ਰੱਖਿਆ ਡਿੰਗ ਲਰੇਨ ਹੈ ਵਰਲਡ ਦਾ ਚੈਂਪੀਅਨ ਚਾਈਨਾ ਦਾ ਬੰਦਾ ਹੈ ਲੋ ਜੀ ਉਸ ਤੋਂ ਬਾਅਦ ਆਪਾਂ ਅੱਗੇ ਵਧਦੇ ਹਾਂ ਜੀ ਤੇ ਲੋ ਜੀ ਬੱਚੋ ਸਾਊਥ ਕੋਰੀਆ ਦੇ ਵਿੱਚ ਜੂਨੀਅਰ ਵਰਲਡ ਚੈਂਪੀਅਨਸ਼ਿਪ ਕਰਵਾਈ ਗਈ ਇੰਟਰਨੈਸ਼ਨਲ ਸ਼ੂਟਿੰਗ ਸਪੋਰਟਸ ਫੈਡਰੇਸ਼ਨ ਦੇ ਵਿੱਚ ਜਿਹਦੇ ਵਿੱਚ ਇੰਡੀਆ ਨੇ ਸੈਕੰਡ ਪੋਜੀਸ਼ਨ ਹਾਸਲ ਕੀਤੀ ਸੀ ਸੈਕੰਡ ਪੋਜੀਸ਼ਨ ਹਾਸਲ ਕੀਤੀ ਸੀ ਬੱਚੇ ਜੂਨੀਅਰ ਵਰਲਡ ਚੈਂਪੀਅਨਸ਼ਿਪ ਦੇ ਵਿੱਚ ਜਿਹੜੀ ਕਿ ਸਾਊਥ ਏਸ਼ੀਆ ਦੇ ਸੌਰੀ ਸਾਊਥ ਕੋਰੀਆ ਦੇ ਵਿੱਚ ਕਰਵਾਈ ਗਈ ਸੀ ਤੀਜਾ ਇਹ ਐਡੀਸ਼ਨ ਸੀਗਾ ਅੰਡਰ 21 ਕੈਟਾਗਰੀ ਦੇ ਵਿੱਚ ਇੱਥੇ ਬੰਦੇ ਬੁਲਾਏ ਗਏ ਸੀ ਸ਼ੂਟਿੰਗ ਕਰਾਉਣ ਵਾਸਤੇ ਤੇ ਇਹਦੇ ਵਿੱਚ ਇੰਡੀਆ ਨੇ ਸੈਕੰਡ ਰੈਂਕ ਹਾਸਲ ਕੀਤੀ ਸੀ ਪਹਿਲਾ ਰੈਂਕ ਕਿਹਦੇ ਕੋਲ ਗਿਆ ਚਾਈਨਾ ਕੋਲੇ ਲੋ ਜੀ ਤੇ ਬੱਚੇ ਅਗਲੀ ਆਪਣੀ ਗੇਮ ਆਉਂਦੀ ਹੈ ਜੀ ਔਨਲਾਈਨ ਗੇਮਿੰਗ ਅਕੈਡਮੀ ਫਰਸਟ ਆਨਲਾਈਨ ਗੇਮਿੰਗ ਅਕੈਡਮੀ ਖੋਲੀ ਗਈ ਹੈ ਕਿੱਥੇ Madhya Pradesh ਦੇ ਵਿੱਚ Madhya Pradesh ਦੀ ਸਟੇਟ e-sports ਅਕੈਡਮੀ ਖੋਲੀ ਗਈ ਹੈ ਕਿਉਂਕਿ ਬੱਚੇ e-games ਜਿਹੜੀਆਂ ਨੇ ਨਾ ਇਲੈਕਟ੍ਰੋਨਿਕ ਗੇਮਸ ਨੇ ਇਹਨਾਂ ਦਾ ਵੀ ਹੁਣ ਥੋੜਾ 올림픽 ਹੋ ਗਿਆ Asian Games ਦੇ ਵਿੱਚ ਬੱਚੇ ਬਹੁਤ ਜ਼ਿਆਦਾ ਜਿਹੜਾ ਇਹਨਾਂ ਦੀ ਇਵੈਂਟ ਕਰਵਾਏ ਜਾ ਰਹੇ ਨੇ ਇਸ ਕਰਕੇ ਵਜੇ ਤੁਸੀਂ ਇਹਦਾ ਵੀ ਯਾਦ ਰੱਖੋਗੇ ਵੀ ਅਕੈਡਮੀ ਕਿੱਥੇ ਖੋਲੀ ਗਈ ਹੈ ਇਹ MP ਦੇ ਵਿੱਚ ਖੋਲੀ ਗਈ ਹੈ ਠੀਕ ਹੈ ਚਲ ਮੇਰਾ ਭਰਾ ਲੋ ਜੀ ਵੀਰੋ ਸੋ ਕਾਮਨਵੈਲਥ ਗੇਮਸ ਹੋਂ 2022 ਦੇ Asian Games 2022 ਦੇ ਉੱਥੇ ਸਾਰਿਆਂ ਗਟੇ ਹੀ ਜਿਹੜੇ ਇਦਾਂ ਦੇ ਇਵੈਂਟ ਰੱਖੇਗੇ ਸੀ ਗੇਮ ਵਾਲੇ ਵੀ ਅੱਗੇ ਵਧੋ ਜੀ ਅੱਗੇ ਹੁੰਦਾ ਜੀ ਤ੍ਰਿਪੁਰਾ ਦੀ ਅਸਮਿਤਾ ਦੇ ਅਸਮਿਤਾ ਦੇ ਨੇ ਬੱਚੇ 골ਡ ਮੈਡਲ ਜਿੱਤਿਆ ਸੀ ਜੂਨੀਅਰ ਏਸ਼ੀਅਨ ਜੁੱਡੋ ਚੈਂਪੀਅਨਸ਼ਿਪ ਦੇ ਵਿੱਚ ਜੂਨੀਅਰ ਏਸ਼ੀਅਨ ਜੁੱਡੋ ਚੈਂਪੀਅਨਸ਼ਿਪ ਦੇ ਬੱਚਿਓ ਇਹਨਾਂ ਨੇ 골ਡ ਮੈਡਲ ਜਿੱਤਿਆ ਸੀਗਾ ਠੀਕ ਹੈ ਜੀ ਉਸ ਤੋਂ ਇਲਾਵਾ ਜੇ ਪਹਿਲਾਂ ਕੀਤੀ ਜਾਵੇ 골ਡ ਮੈਡਲ ਇਹਨਾਂ ਨੇ ਉਹ ਜੂਨੀਅਰ ਏਸ਼ੀਅਨ ਚੈਂਪੀਅਨਸ਼ਿਪ ਜਿੱਤੇ ਆ ਠੀਕ ਹੈ ਜੀ ਉਸ ਤੋਂ ਇਲਾਵਾ ਏਸ਼ੀਅਨ ਓਪਨ ਦੇ ਵਿੱਚ ਵੀ 골ਡ ਮੈਡਲ ਜਿੱਤੇ ਸੀ ਇਹਨਾਂ ਨੇ ਸਿਲਵਰ ਮੈਡਲ ਸੌਰੀ ਤੇ ব্রੌਂਜ਼ ਮੈਡਲ ਦਿੱਤੇ ਸੀ ਏਸ਼ੀਅਨ ਜੂਨੀਅਰ ਚੈਂਪੀਅਨਸ਼ਿਪ ਦੇ ਵਿੱਚ ਸੋ ਜ਼ਬਰਦਸਤ ਪਲੇਅਰ ਹੈ ਜੀ ਫਿਊਚਰ ਦੇ ਵਿੱਚ ਆਪਾਂ ਨੂੰ ਕਾਫੀ ਜ਼ਿਆਦਾ 골ਡ ਮੈਡਲ ਲਿਆ ਕੇ ਦੇਣੇ ਨੇ ਇਸ ਕੁੜੀ ਨੇ ਐ ਸਮਿਤਾ ਦੇ ਨੇ ਲੋ ਜੀ ਉਸ ਤੋਂ ਬਾਅਦ ਬੱਚੇ ਹਰਮਨ ਪ੍ਰੀਤਕੌਰ ਜਿਹੜੇ ਕਿ ਸਾਡੇ ਇੰਡੀਅਨ ਟੀਮ ਇੰਡੀਅਨ ਕ੍ਰਿਕਟ ਟੀਮ ਦੇ ਕੈਪਟਨ ਸੀਗੇ ਹੈ ਤੇ ਉਹਨਾਂ ਨੂੰ ਬੱਚੇ ਪਹਿਲੀ ਵਾਰੀ ਉਹ ਕਹੇ ਜੇ ਕਰੈਕਟਰ ਬਣੇ ਵੂਮੈਨਸ ਦੇ ਵਿੱਚ ਵੂਮੈਨਸ ਦੇ ਜਿੰਨੇ ਵੀ ਟੀਮਾਂ ਨੇ ਜਿੰਨੇ ਪਲੇਅਰ ਨੇ ਪਹਿਲੇ ਇਹ ਜੇ ਕਰੈਕਟਰ ਬਣੇ ਜਿਨ੍ਹਾਂ ਨੇ ਬੱਚੇ ਬਰੀਚ ਕੀਤਾ ਕੋਡ ਕੋਡ ਆਫ ਕੰਡਕਟ ਬਰੀਚ ਕੀਤਾ ਸੀ ਆਊਟ ਹੋਏ ਗੁੱਸਾ ਝੜ ਗਿਆ ਵਿਕਟਾਂ ਦੀ ਬੈਟ ਮਾਰਦਾ ਕੋਡ ਆਫ ਕੰਡਕਟ ਬਰੀਚ ਹੋ ਗਿਆ ਇਹ ਬੱਚੇ ਆਪਣਾ ਸੀਗਾ ਬੰਗਲਾਦੇਸ਼ ਦਾ ਮੰਗਲਾਦੇਸ਼ ਦਾ ਆਪਣਾ ਕੈਪਟਨ ਸ਼ੇਕ ਜੀ ਕੁਛ ਨਾਮ ਹੈ ਇਹਨੇ ਵੀ ਇੱਕ ਕੋਡ ਬ੍ਰੀਚ ਕੀਤਾ ਸੀ ਇਹਨੇ ਵਿਕਟਾਂ ਮਾਰਤੀਆਂ ਵਿਕਟਾਂ ਦੇ ਲੱਤਾਂ ਮਾਰਤੀਆਂ ਸੀਗੀਆਂ ਗੁੱਸਾ ਕੰਟਰੋਲ ਨਹੀਂ ਹੋਇਆ ਕੋਡ ਬ੍ਰੀਚ ਕਰਤਾ ਬੱਚਿਓ ਠੀਕ ਹੈ ਜੀ ਤੇ ਹਰਮਨਪ੍ਰੀਤ ਕੌਰ ਨੂੰ ਤਾਂ ਬੱਚੇ ਸਪੋਰਟਸ ਐਸਿਸ ਅਵਾਰਡ 2023 ਦੇ ਵਿੱਚ ਸਪੋਰਟਸ ਔਮਨ ਆਫ ਦਾ ਈਅਰ ਵੀ ਦਿੱਤਾ ਗਿਆ ਸੀਗਾ ਲਓ ਜੀ ਅੱਗੇ ਲਓ ਲੋ ਮੇਰੇ ਵੀਰੇ ਹੁਣ ਇੱਥੇ ਥੋੜਾ ਜੂਨ ਮਈ ਜੂਨ ਜੁਲਾਈ ਹਾਂ ਮਈ ਜੂਨ ਜੁਲਾਈ ਬੱਚੇ ਥੋੜਾ ਇੱਥੇ ਖਤਮ ਹੋ ਜਾਂਦਾ ਤੇ ਜਦੋਂ ਦੀ ਮੈਂ ਇਹ ਸਟਾਰਟ ਕੀਤੀ ਐ ਸੈਸ਼ਨ ਜੀ 40 ਮਿੰਟਾਂ ਦੀ ਗੇਮ ਪੈ ਗਈ ਇਹਦੀ ਹੈ ਨਾ ਲਓ ਜੀ ਹੁਣ ਆ ਵੀਡੀਓ ਦੇ ਲਾਸਟ ਮਹੀਨੇ ਦੀ ਆਪਾਂ ਗੱਲ ਕਰਦੇ ਹਾਂ ਲਾਸਟ ਸੈਗਮੈਂਟ ਦੀ ਗੱਲ ਕਰਦੇ ਜਿਹਦੇ ਵਿੱਚ ਆਪਾਂ ਅਗਸਤ ਮਹੀਨੇ ਦਾ ਕਰੰਟ ਅਫੇਅਰ ਕਰਦੇ ਹਾਂ ਕੰਪਲੀਟ ਅਗਸਤ ਮਹੀਨੇ ਦਾ ਕਰੰਟ ਅਫੇਅਰ ਦੇਖਦੇ ਹਾਂ ਜੀ ਜਿਹਦੇ ਵਿੱਚ ਆਪਾਂ ਸਪੋਰਟਸ ਕਵਰ ਕਰਾਂਗੇ ਕੋਈ ਜ਼ਿਆਦਾ ਸਲਾਈਡਸ ਨਹੀਂ ਆ ਨਹੀਂ ਬੱਚਿਓ ਜੇ ਗੱਲ ਕੀਤੀ ਜਾਂਦੀ ਹੈ ਜੀ World Tennis Association ਦੇ Poland Open ਦੀ ਇਹਦੇ ਵਿੱਚ ਕੌਣ ਜਿੱਤਿਆ ਇਗਾ ਸਵਾਤੀਆਕ ਠੀਕ ਹੈ ਜੀ ਡਨ ਹੈ ਅੱਗੇ ਵਧਜੋ ਜੀ ਅੱਗੇ ਵਧਜੋ ਜੀ ਤੇ ਕੱਪ ਹੋਇਆ ਸੀ ਬੱਚੇ ਟੋਰਨੀਓ ਡੈਲ ਸੈਂਟੀਨੇਰੀਓ 2023 ਦਾ ਜਿਹਦੇ ਵਿੱਚ ਬੱਚੋ ਇੰਡੀਅਨ ਇਹ ਹਾਕੀ ਦਾ ਟੂਰਨਾਮੈਂਟ ਹੈ ਔਮਨਸ ਹਾਕੀ ਟੂਰਨਾਮੈਂਟ ਹੈ ਜਿਹਦਾ ਵਿੱਚ ਬੱਚਿਓ ਇੰਡੀਆ ਆਲੇ ਜਿੱਤ ਗਏ ਸੀਗੇ ਟੌਰਨੀਓ ਡੈਲ ਸੈਂਟਿਨੇਰੀਓ 2023 ਦਾ ਜਿਹੜਾ ਕਿ ਸਪੇਨ ਦੇ ਵਿੱਚ ਕਰਵਾਇਆ ਗਿਆ ਸੀਗਾ ਜਿਹਦੇ ਵਿੱਚ ਬੱਚਿਓ ਚਾਰ ਟੀਮਾਂ 3 ਨੇਸ਼ਨ ਸੌਰੀ 3 ਨੇਸ਼ਨ ਟੂਰਨਾਮੈਂਟ ਹੁੰਦਾ ਹੈ ਜਿਹਦੇ ਵਿੱਚ ਇੰਡੀਆ ਸਪੇਨ ਤੇ ਯੂ ਐਸ ਏ ਹੁੰਦਾ ਮੇਰੇ ਖਿਆਲ ਨਾਲ ਇੰਡੀਆ ਸਪੇਨ ਤੇ ਯੂ ਐਸ ਏ ਦੇ ਵਿੱਚਕਾਰ ਹੁੰਦਾ ਹੈ ਜਿਹਦੇ ਵਿੱਚ ਬੱਚਿਓ ਇੰਡੀਆ ਜਿੱਤ ਗਿਆ ਸੀਗਾ ਓਕੇ ਜੀ ਕਮੈਂਟ ਸੈਕਸ਼ਨ ਵਿੱਚ ਦੱਸਿਓ ਇਹਨਾਂ ਦਾ ਨਾਮ ਕੀ ਹੈ ਇਹ ਆਪਣੇ ਆਪਣੇ ਗੋਲ ਕੀਪਰ ਨੇ ਇਹ ਹਾਕੀ ਦੇ ਵਿੱਚ ਊਮਨਸ ਟੀਮ ਦੇ ਤੇ ਇਹਨਾਂ ਨੇ ਬੱਚਿਓ ਆਪਾਂ ਨੇ ਰੀਸੈਂਟਲੀ ਦੇਖਿਆ ਸੀ ਇਹਨਾਂ ਨੇ ਏਸ਼ੀਅਨ ਗੇਮਸ ਦੇ ਵਿੱਚ ਬ੍ਰੌਂਜ਼ ਮੈਡਲ ਜਿਤਾਇਆ ਸੀ ਏਸ਼ੀਅਨ ਚੈਂਪੀਅਨਸ਼ਿਪ ਪੂਜੀ ਝਾਰਖੰਡ ਦੇ ਵਿੱਚ ਜਿਹਦਾ ਮਾਸਕਟ ਜੂਹੀ ਸੀਗਾ ਉਹ ਵੀ ਬੱਚਿਓ ਇਹਨਾਂ ਨੇ ਸਾਨੂੰ ਵਰਲਡ ਕੱਪ ਜਿਤਾਤਾ ਸੀਗਾ ਉਹ ਏਸ਼ੀਅਨ ਕੱਪ ਜਿਤਾਤਾ ਸੀਗਾ ਲੋ ਜੀ ਲੋ ਬੱਚਿਓ ਆ ਤਾਂ ਉਹੀ ਗੱਲ ਹੋ ਗਈ ਸਟੂਅਰਡ ਬਰਾਊਡ ਕਹਿੰਦਾ ਮੈਂ ਤਾਂ ਖੇਡਦਾ ਨਹੀਂ ਵੀਰੇ ਆਪਣਾ ਤਾਂ ਹੋ ਗਈਆਂ 600 ਵਿਕਟਾਂ ਪਾਰ ਆਪਾਂ ਚੱਲੇ ਬਾਏ ਬਾਏ ਇਹ ਉਹੀ ਬੰਦਾ ਜਿਹਨੂੰ ਯੁਵਰਾਜ ਨੇ 6 ਛੱਕੇ ਮਾਰੇ ਸੀ ਲੋ ਜੀ 10 ਅੱਗੇ ਅੱਗੇ ਜੀ ਤੁਹਾਡਾ ਮੈਕਸ ਵਰਸਟਪਨ ਫਿਰ ਬੈਲਜੀਅਮ ਗ੍ਰੈਂਡ ਪ੍ਰਿਕਸ ਜਿੱਤ ਗਿਆ ਠੀਕ ਹੈ ਜੀ ਹੁਣ ਆਹ ਚੀਜ਼ ਤੁਸੀਂ ਯਾਦ ਰੱਖਣੀ ਜਿਹੜੀ ਮੈਂ ਇੱਥੇ ਲਿਖੀ ਜੀ ਅੱਗੇ ਮੈਂ ਤੁਹਾਨੂੰ ਕਰਵਾਉਣਾ ਰਹਿਣਾ ਬੱਚੇ ਜਿਹੜੇ ਪੁਰਾਣੇ ਦੇਖਦੇ ਨੇ ਉਹਨਾਂ ਨੂੰ ਸਾਰੇ ਨੂੰ ਪਤਾ ਹੀ ਹੋਊਗਾ ਜਿੰਨੀਆਂ ਵੀ ਰੈਸਾਂ ਹੋਈਆਂ ਫਾਰਮੂਲਾ 1 ਦੀਆਂ ਉਹਦੇ ਵਿੱਚੋਂ ਜਿਹੜੀ ਸਾਊਦੀ ਅਰੇਬੀਆ ਗ੍ਰ ਇੱਕ ਹੋਰ ਹੈ ਜਿਹਦਾ ਨਾਮ ਹੈ ਸਿੰਗਾਪੁਰ ਸਿੰਗਾਪੁਰ ਗ੍ਰੈਂਡ ਪ੍ਰਿਕਸ ਇਹਨੂੰ ਕਿੰਨੇ ਜਿੱਤਿਆ ਸੀ 카를ੋਸ ਸੈਂਸ ਨੇ ਬਾਕੀ ਜਿੰਨੇ ਵੀ ਆਗੇ ਹੰਗਰੀ ਆ ਗਿਆ ਯੂਐਸਏ ਆ ਗਿਆ ਬਹਾਮੀ ਆ ਗਿਆ ਕਿਹਦਾ ਨਾਮ ਪਾਉਂਗੇ ਮੈਕਸ ਵਰਸੈਪਟਨ ਦਾ ਬਸ ਐਦਾਂ ਹੀ ਯਾਦ ਰੱਖ ਲਿਓ ਬਾਕੀ ਉਹ ਤਿੰਨੇ ਯਾਦ ਹੋ ਗਏ ਤਾਂ ਬਾਕੀ ਹੋ ਹੀ ਗਏ ਚੱਕ ਮੇਰਾ ਵੀਰ ਅੱਗੇ ਵਧਾ ਫਿਰ ਅੱਗੇ ਵਧਦੇ ਆ ਬੱਚਿਓ ਤੇ ਇੱਥੇ ਆਉਂਦਾ ਗ੍ਰੈਂਡ ਮਾਸਟਰ ਸਾਡਾ ਗੁਕੇਸ਼ ਇਹਦੇ ਬੱਚੇ ਫਾਈਡ ਰੈਂਕਿੰਗਸ ਦੇ ਵਿੱਚ ਬੱਚੇ ਨੇ ਵਿਸ਼ਵਨਾਥ ਆਨੰਦ ਨੂੰ ਬੱਚੇ ਪਿੱਛੇ ਛੱਡਤਾ ਵਿਸ਼ਵਨਾਥ ਆਨੰਦ ਜਿਹੜਾ ਕਿ 1987 ਦਾ ਗ੍ਰੈਂਡਮਾਸਟਰ ਸੀਗਾ ਤੇ ਆਪਣਾ ਸਭ ਤੋਂ ਤਕੜਾ ਪਲੇਅਰ ਰਿਹਾ ਹੈ ਇਹਨੂੰ ਫਾਈਡ ਰੈਂਕਿੰਗਸ ਦੇ ਵਿੱਚ ਵਿੱਚੋਂ ਪਿੱਛੇ ਛੱਡੇ ਨੇਲਾ ਕੌਣ ਨਾਮ ਯਾਦ ਰੱਖਣਾ ਤੁਸੀਂ ਗ੍ਰੈਂਡਮਾਸਟਰ ਗੁਕੇਸ਼ ਗੁਕੇਸ਼ ਨੇ ਬੱਚੇ ਇਹਨੂੰ ਪਿੱਛੇ ਛੱਡਤਾ ਹੈ ਤੇ ਯਾਦ ਤੁਸੀਂ ਰੱਖੋਗੇ ਠੀਕ ਹੈ ਜੀ ਲਓ ਜੀ ਬੱਚੋ 82ਵਾਂ ਗ੍ਰੈਂਡਮਾਸਟਰ ਕੌਣ ਸੀ ਸਾਡਾ ਵੀ ਪ੍ਰਾਰਨਾਥ 83ਵਾਂ ਕੌਣ ਸੀ ਆਨੰਦ आनंद ਸੀਗਾ ਆਵਲਾ ਮੁੰਡਾ ਠੀਕ ਹੈ 83ਵਾਂ ਗ੍ਰੈਂਡ ਮਾਸਟਰ ਕੌਣ ਸੀ ਸੌਰੀ ਅਦਿੱਤ્ય ਸਾਮੰਤ 82ਵਾਂ ਕੌਣ ਸੀ ਵੀ ਪ੍ਰਾਰਣਥ ਵੀ ਪ੍ਰਾਰਣਥ ਉਹੀ ਹੈ ਜਿਹਦਾ ਅੱਗੇ ਮੈਗਨਸ ਕਾਲਸਨ ਨਾਲ ਵਰਲਡ ਚੈਂਪੀਅਨਸ਼ਿਪ ਦੇ ਵਿੱਚ ਪੰਗਾ ਪਿਆ ਸੀ ਜਿਹਦੇ ਵਿੱਚ ਬੱਚਿਓ ਮੈਗਨਸ ਕਾਲਸਨ ਨੇ ਇਹਨੂੰ ਹਰਾਤਾ ਸੀਗਾ ਵੀ ਪ੍ਰਾਰਣਥ ਉਹੀ ਹੈ ਠੀਕ ਹੈ ਜੀ 83ਵਾਂ ਗ੍ਰੈਂਡ ਮਾਸਟਰ ਕੌਣ ਹੈ ਜੀ ਅਦਿੱਤ્ય ਸਾਮੰਤ ਲੋ ਜੀ ਫਿਰ ਅੱਗੇ ਆਈ ਏਸ਼ੀਅਨ ਚੈਂਪੀਅਨਸ਼ਿਪ ਟਰੋਫੀ ਜਿਹਦੇ ਵਿੱਚ ਇੰਡੀਆ ਜਿੱਤ ਗਿਆ ਸੀ ਬੱਚਿਓ ਚੌਥੀ ਵਾਰ ਇਹਨੇ ਏਸ਼ੀਅਨ ਚੈਂਪੀਅਨਸ਼ਿਪ ਟਰੋਫੀ ਆਪਣੇ ਨਾਮ ਕਰ ਲਈ ਸੀ ਚਾਰ ਵਾਰ ਜ ਸੋ ਏਸ਼ੀਅਨ ਚੈਂਪੀਅਨਸ਼ਿਪ ਟਰੋਫੀ ਕੌਣ ਜਿੱਤ ਗਿਆ ਇੰਡੀਆ ਜਿੱਤ ਗਿਆ ਜੀ ਚन्नई ਦੇ ਵਿੱਚ ਖੇਡੀ ਗਈ ਸੀ ਇਹ ਤੇ ਜਿਹੜੀ ਵੂਮਨਸ ਏਸ਼ੀਅਨ ਚੈਂਪੀਅਨਸ਼ਿਪ ਟਰੋਫੀ ਆ ਉਹ ਚਾਰਖਣੇ ਦੇ ਵਿੱਚ ਖੇਡੀ ਗਈ ਸੀ ਉਹਦੇ ਵਿੱਚ ਇੰਡੀਆ ਜਿੱਤੇ ਸੀ ਇੰਡੀਆ ਨੇ ਹਰਾਇਆ ਸੀ ਉਹਨੂੰ ਜਾਪਾਨ ਦੇ ਵਿੱਚ ਮੈਂਸ ਦੇ ਵਿੱਚ ਵੀ ਇੰਡੀਆ ਜਿੱਤੇ ਆ ਤੇ ਇਹਦੇ ਵਿੱਚ ਹਰਾਇਆ ਪਾਕਿਸਤਾਨ ਮਲੇਸ਼ੀਆ ਨੂੰ ਸੌਰੀ ਲੋ ਜੀ ਉਸ ਤੋਂ ਬਾਅਦ ਅੱਗੇ ਵਧੋ ਜੀ ਤੇ ਬੱਚੇ ਫਿਰ ਆ ਆ ਗਏ ਨੇ ਤੁਹਾਡੇ ਜੁਲਾਈ ਮਹੀਨੇ ਦੇ ਪਲੇਅਰ ਆਫ ਦਾ ਮੰਥ ਕ੍ਰਿਕਟ ਦੇ ਵਿੱਚ ਐਸ਼ਲੀ ਗਾਰਡਨਰ ਜਿਹੜੇ ਕੀ ਆਪਣੇ ਜੂਨ ਦੇ ਵਿੱਚ ਵੀ ਇਹਨਾਂ ਦੇ ਨਾਮ ਸੀ ਤੇ ਫਿਰ ਆ ਗਏ ਕ੍ਰਿਸ ਵੋਕਸ ਕ੍ਰਿਸ ਵੋ ਠੀਕ ਹੈ ਜੀ ਸੋ ਕ੍ਰਿਸ ਵੋਕਸ ਤੇ ਆਪਣੀ ਐਸ਼ ਲਗਾ ਰਹੇ ਆ ਪਲੇਅਰ ਆਫ ਦਾ ਮੰਥ ਫॉर ਦਾ ਮੰਥ ਆਫ ਜੁਲਾਈ ਲੋਜੀ ਉਸ ਤੋਂ ਬਾਅਦ ਆਪਾਂ ਦੇਖਿਆ ਸੀਗਾ ਵੀ ਪਹਿਲੀ ਵਾਰ ਹੋਇਆ ਵੀ ਫਾਰਮੂਲਾ 1 ਦੀ ਬੱਚਿਓ ਪਹਿਲੀ ਵਾਰੀ ਨਾਈਟ ਸਟਰੀਟ ਰੇਸਿੰਗ ਹੋਊਗੀ ਨਾਈਟ ਸਟਰੀਟ ਰੇਸਿੰਗ ਬੱਚਿਓ ਇੰਡੀਆ ਜਿਹੜੀ ਹੈ ਪਹਿਲੀ ਵਾਰ ਕਰਵਾਊਗਾ ਇੱਕ ਨਾਈਟ ਸਰਕਟ ਲਾਂਚ ਕੀਤਾ ਗਿਆ F1 ਰੇਸਿੰਗ ਦਾ ਕਿੱਥੇ ਚੇਨਈ ਦੇ ਵਿੱਚ ਸੋ ਰੇਸਿੰਗ ਸਰਕਟ ਲਾਂਚ ਕੀਤਾ ਗਿਆ ਚੇਨਈ ਦੇ ਵਿੱਚ ਸਰਕਟ ਦਾ ਬਹੁਤ ਨੇ ਪਰ ਨਾਈਟ ਵਾਲਾ ਕੋਈ ਨਹੀਂ ਸੀ ਪਹਿਲੀ ਵਾਰੀ ਚन्नई ਦੇ ਵਿੱਚ ਇਹ ਨਾਈਟ ਵਾਲਾ ਕੀਤਾ ਗਿਆ ਬੱਚਿਓ ਲਓ ਜੀ ਵੀਰੋ ਫਿਰ ਉਸ ਤੋਂ ਬਾਅਦ ਬੱਚੇ ਆ ਬੈਲਜੀਅਨ ਗ੍ਰੈਂਡ ਪ੍ਰਿਕਸ ਮੈਕਸ ਵਰਸਾਪਟਨ ਨੇ ਉਹ ਤੁਹਾਨੂੰ ਮੈਂ ਦੱਸ ਹੀ ਦਿੱਤਾ ਵੀ ਟ੍ਰਿਕ ਕੀ ਆ ਬਸ ਉਸ ਹੱਬ ਨਾਲ ਕਰ ਲਿਓ ਅੱਗੇ ਵਾਜੋ ਜੀ ਰਾਹੁਲ ਦਰਾਵਿੜ ਜੀ ਬ੍ਰਾਂਡ ਮੈਸਟਰ ਬਣੇ ਨੇ ਕਿਹਦੇ ਬੀ ਪੀ ਸੀ ਐਲ ਦੇ ਬੀ ਪੀ ਸੀ ਐਲ ਕੇ ਭਾਰਤ ਪੈਟਰੋਲੀਅਮ ਕਾਰਪੋਰੇਸ਼ਨ ਲਿਮਟਿਡ ਦੇ ਬ੍ਰਾਂਡ ਮੈਸਟਰ ਕੌਣ ਆਪਣੇ ਰਾਹੁਲ ਦਰਾਵਿੜ ਜੀ ਰਾਹੁਲ ਦਰਾਵਿੜ ਜੀ ਆਪਣੇ ਹੈੱਡ ਕੋਚ ਵੀ ਨੇ ਇੰਨੇ ਕ੍ਰਿਕਟ ਟੀਮ ਦੇ ਤੇ ਰੀਸੈਂਟਲੀ ਇਹਨਾਂ ਨੂੰ ਐਕਸਟੈਂਸ਼ਨ ਦਿੱਤੀ ਗਈ ਹੈ ਹੈੱਡ ਕੋਚ ਦੀ ਟ ਉਸ ਤੋਂ ਬਾਅਦ ਬੱਚੇ ਅੰਡਰ 20 ਕੈਟਾਗਰੀ ਦੇ ਵਿੱਚ ਬੱਚੋ ਰੈਸਲਿੰਗ ਦੇ ਵਿੱਚ ਵਰਲਡ ਚੈਂਪੀਅਨ ਬਣਿਆ ਮੁੰਡਾ ਨਾਮ ਕੀਆ ਮੋਹਿਤ ਕੁਮਾਰ ਠੀਕ ਹੈ ਜੀ ਅੰਡਰ 20 ਵਿਸ਼ਵ ਚੈਂਪੀਅਨਸ਼ਿਪ ਕੌਣ ਬਣਿਆ ਮੋਹਿਤ ਕੁਮਾਰ ਇਸ ਤੋਂ ਪਹਿਲੇ ਇੱਕੋ ਹੀ ਇੰਡੀਅਨ ਸੀ ਜਿਹੜਾ ਇਹ ਟਾਈਟਲ ਆਪਣੇ ਨਾਮ ਕੀਤਾ ਸੀ ਜੀ ਨੇ ਉਹ ਪੁਣੀਆ ਸੀ ਪੁਣੀਆ ਕਿਹੜਾ ਦੀਪਕ ਪੁਣੀਆ ਦੀਪਕ ਪੁਣੀਆ ਪਹਿਲੀ ਵਾਰ ਸੀ ਜੀ ਨੇ 2019 ਦੇ ਵਿੱਚ ਇਹ ਟਾਈਟਲ ਜਿੱਤੇ ਸੀ ਉਸ ਤੋਂ ਬਾਅਦ ਦੂਜਾ ਇੰਡੀਅਨ ਕੌਣ ਬਣ ਗਿਆ ਮੋਹਿਤ ਕੁਮਾਰ ਅੰਡਰ ਅੰਡਰ 20 ਕੈਟਾਗਰੀ ਦੇ ਵਿੱਚ ਵਰਲਡ ਚੈਂਪੀਅਨ ਲੋ ਜੀ ਉਸ ਤੋਂ ਬਾਅਦ ਬੱਚੇ ਇਸੇ ਚੈਂਪੀਅਨਸ਼ਿਪ ਦੇ ਵਿੱਚ ਵਰਲਡ ਰੈਸਲਿੰਗ ਚੈਂਪੀਅਨਸ਼ਿਪ ਦੇ ਵਿੱਚ ਜਿਹੜੀ ਜਾਰਡਨ ਦੇ ਵਿੱਚ ਹੋਈ ਸੀ ਪ੍ਰੀਆ ਮਲਿਕ ਨੇ ਵੀ 골ਡ ਮੈਡਲ ਜਿੱਤੇ ਸੀ ਪ੍ਰੀਆ ਮਲਿਕ ਨੇ ਵੀ 골ਡ ਮੈਡਲ ਜਿੱਤੇ ਸੀ ਬੱਚਿਓ ਪ੍ਰੀਆ ਮਲਿਕ ਜਿਹੜੀ ਹੈ 76 ਕਿਜੀ ਕੈਟੇਗਰੀ ਦੇ ਵਿੱਚ ਕਰਦੀ ਸੀ ਪਰਫਾਰਮ ਲੋ ਮੇਰੇ ਵੀਰੋ ਸੋ ਇਹ ਵੀ ਤੁਹਾਡਾ ਹੋ ਗਿਆ ਕੰਪਲੀਟ ਅੱਗੇ ਵਧੋ ਜੀ ਅਨਾਹਤ ਸਿੰਘ ਅਨਾਹ ਸਿੰਘ ਬੱਚੇ ਆਪਣੀ ਏਸ਼ੀਅਨ ਆਹ ਸੌਰੀ ਸਕੁਐਸ਼ ਦੀ ਬਹੁਤ ਤਕੜੀ ਪਲੇਅਰ ਹੈ ਏਸ਼ੀਅਨ ਜੂਨੀਅਰ ਚੈਂਪੀਅਨਸ਼ਿਪ ਦੇ ਵਿੱਚ ਬੱਚੇ 골ਡ ਮੈਡਲ ਦਿੱਤੇ ਨੇ 골ਡ ਮੈਡਲ ਜਿੱਤੇ ਜੀ ਨੇ ਅਨਾਹਦ ਸਿੰਘ ਜੀ ਨੇ ਕਿੱਥੇ ਏਸ਼ੀਅਨ ਜੂਨੀਅਰ 스쿼ਸ਼ ਚੈਂਪੀਅਨਸ਼ਿਪ ਦੇ ਵਿੱਚ ਅਦਰਵਾਈਜ਼ ਜਿਹੜਾ 스쿼ਸ਼ ਦਾ ਜਿਹੜੀ ਵਰਲਡ ਕੱਪ ਸੀ ਉਹ ਕਿਹੜੀ ਜਿੱਤੀ ਸੀ ਏਜੀਪਟ ਜਿੱਤੀ ਸੀ ਆਪਾਂ ਪਿੱਛੇ ਕਰਕੇ ਹਟੇ ਹਣਾ ਅਨਾਹਦ ਸਿੰਘ ਦਾ ਨਾਮ ਆਪਾਂ ਰੀਸੈਂਟ ਦੇ ਵਿੱਚ ਵੀ ਦੇਖਿਆ ਸੀਗਾ 15 ਸਾਲਾਂ ਦੀ ਏਜ ਦੇ ਵਿੱਚ ਨੈਸ਼ਨਲ ਚੈਂਪੀਅਨਸ਼ਿਪ ਬਣਨੇ ਵਾਲੀ ਸੈਕੰਡ ਯੰਗੇਸਟ ਇੰਡੀਅਨ ਟੂ ਅਚੀਵ ਦਾ ਟਾਈਟਲ ਆਫ ਨੈਸ਼ਨਲ 스쿼ਸ਼ ਚੈਂਪੀਅਨਸ਼ਿਪ ਠੀਕ ਹੈ ਜੀ ਕਾਮਨਵੈਲਥ ਗੇਮਸ ਦੇ ਵਿੱਚ ਵੀ ਇੰਡੀਆ ਨੂੰ ਰਿਪਰੈਜ਼ੈਂਟ ਕੀਤਾ ਸੀ ਜਦ ਉਹਦੇ ਵਿੱਚ ਵੀ ਯੰਗੇਸਟ ਇੰਡੀਅਨ ਸੀਗੇ ਇਹ ਲਓ ਜੀ ਬੱਚੋ ਖਾਸ 스쿼 ਫਿਰ ਦੂਜੇ ਨੂੰ ਦੂਜੇ ਨੂੰ ਫੜਾਤੀ ਇੱਕ ਟੱਪਾ ਇੱਕ ਟੱਪਾ ਹੀ ਅਲਾਉਟ ਹੁੰਦਾ ਦੋ ਟੱਪੇ ਤਾਂ ਖਰਾਬ ਕੰਮ ਲਓ ਜੀ ਅੱਗੇ ਵਧੋ ਜੀ ਇਲੈਕਸ਼ਨ ਕਮਿਸ਼ਨ ਦੇ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੇ ਨੈਸ਼ਨਲ ਆਈਕਨ ਚੁਣਿਆ ਸੀ ਸਚਿੰਦ ਅਦulkar ਨੂੰ ਸਚਿੰਦ ਅਦulkar ਆਫ ਇੰਡੀਆ ਜਿਹੜੇ ਹੈਗੇ ਨੇ ਆਪਣੇ ক্রিকেট ਪਲੇਅਰ ਨੇ ਨੈਸ਼ਨਲ ਆਈਕਨ ਚੁਣਿਆ ਇਹਨਾਂ ਨੂੰ ਇਲੈਕਸ਼ਨ ਕਮਿਸ਼ਨ ਨੇ ਡੰਨਾ ਮਾਮਲਾ ਅੱਗੇ ਵਧੋ ਜੀ ਹੀਥ ਸਟ੍ਰੀਕ ਬੱਚੀ ਜ਼ਿੰਬਾਬਵੇ ਦਾ ਪਲੇਅਰ ਸੀਗਾ ਤੇ ਇਹ ਵਿਚਾਰਾ ਜਿਹੜਾ ਹੈ ਹੁਣ ਅਕਾਲ ਚਲਾਣਾ ਕਰ ਗਿਆ ਜੀ ਇਹ ਇਹ ਤੁਸੀਂ ਯਾਦ ਰੱਖਣਾ ਹੈ ਕੈਂਸਰ ਸੀ ਵਿਚਾਰੇ ਨੂੰ ਸੋ ਆਰ ਪ੍ਰਾਗਨੰਦਾ आर प्रागनंद ਤੇ ਮੈਗਨਸ ਕਾਲਸਨ ਦਾ ਵਿਚ ਮੈਚ ਪਿਆ ਸੀਗਾ ਜ ਜਿਹਦੇ ਵਿੱਚ ਮੈਗਨਸ ਕਾਲਸਨ ਜਿੱਤ ਗਿਆ ਸੀਗਾ ਵਰਲਡ ਚੈਂਪੀਅਨਸ਼ਿਪ ਟਾਈਟਲ ਦੇ ਵਿੱਚ ਠੀਕ ਹੈ ਜੀ ਉਹ ਮੈਂ ਗਲਤ ਦੱਸਦਾ ਸੀ ਤੁਹਾਨੂੰ 82ਵਾਂ ਗ੍ਰੈਂਡਮਾਸਟਰ ਸਾਡਾ ਵੀ ਪ੍ਰਾਰਣਿਤ ਹੈ ਇਹ ਆਰ ਪ੍ਰਾਗਨੰਦ ਹੈ ਇਹ ਅਲੱਗ ਹੈ ਠੀਕ ਹੈ ਜੀ ਇਹ ਆਰ ਪ੍ਰਾਗਨੰਦ ਅਲੱਗ ਹੈ 82ਵਾਂ ਗ੍ਰੈਂਡਮਾਸਟਰ ਕਿਹੜਾ ਸੀ ਸਾਡਾ ਮੈਨੇ ਦੋਨਾਂ ਇਨਾਮ ਜ ਹਮੇਸ਼ਾ ਹੁੰਦਾ ਵੀ ਪ੍ਰਾਰਣਿਤ ਉਹ ਵੀ ਪ੍ਰਾਰਣਿਤ ਹੈ 83ਵਾਂ ਕੌਣ ਸੀਗਾ ਆਨੰਦ ਸਾਮੰਤਰੀ ਉਹ ਜੰਮੀ ਲੇਟੈਸਟ ਹੈ ਸਾਡਾ ਮੈਚ ਕੀਤਾ ਪਿਆ ਸੀ ਮੈਗਨਸ ਕਾਲਸਨ ਦਾ ਆਰ ਪ੍ਰਾਗਨੰਦਾ ਨਾਲ ਪਿਆ ਸੀ ਪ੍ਰਾਗਨੰਦਾ ਬੱਚੇ ਇਹਦੇ ਵਿੱਚ ਸੈਕੰਡ ਪੋਜੀਸ਼ਨ ਤੇ ਆਇਆ ਸੀ ਪਰ ਬਹੁਤ ਛੋਟਾ ਬੱਚਾ ਪਰ ਫਿਰ ਵੀ ਮੈਗਨਸ ਕਾਲਸਨ ਨਾਲ ਪੰਗਾ ਲੈ ਲਿਆ ਨੇ ਉੱਤ ਤੱਕ ਪਹੁੰਚ ਗਿਆ ਬਹੁਤ ਵੱਡੀ ਗੱਲ ਸੀ ਪ੍ਰਧਾਨ ਮੰਤਰੀ ਮੋਦੀ ਜੀ ਨੇ ਇਹਨੂੰ ਜਿਹੜੀ ਕੰਗ੍ਰੈਚੁਲੇਸ਼ਨ ਵੀ ਕੀਤੀ ਸੀ ਫਿਰ ਗੱਲ ਆਉਂਦੀ ਹੈ ਬੱਚੇ 69th ਨੈਸ਼ਨਲ ਫਿਲਮ ਫੈਸਟੀਵਲ ਦੀ ਜਿਹੜੀਆਂ ਕਿ ਬੱਚੇ ਅਵਾਰਡ ਦੇ ਦਿੱਤਾ ਗਿਆ ਸੀਗਾ ਅਲੱਗ-ਅਲੱਗ ਕੈਟਾਗਰੀ ਦੇ ਵਿੱਚ ਇਹਨੂੰ ਦਿੱਤਾ ਗਿਆ ਬੱਚੇ 69th ਨੈਸ਼ਨਲ ਫਿਲਮ ਅਵਾਰਡਸ ਜਿੱਦੇ ਬੈਸਟ ਫੀਚਰ ਫਿਲਮ ਮਿਲੀ ਹੈ ਰਾਕਟਰੀ ਜਿਹਦੇ ਵਿੱਚ ਆ ਤੇ ਆਰ ਮਾਧਵਨ ਜੀ ਇੱਕ ਕੰਪਨੀ ਦੇ ਰੀਸੈਂਟਲੀ ਉਹ ਵੀ ਬਣਾਏ ਗਏ ਨੇ ਇਹਨਾਂ ਨੂੰ ਬ੍ਰਾਂਡ ਅਮੈਸਡਰ ਇੱਕ ਆਨ ਕੰਪਨੀ ਜਿਹੜੀ ਕੀ ਬੱਚਿਓ ਕੀ ਹੈ ਇੰਸ਼ੋਰੈਂਸ ਪ੍ਰੋਵਾਈਡ ਕਰਦੀ ਹੈ Zomato ਵਾਲਿਆਂ ਨੇ ਵੀ ਇਹਨਾਂ ਨਾਲ ਹੀ ਟਾਈ ਅਪ ਕੀਤਾ ਹੈ ਸਾਰੀਆਂ ਊਮਨ ਡਿਲੀਵਰੀ ਪਾਰਟਨਰਸ ਦੀ ਇੰਸ਼ੋਰੈਂਸ ਕਰਵਾਉਣ ਦਾ ਡਾ ਨਵਾਂ ਮਾਮਲਾ ਉਸ ਤੋਂ ਇਲਾਵਾ ਬੱਚੇ ਦੇਖਿਆ ਜਾਏ ਬੈਸਟ ਡਾਇਰੈਕਟਰ ਕੌਣ ਸੀ ਨਿਖਲ ਮਹਾਜਨ ਗੋਦਾਵਰੀ ਪਿੱਕਚਰ ਵਾਸਤੇ ਬੈਸਟ ਪਪੂਲਰ ਫਿਲਮ ਹੋਲ ਹੋਲ ਹੌਲਸਮ ਜਿਹੜੀ ਹੈ ਐਂਟਰਟੇਨਮੈਂਟ ਦਿੰਦੀ ਹੈ ਆਰ 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 ਨਰਗਿਸ ਦਾ ਅਵਾਰਡ ਫॉर ਬੈਸਟ ਫਿਲਮ অন ਨੈਸ਼ਨਲ ਇੰਟੀਗ੍ਰੇਸ਼ਨ ਕਸ਼ਮੀ ਪੁਸ਼ਪਾਲੀ ਬੈਸਟ ਐਕਟਰਸ ਆਲਿਆ ਪਟ ਨੂੰ ਗੰਗੋਤਰੀ ਅ ਗੰਗੂਬਾਈ ਵਾਸਤੇ ਤੇ ਕ੍ਰਿਤੀ ਸੈਨਾ ਨੂੰ ਮੀਮੀ ਵਾਸਤੇ ਤੇ ਬੈਸਟ ਸਪੋਰਟਿੰਗ ਐਕਟਰ ਕਿਹਨੂੰ ਦਿੱਤਾ ਗਿਆ ਸੀ ਪੰਕਜ ਤ੍ਰਿਪਾਠੀ ਨੂੰ ਤੇ ਬੈਸਟ ਸਪੋਰਟਿੰਗ ਐਕਟਰਸ ਕਿਹਨੂੰ ਦਿੱਤਾ ਗਿਆ ਸੀ ਬੱਚੇ ਪਲਵੀ ਜੋਸ਼ੀ ਨੂੰ ਕਸ਼ਮੀਰ ਫਾਈਲਸ ਵਾਸਤੇ ਸੋ ਇਹਨਾਂ ਦੇ ਨਾਮ ਤੁਸੀਂ ਯਾਦ ਰੱਖੋਗੇ ਉਸ ਤੋਂ ਬਾਅਦ ਆਪ ਅੱਗੇ ਵਧਦੇ ਹਾਂ ਜੀ ਆਈਸੀਸੀ ਵਰਲਡ ਕੱਪ ਦਾ ਬੱਚੇ ਅਫੀਸ਼ੀਅਲ ਪਾਰਟਨਰ ਕੌਣ ਬਣਿਆ ਸੀ ਮਾਸਟਰ ਕਾਰਡ ਮਾਸਟਰ ਕਾਰਡ ਬਣਿਆ ਸੀ ਬੱਚੇ ਅਫੀਸ਼ੀਅਲ ਪਾਰਟਨਰ ਆਈਸੀਸੀ ਊਮੈਨਸ ਸੌਰੀ ਆਈਸੀਸੀ ਮੈਨਸ ਕ੍ਰਿਕਟ ਵਰਲਡ ਕੱਪ ਦਾ ਦੰਨਾ ਮਾਮਲਾ ਉਸ ਤੋਂ ਬਾਅਦ ਆਪ ਅੱਗੇ ਪਹੁੰਚਦੇ ਹਾਂ ਜੀ ਰਫੇਲ ਨਡਾਲ ਬੱਚੇ ਰਫੇਲ ਨਡਾਲ ਨੂੰ ਬੱਚੇ ਇਨਫੋਸਿਸ ਨੇ ਬ੍ਰਾਂਡ ਇਨਵੈਸਟਰ ਬਣਾਇਆ ਸੀ ਰਫੇਲ ਨਡੇਲ ਨੂੰ ਬਣਾਇਆ ਸੀ ਬ੍ਰਾਂਡ ਅਮੈਸਡ ਇਨਫੋਸਿਸ ਨੇ ਤੇ ਕੁੜੀਆਂ ਦੇ ਵਿੱਚੋਂ ਬਣਾਇਆ ਸੀ ਬੱਚੇ ਆਪਣੇ ਈਗਾ ਸਵਾਤੀਆਕ ਨੂੰ ਜਿਨ੍ਹਾਂ ਨੇ ਪੋਲੈਂਡ ਓਪਨ ਜਿੱਤਿਆ ਸੀ ਠੀਕ ਹੈ 2 ਆਪਣੇ ਇਨਫੋਸਿਸ ਦੇ ਜਿਹੜੇ ਬ੍ਰੈਂਡ ਮੈਸਟਰ ਨੇ ਇੱਕ ਨਵਾਕ ਹੈ ਸੌਰੀ ਰਫਾਲ ਹੈ ਤੇ ਕਾ ਗਿਆ ਆਪਣਾ ਈਗਾ ਸਵਾਤੀਆਕ ਫਿਰ ਆਪਾਂ ਦੇਖਿਆ ਸੀ ਡੱਚ ਗ੍ਰੈਂਡ ਪ੍ਰੀਸ ਜਿੱਤ ਗਿਆ ਮੈਕਸ ਵਰਸੇਵਨ ਇਹ ਤਾਂ ਤੁਹਾਡੀ ਉਹੀ ਥਿਊਰੀ ਲੱਗੂਗੀ ਜਿਹੜੀ ਮੈਂ ਤੁਹਾਨੂੰ ਕਰਾਈ ਹੋਈ ਹੈ ਬਸ ਉਹੀ ਫਾਰਮੂਲਾ ਲਾਉਣਾ ਉਸ ਤੋਂ ਬਾਅਦ ਆਪ ਅੱਗੇ ਵਧਦੇ ਹਾਂ ਬੱਚਿਓ ਲੈ ਜੀ ਲੈ ਜੀ ਤੇ ਇੱਥੇ ਆਪਣਾ ਹੋਇਆ ਸੀ ਬੈਡਮਿੰਟਨ ਵਰਲਡ ਫੈਡਰੇਸ਼ਨ ਦਾ ਵਰਲਡ ਬੈਡਮਿੰਟਨ ਚੈਂਪੀਅਨਸ਼ਿਪ 2023 ਦੀ ਜਿਹਦੇ ਵਿੱਚ ব্রੌਂਜ਼ ਮੈਡਲ ਜਿੱਤਿਆ ਸੀ ਸਾਡੇ ਐਚਐਸ ਪ੍ਰੋ ਨੇ ਜਿੱਤਿਆ ਸੀ ਇਹਦੇ ਵਿੱਚ ਵਰਲਡ ਕੱਪ ਦਾ ব্রੋਂਜ਼ ਮੈਡਲ। ਲੋ ਮੇਰੇ ਪਿਆਰੇ ਵਿਦਿਆਰਥੀਓ ਇੱਥੇ ਹੁਣ ਤੁਹਾਡੇ 4 ਮਹੀਨਿਆਂ ਦੇ ਕਰੰਟ ਅਫੇਅਰ ਜਿਹੜੇ ਨੇ ਸੁਪਰ ਫਾਸਟ ਸਪੀਡ ਤੇ ਤੁਹਾਨੂੰ ਵੀਡੀਓ ਤੇਜ਼ ਕਰਨ ਦੀ ਵੀ ਲੋੜ ਨਹੀਂ। ਤੁਹਾਨੂੰ ਬੱਚੇ ਵੀਡੀਓ ਤੇਜ਼ ਕਰਨ ਦੀ ਵੀ ਲੋੜ ਨਹੀਂ ਸੁਪਰ ਫਾਸਟ ਸਪੀਡ ਤੇ 50 ਮਿੰਟਾਂ ਦੇ ਵਿੱਚ 4 ਮਹੀਨਿਆਂ ਦੇ ਤੁਹਾਡੇ ਸਪੋਰਟਸ ਰਿਲੇਟਡ ਕਰੰਟ ਅਫੇਅਰ ਜਿਹੜੇ ਕੰਪਲੀਟ ਹੋ ਗਏ ਨੇ ਜੀ ਦਿਨ ਹੈ 4 ਦਸੰਬਰ ਕੱਲ ਦੀ ਵੀਡੀਓ ਵੀ ਹੈਗੀ ਹੈ ਬੱਚੇ ਤੁਹਾਡੀ ਉਹਦੇ ਵਿੱਚ ਤੁਹਾਨੂੰ ਨੈਕਸਟ 3 ਮਹੀਨਿਆਂ ਦੇ ਮੈਂ ਕਵਰ ਅਪ ਕਰਵਾ ਦੇਣੇ ਆ ਸੋ ਥੈਂਕ ਯੂ ਸੋ ਮੱਚ ਫॉर ਅਟੈਂਡਿੰਗ ਮੈਂ ਵੀ ਥੱਕ ਗਿਆ ਸੁਪਰ ਫਾਸਟ ਸਪੀਡ ਅੱਛਾ ਜਾਂਦੇ ਜਾਂਦੇ ਇਹ ਵੀ ਦੱਸ ਦਿਓ ਕਮੈਂਟ ਸੈਕਸ਼ਨ ਦੱਸ ਦਿਓ ਉਹ ਜਿਹੜੀ ਬੁਲੇਟ ਟ੍ਰੇਨ ਚਲਾਈ ਹੈ ਇੰਡੋਨੇਸ਼ੀਆ ਦੇ ਵਿੱਚ ਉਹਦਾ ਨਾਮ ਕੀ ਹੈ ਜਿਹੜੀ ਚਾਈਨਾ ਨੇ ਚਲਾਈ ਹੈ ਸੁਪਰ ਫਾਸਟ ਸਪੀਡ ਬੁਲੇਟ ਟ੍ਰੇਨ ਸੋ ਥੈਂਕ ਯੂ ਸੋ ਮੱਚ ਬੱਚਿਓ ਬਾਏ ਬਾਏ ਟੇਕ ਕੇਅਰ ਆਈ ਹੋਪ ਤੁਸੀਂ ਤੁਹਾਨੂੰ ਮਜ਼ਾ ਆਇਆ ਹੋਣਾ ਠੀਕ ਹੈ ਜੀ ਬਾਏ ਟੇਕ ਕੇਅਰ